ਟੈਟ ਕਰ ਬਹੁਤ ਤਕੜਾ ਯਫਾ ਲਾਇਆ ਨੌਜਵਾਨ ਗੱਭਰੂ ਨੇ। ਔਰ ਅਸੀਂ ਧੰਨਵਾਦ ਕਰਦੇ ਹਾਂ ਸਾਡਾ ਵੀਰ ਅਵਤਾਰ ਸਿੰਘ ਜੀ ਮਨਾਵਾ ਕਬੱਡੀ ਕੋਚ ਹੈ, ਮਾਸਟਰ ਬਲਬੀਰ ਸਿੰਘ ਜੀ ਖੇਡ ਮੈਦਾਨ ਦਾ ਮੁਆਵਜ਼ਾ ਲੈਂਦੇ ਨੇ। ਆ ਵੀ ਨੌਜਵਾਨ ਭਾਗ ਲਈ ਕਬੱਡੀ ਨਾਥੋਗੇ ਪਿੰਡ ਵਾਲਾ, ਜਿਵੇਂ ਮਨਾਵੇ ਵਾਲਿਆਂ ਨੇ ਦੋ ਜਿਹੜੇ ਖਿਡਾਰੀ ਅੱਜ ਮੰਗਵੇਂ ਉਧਾਰੇ ਲਏ ਹੈ, ਉਸੇ ਤਰ੍ਹਾਂ ਦੋ ਹੀ ਖਿਡਾਰੀ ਜਿਹੜੇ ਬਲਖੰਡੀ ਦੀ ਟੀਮ ਦੇ ਵਿੱਚ ਬਾਹਰ ਦੇ ਖੇਡਦੇ ਆ, ਲੋਕੀ ਸ਼ਿੰਦੂ ਕਹਿੰਦੇ ਆ। ਉਧਰਲੇ ਬੰਨੇ ਨੌਜਵਾਨ ਗੱਭਰੂ ਖੇਡ ਮੈਦਾਨ ਵਿੱਚ ਦੇਖਦੇ ਆ, ਹੁਣ ਤਾੜੀਆਂ ਵੀ ਵੱਜਣੀਆਂ ਤੇ ਚੀਕਾਂ ਵੀ ਵੱਜਣਗੀਆਂ। ਉਧਰਲੇ ਬੰਨੇ ਖੁੱਲੇ ਹੋਏ ਕੇਸ ਹੈ, ਵਾਹ 100 ਰੁਪਇਆ ਜਾਫੀ ਨੂੰ ਦਿੱਤਾ ਜਾਂਦਾ ਬਲਵਿੰਦਰ ਸਿੰਘ ਬੀਡੀਓ ਵੱਲੋਂ, ਬਹੁਤ ਬਹੁਤ ਧੰਨਵਾਦ ਜੀ ਜਾਫੀ ਦਾ ਵੀ, ਇਹਨੇ ਬੜੀਆਂ ਜਾਫਾ ਲਾਈਆਂ ਸਾਡੇ ਬਹੁਤ ਸਤਿਕਾਰਯੋਗ ਉਧਰਲੇ ਬੰਨੇ ਪ੍ਰਧਾਨ ਸਾਹਿਬ ਜੀ ਮਾਈਕ ਦੇ ਉੱਪਰੋਂ 100 ਰੁਪਈਏ ਦੇ ਮਾਨ ਬਖਸ਼ੇ ਹੈ। ਬੱਲੀ ਸੰਧੂ ਖੁਸ਼ ਹੈ, ਜ਼ਿੰਦਗੀ ਦਾ ਵੀਰ ਹੈ। ਉਧਰਲੇ ਬੰਨੇ ਮਨਜੀਤ ਵੀਰ ਪਿਛੇ ਤੱਟ ਤੇ ਪੁੱਜਿਆ ਹੋਇਆ, ਨੌਜਵਾਨ ਗੱਭਰੂ ਇਧਰਲੇ ਬੰਨੇ ਪੁੱਤ ਵੀਰ ਦਾ ਭਤੀਜਾ ਮੇਰਾ ਤੇ ਚਾਚਾ ਕਹਿ ਕੇ ਮੱਥਾ ਟੇਕਦਾ ਕਬੱਡੀ ਤੇ ਜੱਫਾ ਖਾ ਬੈਠਾ ਹੈ। ਉਧਰਲੇ ਬੰਨੇ ਨੌਜਵਾਨ ਗੱਭਰੂ ਖੇਡ ਮੈਦਾਨ ਵਿੱਚ ਦੇਖਦੇ ਆ, ਪੈਂਦਾ ਇਹ ਗਰਾਊਂਡਾਂ ਵਿੱਚ ਵਾਹ ਜੋਧਿਆ, ਲੈਂਦੇ ਨੇ ਬਗਾਨੇ ਪੁੱਤ ਢਾ ਜੋਧਿਆ। ਨੌਜਵਾਨ ਗੱਭਰੂ ਬਹੁਤ ਹੀ ਤਕੜਾ ਜੱਫਾ ਲਾਉਂਦਾ ਹੈ, ਲੈ ਵੀ ਜਲਾਲਾਬਾਦੀ ਆ ਸਵਾਦ ਤਾਂ ਆਉਣਾ ਹੈ ਨੌਜਵਾਨਾਂ, ਜੇ ਤੂੰ ਇਹਦੀ ਢਾ ਹੀ ਕਿਤੇ ਬਹਿਣਾ ਹੈ। ਤਾੜੀਆਂ ਵੀ ਵੱਜਣਗੀਆਂ ਤੇ ਨੋਟਾਂ ਦਾ ਮੀਂਹ ਵੀ ਵਰਨਾ ਹੈ। ਕਬੱਡੀ ਜਿਹੜੀ ਖੇਡ ਮੈਦਾਨ ਦੇ ਵਿੱਚ ਦੇਖਦੇ ਆ ਸ਼ੁਰੂ ਹੋਣ ਜਾ ਰਹੀ ਹੈ। ਇੱਕ ਬੰਨੇ ਮਨਾਵਾ ਪਿੰਡ ਹੈ, ਸਰਦਾਰ ਮੇਵਾ ਸਿੰਘ ਨੇ ਬਹੁਤ ਤਕੜੀ ਕਬੱਡੀ ਖੇਡੀ ਤੇ ਭਾਵੇਂ ਸੁਖਚੈਨ ਚੈਣੇ ਦੀ ਗੱਲ ਕਰੀਏ, ਅਨੇਕਾਂ ਖਿਡਾਰੀ ਇਸ ਧਰਤੀ ਤੇ ਖੇਡ ਕੇ ਮਾਣ ਮਹਿਸੂਸ ਕਰਦੇ ਹੈ, ਕਬੱਡੀ ਬਲਖੰਡੀ ਵਾਲੇ ਨੇ ਪਾਉਣੀ ਹੈ। ਉਧਰਲੇ ਬੰਨੇ ਨੌਜਵਾਨ ਦਾ ਖੋਲਿਆ ਹੋਇਆ ਰੁਮਾਲ ਹੈ, ਕੱਸ ਰਿਹਾ ਤੇ ਤਿਆਰੀ ਵੀ ਕਰ ਰਿਹਾ ਹੈ। ਸਾਡੇ ਜ਼ਿੰਦਗੀ ਦੇ ਸਤਿਕਾਰਯੋਗ ਮੰਦਰ ਮਨਾਵਾਂ ਜੀ, ਆਪਾਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ। ਕਬੱਡੀ ਜਿਹੜੀ ਨੌਜਵਾਨਾਂ ਤਿਆਰੀ ਫੜ ਗੱਭਰੂਆ ਖੇਡ ਮੈਦਾਨ ਵਿੱਚ, ਵਾਹਿਗੁਰੂ ਦੀ ਬੜੀ ਵੱਡੀ ਮਿਹਰ ਹੈ ਇਸ ਨੌਜਵਾਨ ਗੱਭਰੂ ਦੇ ਉੱਪਰ। ਕਬੱਡੀ ਜਿਹੜੀ ਬਲਖੰਡੀ ਦੇ ਨੇ ਪਾਈ ਹੈ ਝੋਕੇ, ਉਧਰਲੇ ਬੰਨੇ ਦੇਖਾਂਗੇ ਨੌਜਵਾਨ ਦੀਨੇ ਦਾ ਸੁਖਦੇਵ ਫੈਸਲਾ ਜਾਫੀ ਦਾ ਗੁੱਡ ਜੱਜਮੈਂਟ ਹੈ। ਰਾਲਾ ਨਹੀਂ ਪਾਉਣਾ, ਰਾਲਾ ਨਹੀਂ ਪਾਉਣਾ, ਰਾਲਾ ਨਹੀਂ ਪਾਉਣਾ। ਹੈਲੋ, ਉਹ ਬਾਈ ਰਾਲਾ ਨੀ, ਇਹ ਸਾਰੇ ਦਰਸ਼ਕ ਵੀ ਵੇਖਦੇ ਆ ਵੀ ਪਹਿਲਾਂ ਜਿਹੜਾ ਹੱਥ ਹੈ, ਰਾਲਾ ਨੀ ਕਿਸੇ ਨੇ ਪਾਉਣਾ, ਰੈਫਰੀ ਦਾ ਫੈਸਲਾ ਟੱਲ ਹੈ। ਹੈਲੋ, ਪਿੱਛੇ ਚਲੇ ਜਾਓ, ਰਾਲਾ ਨੀ ਪਾਉਣਾ। ਹੈਲੋ ਬਾਈ ਜੀ, ਜਿਹੜੇ ਵਾਧੂ ਪਲੇਅਰ ਆ ਬਾਹਰ ਕੱਢ ਦੋ ਗਰਾਊਂਡ ਤੋਂ, ਜਿਹੜੇ ਵਾਧੂ ਪਲੇਅਰ ਆ ਸਾਰੇ ਬਾਹਰ ਕੱਢ ਦੋ, ਜਿਹੜੇ ਵਾਧੂ ਪਲੇਅਰ ਆ ਗਰਾਊਂਡ 'ਚ ਬਾਹਰ ਕੱਢ ਦੋ ਉਹਨਾਂ ਨੂੰ। ਮਾਨਾ ਜੀ, ਸਾਨੂੰ ਦੋਵੇਂ ਟੀਮਾਂ ਇੱਕੋ ਜਿੱਕੀਆਂ, ਪਰ ਸਾਰੀ ਰੈਫਰੀ ਦੀਆਂ ਅੱਖਾਂ ਦੋ ਹੈ ਤੇ ਦਰਸ਼ਕਾਂ ਦੀਆਂ ਹਜ਼ਾਰਾਂ ਜਿਹੜੀਆਂ ਨਿਗਾਹਾਂ ਇਸ ਮੈਚ ਉੱਪਰ ਲੱਗੀਆਂ ਹੋਈਆਂ ਹੈ। ਕਿਰਪਾ ਕਰਕੇ ਜਿੰਨੀਆਂ ਕਬੱਡੀ ਓਪਨ ਦੀਆਂ ਟੀਮਾਂ ਪੁੱਜੀਆਂ ਹੋਈਆਂ ਉਧਰਲੇ ਬੰਨੇ, ਸਾਡੇ ਲੱਖਾ ਪ੍ਰਧਾਨਜੀਤ ਸਿੰਘ ਪੁਰਾ ਮੁੰਨਣ ਵਾਲੇ ਵੀ ਵਿਸ਼ੇ ਤੌਰ ਤੇ ਪੁੱਜ ਚੁੱਕੇ ਆਪਣੇ ਮਿੱਤਰਾਂ ਦੇ ਨਾਲ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਬਲਖੰਡੀ ਵਾਲੇ, ਉਹ ਜਿਹੜਾ ਗੁੱਬ ਗਲਾਟ ਕੱਢਣਾ ਇੱਥੇ ਕੱਢ ਲਓ, ਰੌਲਾ ਨਾ ਪਾਓ, ਮੇਰੀ ਬੇਨਤੀ ਹੈ। ਉਧਰਲੇ ਬੰਨੇ ਨੌਜਵਾਨ ਗੱਭਰੂ 79 ਹੈ, ਗੁੱਟ ਫੜ ਤਾੜੀਆਂ ਮਾਰੋ ਦਰਸ਼ਕ ਵੀਰੋ, ਬਹੁਤ ਹੀ ਤਕੜਾ ਮੈਚ ਕਬੱਡੀ ਦਾ ਖੇਡ ਮੈਦਾਨ ਦੇ ਵਿੱਚ ਚੱਲਦਾ ਹੋਇਆ। ਆ ਵੀ ਗਰਾਊਂਡ ਕਲੀਅਰ ਕਰ ਦਿਓ ਜੀ, ਜਿਹੜੇ ਵੀਰ ਦੀ ਕੋਈ ਗਰਾਊਂਡ ਦੇ ਵਿੱਚ ਡਿਊਟੀ ਨਹੀਂ, ਉਹ ਵੀਰ ਆ ਜਿਹੜਾ ਰੇਡਰ ਮਨਾਵੇ ਵੱਲੋਂ ਪੁਆਇੰਟ ਲੈ ਕੇ ਆ, 100 ਰੁਪਇਆ ਮੇਰੇ ਵੱਲੋਂ ਬਈ, ਤੇ 100 ਰੁਪਇਆ ਪਰਮਿੰਦਰ ਸਰਪੰਚ ਵੱਲੋਂ। ਸਾਡੇ ਬਹੁਤ ਸਤਿਕਾਰਯੋਗ ਬਲਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਵੱਡੇ ਮਾਨ ਬਖਸ਼ਦੇ ਆ,
ਕਿਰਪਾ ਕਰਕੇ ਜਿਹੜੇ ਖਿਡਾਰੀ ਸਪੇਅਰਾਂ ਦੇ ਵਿੱਚ ਆ ਸਾਈਡ ਤੇ ਚਲੇ ਜਾਣ। ਲੈ ਵੀ ਸਿੰਧਵਾ ਤਿਆਰੀ ਫੜਖਾ ਨੌਜਵਾਨਾਂ, ਤਕੜਾ ਹੋ ਗੱਭਰੂਆ। ਖੇਡ ਮੈਦਾਨ ਵਿੱਚ ਉਧਰਲੇ ਬੰਨੇ ਨਾਥੋਗੇ ਪਿੰਡ ਵਾਲਾ ਤਾਰਾ ਵੀ ਸਿਰੇ ਦਾ ਖਿਡਾਰੀ ਹੈ, ਖੇਡ ਦਾ ਕਬੱਡੀ ਇਹਦੀ ਕੌਡੀ ਨਾਲ ਹੀ ਆ ਰਹੀ ਹੈ। ਆ ਗੱਭਰੂ ਕਹਿੰਦੇ ਵੀ ਸਾਨਾ ਵਾਂਗੂ ਭਿੜਕੇ ਨਹੀਂ ਲੈਣਾ ਪੈਂਦਾ, ਪਾਲਾ ਪਤਾ ਲੱਗ ਜਾਂਦਾ ਇੱਥੇ ਪੂਰੇ ਜ਼ੋਰਦਾਰ ਜ਼ੋਰ ਦਾ ਪਤਾ ਲੱਗਦਾ, ਲੜਨਾ ਨਹੀਂ। ਪਿਆਰ ਨਾਲ ਮੇਰੀ ਬੇਨਤੀ ਹੈ, ਕਿਸੇ ਵੀ ਖਿਡਾਰੀ ਨੇ ਕੋਈ ਗਿਲਾ ਸ਼ਿਕਵਾ ਨਹੀਂ ਕਰਨਾ। ਰੌਲਾ ਨਹੀਂ, ਰੌਲਾ ਨਹੀਂ, ਕਿਰਪਾ ਕਰਕੇ ਰੈਫਰੀ ਦਾ ਤੁਸੀਂ ਗਿਲਾ ਸ਼ਿਕਵਾ ਨਹੀਂ ਕਰਨਾ ਕਿਸੇ ਵੀ ਖਿਡਾਰੀ ਨੇ। ਕਿਰਪਾ ਕਰ, ਬੇਨਤੀ ਆ ਵੀ ਮੈਚ ਬਹੁਤ ਤਕੜਾ ਹੈ। ਇੱਕ ਬੰਨੇ ਗਵਾਂਢੀ ਪਿੰਡ ਹੈ, ਉਧਰਲੇ ਬੰਨੇ ਮੇਜ਼ਬਾਨੀ ਕਰਦਾ ਇਹ ਪਿੰਡ ਜਿਹੜਾ ਮਨਾਵੇ ਦੀ ਧਰਤੀ, ਸੰਤ ਮਹਾਂਪੁਰਸ਼ਾਂ ਦੀ ਧਰਤੀ ਹੈ, ਤੇ ਦੂਸਰੇ ਬੰਨੇ ਲੋਕੀ ਨਛੱਤਰ ਕਹਿੰਦੇ ਹੈ, ਪਿੰਡ ਜਲਾਲਾਬਾਦ ਹੈ, ਤੇ ਦੂਸਰੇ ਬੰਨੇ ਨਾਥੋਗੇ ਪਿੰਡ ਦੀ ਧਰਤੀ ਦਾ ਗੱਭਰੂ ਕਹਿੰਦੇ ਕਬੱਡੀ ਇੱਕ ਤਪੱਸਿਆ। ਵੀਡੀਓ ਸਾਹਿਬ ਕਬੱਡੀ ਤਪੱਸਿਆ, ਬਲਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਤੁਸੀਂ ਵੀ ਕਬੱਡੀ ਖੇਡੀ ਹੈ ਕਿ ਕਬੱਡੀ ਇੱਕ ਤਪੱਸਿਆ, ਭਗਤੀ ਕਰਨੀ ਪੈਂਦੀ ਹੈ ਕਿ ਗੁਰੂਆਂ ਸਮਾਨ ਕੋਚਾਂ ਦੀ ਹਰ ਗੱਲ ਜਰਨੀ ਪੈਂਦੀ ਹੈ, ਸਿਰ ਦੇ ਉੱਪਰ ਚੱਲਣੇ ਪੈਂਦੇ ਨੇ ਦੁੱਖਾਂ ਦੇ ਪਹਾੜ ਮਿੱਤਰੋ, ਫਿਰ ਬਣਿਆ ਜਾਂਦਾ ਕਿਤੇ ਕਬੱਡੀ ਦੇ ਸੁਪਰ ਸਟਾਰ ਮਿੱਤਰੋ। ਕਬੱਡੀ ਖੇਡਣੀ ਬੜੀ ਔਖੀ ਹੈ। ਉਧਰਲੇ ਬੰਨੇ ਸਿੰਧੂ ਹੈ, ਇੱਕ ਤੂਤਾਂ ਵਾਲਾ, ਇੱਕ ਇਹ ਨੌਜਵਾਨ ਹੈ, ਬੱਲੇ ਬੱਲੇ ਹੋਈ ਪਈ ਹੈ, ਗੁੱਟਫੜ ਬੱਜੀ ਹੋਈ ਕਹਿੰਦੀ ਹੈ, ਵਾਹ ਉਹ ਨੌਜਵਾਨਾਂ। ਇਧਰਲੇ ਬੰਨੇ ਦੇਖਦੇ ਹੈ ਬਹੁਤ ਹੀ ਤਕੜੀ ਜਿਹੜੀ ਮੇਹਰ ਹੈ, ਕਦੇ ਤਵੀਆਂ ਤੇ ਕਦੇ ਛਵੀਆਂ ਤੇ ਕਦੇ ਤਲਵਾਰਾਂ ਦੀਆਂ ਨੋਕਾਂ ਤੇ, ਕੀ ਲਫ਼ਜ਼ਾਂ ਵਿੱਚ ਬਿਆਨ ਕਰਾਂ ਕੀ ਗੁਜਰੀ ਆਸ਼ਕ ਲੋਕਾਂ ਤੇ। ਵਾਹਿਗੁਰੂ ਦੀ ਬਖਸ਼ੀ ਹੋਈ ਸਿੱਖੀ ਬੜੀ ਮੇਹਰ ਹੈ। ਇਹ ਨੌਜਵਾਨ ਸਟੈਪਰ ਨੂੰ 100 ਰੁਪਇਆ ਜਾਂਟੇ ਵੱਲੋਂ, ਹਾਂਜੀ ਪਲੀਜ਼, ਹਾਂਜੀ ਮੈਂਟੇ ਵੀਰ ਵੱਲੋਂ 100 ਰੁਪਇਆ, ਇਹ ਗਿਆਨੀ ਨੂੰ ਜਿਹਨੇ ਜੱਫਾ ਲਾਇਆ ਹੁਣ, ਮੈਂਟੇ ਵੱਲੋਂ 100 ਰੁਪਇਆ। ਸਾਡੇ ਜਹੇਦਾਰ ਸਰਦਾਰ ਮਹਿੰਦਰ ਸਿੰਘ ਜੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ, 100 ਰੁਪਇਆ ਸਿੰਧੂ ਜਲਾਲਾਬਾਦੀ ਲਈ, ਸਾਡੇ ਪਰਮਜੀਤ ਸਿੰਘ ਜੀ ਸੰਧੂ ਮਨਾਵੇ ਵਾਲੇ ਕੈਨੇਡਾ, ਉਹਨਾਂ ਵੱਲੋਂ ਵੀ 100 ਰੁਪਏ ਦੇ ਆਦਰ ਸਤਿਕਾਰ ਪੁੱਜੇ ਹੈ। ਇਹਨੂੰ ਪਤਾ ਲੱਗਦਾ ਵੀ ਦਰਸ਼ਕਾਂ ਨੂੰ ਬੜਾ ਭਾਉਂਦਾ ਇਹ ਮੈਚ ਕਬੱਡੀ ਦਾ। ਖੇਡ ਮੈਦਾਨ ਵਿੱਚ ਤੱਕੀਏ, ਚੱਲ ਵੀ ਬਲਖੰਡੀ ਪਿੰਡ ਵਾਲਿਆ, ਪਾ ਕਬੱਡੀ ਪਾਲੇ ਦਾ ਬਹੁਤ ਵੱਡਾ ਨਾਮ ਹੈ ਕਬੱਡੀ ਜਗਤ ਵਿੱਚ। ਆ ਗੱਭਰੂਆ ਪਾ ਕਬੱਡੀ, ਵੱਧ ਵੀ ਨੌਜਵਾਨਾਂ ਕਿਸ ਖਿਡਾਰੀ ਨੇ ਕੌਡੀ ਪਾਉਣੀ ਹੈ, ਆਪਾਂ ਸਮੇਂ ਦੀ ਉਡੀਕ ਕਰਾਂਗੇ। ਦੋ ਵੀਰ ਦਈ ਮੇਰੇ ਪਾਸੋਂ ਖਾਣ ਨੂੰ ਬੜਾ ਹੀ ਚਿੱਤ ਕਰਦਾ ਹੈ, ਦੋਵੇਂ ਵੀਰ ਜਿਹੜੇ ਕਬੱਡੀ ਦੇ ਬਹੁਤ ਤਕੜੇ ਖਿਡਾਰੀ ਹੈ, ਦੋ ਖਿਡਾਰੀ ਖੇਡ ਰਹੇ ਹੈ, ਇੱਕ ਮਨਾਵੇ ਪਿੰਡ ਦਾ ਹੈ, ਇੱਕ ਜਲਾਲਾਬਾਦੀ ਆ ਨੌਜਵਾਨ। ਗੱਭਰੂ ਫੇਰ ਟੁੱਟ ਲੱਗਾ, ਆ ਹੋਈ ਪਈ ਬੱਲੇ ਬੱਲੇ, ਨਹੀਂ ਰੀਸਾਂ ਨੌਜਵਾਨਾਂ, ਮਾਤ ਨੂੰ ਮਖਾਲਾ ਕਰਨ ਵਾਲੀ ਇਹ ਕਾਮ ਹੈ। ਬਾਉਂਡਰੀ ਲੈਣ ਤੇ ਹੋਇਆ ਪਿਆ ਬਹੁਤ ਤਕੜਾ ਮੁਕਾਬਲਾ ਕਬੱਡੀ ਦਾ, ਔਰ 10 ਵੀ ਇਧਰਲੇ ਬੰਨੇ ਮਚਾਕੀ ਦਾ ਸੇਵਾ। ਸਾਡੇ ਸਰਦਾਰ ਰੂਪ ਸਿੰਘ ਜੀ ਮਨਾਵਾ ਵੀ ਬਹੁਤ ਵੱਡੇ ਆਦਰ ਭੇਜਦੇ ਹੈ ਇਸ ਨੌਜਵਾਨ ਲਈ। ਸਾਰਾ ਮੇਲਾ ਲੁੱਟ ਲੈਣਾ ਮੰਨਿਆ ਜਿਸ ਖਿਡਾਰੀ ਨੇ, ਮੈਂ ਦੇਖਦਾ ਵੀ ਬਹੁਤ ਤਕੜੇ ਜੱਫੇ ਲਾਉਂਦਾ ਹੈ, ਮੁੱਲ ਪਵੇਗਾ ਜਿਵੇਂ ਕਹਿੰਦੇ ਵੀ ਅਠੂਰ ਦੇ ਏਕਮ ਦਾ ਵਰਲਡ ਕਬੱਡੀ ਕੱਪ ਵਿੱਚ ਪਿਆ। ਪਰ ਮੈਂ ਦੇਖਦਾ ਵੀ ਦੂਸਰੇ ਬੰਨੇ ਨਛੱਤਰ ਲੋਕੀ ਸੱਤਾ ਕਹਿੰਦੇ ਹੈ, ਖੇਡ ਮੈਦਾਨ ਵਿੱਚ ਕਬੱਡੀ ਪਾਉਣ ਲਈ ਵਧਿਆ ਹੋਇਆ। ਬੂਟਾ ਸਿੰਘ ਜੀ ਸਖਚੈਨ ਵੱਲੋਂ 100 ਰੁਪਇਆ ਬਣਾਵੇ ਟੀਮ ਨੂੰ। ਗੁਰਪ੍ਰੀਤ ਗੋਪੀ ਜੀ ਸਾਡੇ ਬਹੁਤ ਵੱਡਾ ਆਦਰ 100 ਰੁਪਏ ਦਾ ਭੇਜਦੇ ਹੈ, ਔਰ ਬਹੁਤ ਵੱਡੇ ਆਦਰ ਸਤਿਕਾਰ ਭੇਜੇ ਜਾ ਰਹੇ ਹੈ। ਸਾਡਾ ਵੀਰ ਕੁਲਜੀਤ ਸੰਧੂ ਬਾਰ ਵਾਲੇ ਨਿੱਟ ਦੇ ਜ਼ਰੀਏ ਸ਼ਾਬਾਸ਼ੇ ਆਖਦੇ ਹੈ। ਉਧਰਲੇ ਬੰਨੇ ਨਿਰਮਲ ਸਿੰਘ ਜੀ ਕੈਨੇਡਾ, ਉਹਨਾਂ ਵੱਲੋਂ ਵੀ ਜਿਹੜੀਆਂ ਦੋ ਫਰਿੱਜਾਂ ਦਿੱਤੀਆਂ ਜਾਣੀਆਂ ਹੈ।
ਕਲੀ ਵਾਲਾ ਵੀਰ ਲੈਣਾ ਦੇ ਉੱਪਰ ਕਲੀ ਪਾ ਦੇ, ਸੰਧੂ ਸਾਹਿਬ ਜੀ ਥੋੜਾ ਸਾਈਡ ਤੇ ਹੋ ਜਾਓ। ਲੈ ਬਈ ਬਲਖੰਡੀ ਵਾਲਿਆ ਹੁਣ ਪਤਾ ਲੱਗਣਾ ਨੌਜਵਾਨਾਂ, ਜੇ ਭੱਜ ਜਾਣਾ ਮਾਣ ਤੈਨੂੰ ਵੀ ਮਿਲਣੇ ਆ। ਵਾਹ ਉਹ ਗੱਭਰੂਆ, ਇੱਕ ਗੱਲ ਮੈਂ ਕਹਾਂਗਾ ਮਨਾਵੇ ਵਾਲਿਓ, ਜਿਵੇਂ ਮੁੰਡਾ ਕੌਡੀ ਖੇਡਦਾ ਤੁਸੀਂ ਵੀ ਮਿਹਨਤਾਂ ਲਾਓ, ਜਿਮ ਜਵਾਇਨ ਕਰ ਲਓ, ਗਰਾਊਂਡ ਖੇਡੋ। ਬੂਟਾ ਸਿੰਘ ਜੀ ਗੋਪੀ ਵੱਲੋਂ 100 ਰੁਪਇਆ ਮਨਾਵੇ ਟੀਮ ਨੂੰ। ਸਾਡੇ ਵੀਰ ਗੁਰਪ੍ਰੀਤ ਗੋਪੀ ਜੀ ਨਾਲ ਅਵਤਾਰ ਸਿੰਘ ਜੀ ਮਨਾਵਾ ਕਬੱਡੀ ਦੇ ਕੋਚ ਹੈ, ਉਹਨਾਂ ਵੱਲੋਂ ਵੀ 100 ਰੁਪਇਆ ਸਿੰਧੂ ਜਲਾਲਾਬਾਦੀ ਲਈ ਦਿੱਤਾ ਗਿਆ ਹੈ। ਆਪਾਂ ਧੰਨਵਾਦ ਕਰਦੇ ਹਾਂ ਹੌਲਦਾਰ ਸਾਹਿਬ, ਤੁਸੀਂ ਵੀ ਦੇ ਦਿਓ ਇੱਕ 100 ਰੁਪਇਆ ਕੱਢੋ। ਜੇ ਕਿਸੇ 100-100 ਦੇ ਨੋਟ ਲੈਣੇ ਨਾ ਸਾਡੇ ਕੋਲ ਆ ਕੇ ਲੈ ਜਾਓ ਸਟੇਜ ਤੋਂ। ਉਧਰਲੇ ਬੰਨੇ ਸਰਦਾਰ ਬਲਵੀਰ ਸਿੰਘ ਜੀ ਹਾਲਦਾਰ ਸਾਹਿਬ ਵੀ ਬਹੁਤ ਵੱਡਾ ਮਾਨ ਭੇਜਦੇ ਹੈ। ਹਾਂਜੀ, ਜਿਹੜਾ ਆ ਮੁੰਡਾ ਰੇਡਰ ਪੁਆਇੰਟ ਲੈ ਕੇ ਆਇਆ ਜਗਰਾਜ ਸਿੰਘ ਨੰਬਰਦਾਰ ਵੱਲੋਂ 100 ਰੁਪਇਆ ਜੀ ਇਹਨੂੰ ਦਿੱਤਾ ਜਾਂਦਾ। ਕੀਪਾ ਕੀਪਾ ਜੀ ਸਤਨਾਮ ਸਿੰਘ ਜੀ ਸਾਡੇ ਗਿਆਨੀ ਜੀ ਬਹੁਤ ਵੱਡਾ ਮਾਨ ਭੇਜਦੇ ਹੈ। ਉਧਰਲੇ ਬੰਨੇ ਕਹਿੰਦੇ ਵੀ ਜਲਾਲਾਬਾਦੀ ਆ, ਕਹਿੰਦਾ ਵੀ ਅੱਜ ਨੋਟਾਂ ਦੀ ਮਸ਼ੀਨ ਬਣ ਜਾਣਾ ਹੈ। ਖੇਡ ਮੈਦਾਨ ਵਿੱਚ ਦੇਖਦੇ ਲਗਾਤਾਰ ਲੱਗਦੇ ਹੋਏ ਜੱਫੇ। ਮਨਾਵੇ ਦੇ ਖਿਡਾਰੀਆਂ ਨੇ ਚੋਣ ਕੀਤੀ ਆ ਵੀ ਸਾਨੂੰ ਕੌਣ ਖਿਡਾਰੀ ਹੈ ਕਬੱਡੀ ਦਾ ਟੂਰਨਾਮੈਂਟ ਜਿਤਾ ਸਕਦਾ ਹੈ। ਮਨਾਵੇ ਵਾਲਿਓ ਮੀਂਹ ਲਾ ਦਿਓ ਪੈਸਿਆਂ ਦਾ, ਲਾਓ ਸਾਹਮਣੇ ਪਾ ਗੱਭਰੂਆ ਕਬੱਡੀ। ਬਲਖੰਡੀ ਵਾਲਿਓ ਇੱਕ ਜੱਫਾ ਲਾ ਦਿਓ, ਤਾੜੀਆਂ ਤੁਹਾਡੇ ਜੱਫੇ ਤੇ ਵੀ ਵੱਜਣੀਆਂ ਹੈ। ਔਰ ਮੈਂ ਦੇਖਦਾ ਵੀ ਦੋਵੇਂ ਟੀਮਾਂ ਜਿਹੜੀਆਂ ਇਸ ਏਰੀਏ ਦੀਆਂ ਕਹਿ ਲਈਏ ਵੀ ਹੁਣ ਮਸ਼ਹੂਰ ਹੋ ਜਾਣੀਆਂ ਹੈ, ਕਿਉਂਕਿ ਪੂਰਾ ਵਰਲਡ ਇਸ ਕਬੱਡੀ ਨਾਲ ਜੁੜਿਆ ਹੋਇਆ ਹੈ। ਆਪਾਂ ਧੰਨਵਾਦ ਕਰਾਂਗੇ ਕਬੱਡੀ ਜਿਹੜੀ ਦੂਸਰੇ ਬੰਨੇ ਸਤਨਾਮ ਨਛੱਤਰ ਜਲਾਲਾਬਾਦੀ ਪਾਉਂਦਾ ਹੋਇਆ, ਐਨ ਸਾਂਵਲੇ ਜੇ ਰੰਗ ਛਾਟਵਾਂ ਜਾਂ ਸਰੀਰ, ਆ ਹਿਰਨ ਵਾਂਗੂ ਚੁੰਗੀਆਂ ਭਰੀਆਂ ਨੌਜਵਾਨ ਖਿਡਾਰੀ ਨੇ। ਸਾਡਾ ਵੀਰ ਕਾਕੂ 100 ਰੁਪਇਆ ਭੇਜਦਾ ਗਿਆਨੀ ਲਈ। ਉਧਰਲੇ ਬੰਨੇ ਦੇਖਦੇ ਵੀ ਹੁਣ ਕਮਾਲ ਦੀ ਖੇਡ ਹੋਣੀ ਹੈ, ਗੱਭਰੂ ਚਟਾਨ ਵਾਂਗੂ ਡਟਿਆ ਪਿਆ, ਔਰ ਕਬੱਡੀ ਬਹੁਤ ਤਕੜੀ ਹੈ, ਉੱਡੀ ਮਾਂ ਮਿੱਟੀ ਦੀ ਧੂੜ ਹੈ। ਡਾਕਟਰ ਸਾਹਿਬ ਉਹ ਵੀ 100 ਰੁਪਇਆ ਮਨਾਵੇ ਦੀ ਟੀਮ ਨੂੰ ਨਾਮ ਭੇਜਦੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਮਨਦੀਪ ਸਿੰਘ ਜੀ ਡਾਕਟਰ ਵੈਟਨਰੀ, ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਜੀ। ਅਗਲੇ ਮੈਚਾਂ ਦੀ ਮਾਨੇ ਵੀਰ ਕਾਰਵਾਈ ਮੈਨੂੰ ਦੇ ਦਿਓ, ਜਗਸੀਰ ਜੀ ਜਾਂ ਕਬੱਡੀ ਓਪਨ ਦੇ ਮੈਚ ਹੈ ਜਾਂ ਬਜ਼ੁਰਗਾਂ ਦੀਆਂ ਦੌੜਾਂ ਹੈ, ਜਿਸ ਤਰ੍ਹਾਂ ਤੁਸੀਂ ਖੇਡ ਮੈਦਾਨ ਦੀਆਂ ਜ਼ਿੰਮੇਵਾਰੀਆਂ ਸਾਂਭੀਆਂ ਹੋਈਆਂ ਹੈ। ਉਧਰਲੇ ਬੰਨੇ ਕਬੱਡੀ ਬਹੁਤ ਤਕੜੀ ਹੈ, ਨੌਜਵਾਨ ਗੱਭਰੂ ਅੱਜ ਕਹਿੰਦੇ ਵੀ 2 ਖਿਡਾਰੀ ਬਾਹਰ ਦੇ ਖੇਡਦੇ, 2 ਹੀ ਕਬੱਡੀ ਓਪਨ ਵਿੱਚ ਖੇਡਣੇ ਹੈ। ਚੱਲ ਵੀ ਨੌਜਵਾਨਾਂ 4 ਜਾਫੀ ਪੂਰੇ ਕਹਿੰਦੇ ਵੀ ਗਵਾਂਢੀ ਪਿੰਡਦੇ ਹੈ। ਨੌਜਵਾਨ ਗੱਭਰੂ ਕੌਣ ਚਾਹਾਂ ਵਿੱਚੋਂ ਇਸ ਨੌਜਵਾਨ ਨੂੰ ਡੱਕਣ ਦੀ ਕੋਸ਼ਿਸ਼ ਕਰੇਗਾ। ਉਧਰਲੇ ਬੰਨੇ ਸੁੱਖਾ ਆਖਦੇ ਆ ਲੋਕੀ ਇਸ ਖਿਡਾਰੀ ਨੂੰ, ਪਰ ਜੱਫਾ ਨਹੀਂ ਲਾ ਸਕਿਆ। ਅਮਰਜੀਤ ਸਿੰਘ ਬਲਾਕ ਸ਼ਾਂਤੀ ਮੈਂਬਰ ਵੱਲੋਂ 100 ਰੁਪਇਆ ਮਨਾਵੇ ਦੀ ਟੀਮ ਨੂੰ ਦਿੱਤਾ ਜਾਂਦਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਅਮਰਜੀਤ ਸਿੰਘ ਜੀ ਬਲਾਕ ਸ਼ਾਂਤੀ ਮੈਂਬਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਹਾਂਜੀ, ਉਧਰਲੇ ਬੰਨੇ ਸਰਦਾਰ ਅਮਰਜੀਤ ਸਿੰਘ ਜੀ ਸੰਧੂ ਬਲਾਕ ਸ਼ਾਂਤੀ ਮੈਂਬਰ ਬਹੁਤ ਵੱਡੇ ਆਦਰ ਭੇਜਦੇ ਆ, 500 ਰੁਪਇਆ ਮੇਰੇ ਲਈ ਭੇਜਿਆ ਉਹਨਾਂ ਨੇ, ਬਹੁਤ ਵੱਡਾ ਧੰਨਵਾਦ ਕਰਦੇ ਆ ਬੋਲਾਂ ਤੋਂ ਖੁਸ਼ ਹੋ ਕੇ। ਔਰ 500 ਰੁਪਇਆ ਉਧਰਲੇ ਬੰਨੇ ਵਿੱਕੀ ਕਨੇਡਾ ਬੈਠਾ, ਨਾਲ ਮੇਰਾ ਵੀਰ ਰਮਨ ਕਨੇਡਾ, ਔਰ ਸਾਡਾ ਵੀਰ ਗੋਪੀ, ਉਹਨਾਂ ਵੱਲੋਂ ਵੀ ਬਹੁਤ ਵੱਡੇ ਆਦਰ ਸਤਿਕਾਰ ਪੁੱਜੇ ਹੈ। ਔਰ ਗੁਰੂ ਜੀ ਸਿੱਟ ਕਰ ਦਿਓ, ਥੋੜੀਆਂ ਬਿਸਲਾਂ ਜੀਆਂ ਵੱਜਦੀਆਂ। ਗਰਾਊਂਡ ਬਹੁਤ ਵਧੀਆ ਉਧਰਲੇ ਬੰਨੇ ਕਬੱਡੀ ਦਾ, ਮੈਚ ਬਹੁਤ ਤਕੜਾ ਹੈ। ਨੌਜਵਾਨ ਗੱਭਰੂ ਦੀ ਪਾਈ ਹੋਈ ਕਬੱਡੀ ਇੱਥੇ ਜੇ ਰੱਖ ਲਓ ਗੁਰੂ ਜੀ, ਬਹੁਤ ਮਿਹਰਬਾਨੀ ਹੈ। ਕਬੱਡੀ ਇਸੇ ਪਿੰਡ ਦੇ ਨੌਜਵਾਨ ਨੇ ਪਾਈ ਹੈ। ਉਧਰਲੇ ਬੰਨੇ ਨੌਜਵਾਨ ਖੁੱਚੀ ਲੱਗਾ ਤੇ ਕਬੱਡੀ ਦਾ ਮੈਚ ਆਪਾਂ ਤੱਕੀਏ ਵੀ ਬਾਉਂਡਰੀ ਲਾਈਨ ਦੇ ਉੱਪਰ ਹੁੰਦੀ ਹੋਈ ਟੱਕਰ, ਪੁਆਇੰਟ ਜਿਹੜਾ ਕਾਮਨ ਹੋ ਚੁੱਕਾ ਹੈ। ਉਧਰਲੇ ਬੰਨੇ ਦੇਖਦੇ ਹੈ ਪਲੀਜ਼। ਹਾਂਜੀ, ਅਗਲਾ ਮੈਚ ਟੀਮਾਂ ਅਨਾਊਂਸ ਕਰ ਦਿਓ, ਦੋਵੇਂ ਸਾਫੂ ਵਾਲਾ ਦੇ ਚੂੜ ਚੱਕ ਸੈਂਕਲ ਸੈਮੀਫਾਈਨਲ, ਦੋਵੇਂ ਟੀਮਾਂ ਵੇਟਿੰਗ ਰੂਮ ਚ ਪਹੁੰਚ ਜਾਣ।
ਬਲਖੰਡੀ ਦੀ ਟੀਮ ਲਈ ਮੰਦਿਰ ਬਣਾਵਾਂ ਜੀ, ਰਣਜੀਤ ਖੋਸਾ ਕੋਟਲਾ 100 ਰੁਪਇਆ ਭੇਜਦੇ ਆ, ਆਪਾਂ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਹਾਂ। ਪੈਸੇ ਲੈ ਲਓ ਜੀ ਬਲਖੰਡੀ ਵਾਲਿਓ। ਔਰ ਰੌਲਾ ਨਹੀਂ ਬਲਖੰਡੀ ਵਾਲਿਓ, ਤੁਸੀਂ ਵੀ ਸਾਨੂੰ ਓਨੇ ਹੋ ਤੇ ਮਨਾਵੇਂ ਦੀ ਟੀਮ ਵੀ ਸਾਨੂੰ ਓਨੀ ਹੈ, ਬਹੁਤ ਮਿਹਰਬਾਨੀ। ਪਰ ਪੁਆਇੰਟ ਜੇ ਜਿਹੜਾ ਮੈਚ ਹੈ, ਹਿੱਕ ਦੇ ਜ਼ੋਰ ਨਾਲ ਜਿੱਤਿਆ ਜਾਣਾ ਹੈ, ਜਾਂ ਤਾਂ ਤਕਨੀਕ ਨਾਲ ਜਿੱਤਿਆ ਜਾਣਾ ਜਾਂ ਹਿੱਕ ਦੇ ਜ਼ੋਰ ਨਾਲ ਜਿੱਤਿਆ ਜਾਣਾ ਹੈ। ਰਾਜੂ ਬਲਖੰਡੀ ਵਾਲਾ ਪੁੱਜਿਆ ਜੀ, ਉਹਨੂੰ ਬੁਲਟ ਮੋਟਰਸਾਈਕਲ ਦਿੱਤਾ ਜਾਣਾ ਹੈ। ਕੱਲ ਮੇਰੇ ਪਿੰਡ ਦੇ ਕਬੱਡੀ ਕੱਪ ਦੇ ਉੱਪਰ ਯਾਤੋ ਵਾਲਾ ਭਾਵੀ ਤੇ ਸਾਡੇ ਪ੍ਰਵਾਸੀ ਭਰਾਵਾਂ ਵੱਲੋਂ ਬੁਲਟ ਮੋਟਰਸਾਈਕਲ ਦਿੱਤਾ ਜਾਣਾ ਸਰਦਾਰ ਨਛੱਤਰ ਸਿੰਘ ਸੰਧੂ ਦੇ ਪੁੱਤ ਨੂੰ, ਜਿਹਨੇ ਕਬੱਡੀ ਬਹੁਤ ਤਕੜੀ ਖੇਡੀ ਹੈ। ਅਗਲੀਆਂ ਟੀਮਾਂ ਜਿਹੜੀਆਂ ਬੇਟਿੰਗ ਬਾਅਦ ਵਿੱਚ ਪਿੱਛੇ ਚੱਲੀਆਂ ਜਾਣ, ਆ ਜਿਹੜੀਆਂ ਟੀਮਾਂ ਹੁਣ ਪੁੱਜੀਆਂ, ਕਿਰਪਾ ਕਰਕੇ ਵੀਡੀਓ ਸਾਹਿਬ ਵੇਟਿੰਗ ਬਸ ਵਿਹਲਾ ਕਰਾ ਦਿਓ ਕਿਰਪਾ ਕਰਕੇ, ਕਿਉਂਕਿ ਬਾਅਦ ਵਿੱਚ ਆਪਾਂ ਨੂੰ ਬੜੀ ਪ੍ਰੋਬਲਮ ਆਊਗੀ ਜਿੱਥੇ ਵੀਰ ਰੁਕੇ ਆ। ਵੇਟਿੰਗ ਬਸ ਜਿਹੜਾ ਵਿਹਲਾ ਕਰਾ ਦਿਓ। ਇੱਕ ਬੰਨੇ ਨੌਜਵਾਨ ਜਲਾਲਾਬਾਦੀ ਆ, ਫੇਰ ਗੁੱਟ ਫੜਦਾ, ਪਰ ਪੁਆਇੰਟ ਜਿਹੜਾ ਨੌਜਵਾਨ ਬਲਖੰਡੀ ਦੀ ਟੀਮ ਦੇ ਹਿੱਸੇ ਜੁੜੇ ਆ। ਹੈਲੋ, ਆ ਬਲਖੰਡੀ ਵਾਲਿਆਂ ਨੂੰ ਅਮਰਜੀਤ ਸਿੰਘ ਬਲਾਕ ਸਮਿਤੀ ਵੱਲੋਂ 100 ਰੁਪਇਆ ਦਿੱਤਾ ਜਾਂਦਾ ਬਲਖੰਡੀ ਵਾਲੀ ਟੀਮ ਨੂੰ। ਬੂਟੇ ਵੀਰ, ਬੂਟੇ ਵੀਰ, ਓਪਨ ਦੀਆਂ ਕਬੱਡੀਆਂ ਨੂੰ ਅਨਾਊਂਸ ਕਰ ਦਿਓ ਬਾਈ ਮੇਰਾ। ਔਰ ਮੇਰੀ ਬੇਨਤੀ ਵੀ ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਉਧਰਲੇ ਬੰਨੇ, ਸ਼੍ਰੀ ਹੇਮਕੁੰਟ ਟਰਾਂਸਪੋਰਟ ਗੁਹਾਟੀ ਵਾਲੇ ਸਾਡੇ ਕਾਕੂ ਮਨਾਵਾਂ ਜੀ, ਬਹੁਤ ਸਤਿਕਾਰਯੋਗ ਹੈ ਜ਼ਿੰਦਗੀ ਦੀ ਸ਼ਖਸੀਅਤ, ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਹੈ। ਉਧਰਲੇ ਬੰਨੇ ਕਬੱਡੀ ਨੌਜਵਾਨ ਗੱਭਰੂ ਨੇ ਪਾਈ ਹੈ, ਪਰਵਿੰਦਰ ਸੰਧੂ ਸਰਪੰਚ ਮਨਾਵੇਂ ਵਾਲੇ, ਨਾਲ ਮੇਰਾ ਵੀਰ ਗੁਰਜੰਟ ਜੀ, ਸਾਡੇ ਜ਼ਿੰਦਗੀ ਦੇ ਬਹੁਤ ਸਤਿਕਾਰਯੋਗ ਵੀਰ ਹੈ। ਸਾਰਿਆਂ ਨੂੰ ਅਸੀਂ ਮਾਈਕ ਦੇ ਉੱਪਰੋਂ ਆਦਰ ਦਿੰਦੇ ਜਾਵਾਂਗੇ। ਚੱਲ ਵੀ ਨੌਜਵਾਨ ਭਾਗਲੀ ਕਬੱਡੀ ਖੇਡ ਮੈਦਾਨ ਵਿੱਚ ਬਹੁਤ ਹੀ ਤਕੜਾ ਮੈਚ ਹੈ ਦੋ ਟੀਮਾਂ ਦੇ ਦਰਮਿਆਨ। ਸ਼੍ਰੀ ਹੇਮਕੁੰਟ ਟਰਾਂਸਪੋਰਟ ਮਨਾਵਾਂ ਕਾਕੂ ਗੁਹਾਟੀ ਜਿਵੇਂ ਗੱਲ ਕਰਦੇ ਹੈ, ਬਹੁਤ ਵੱਡੇ ਆਦਰ ਸਤਿਕਾਰ। ਆ ਰੇਡਰ ਦੇ ਲਈ 100 ਰੁਪਇਆ ਫੜ ਲਓ ਜੀ, 200 ਰੁਪਏ ਦੇ ਆਦਰ ਸਤਿਕਾਰ ਮੇਰੇ ਲਈ ਭੇਜੇ ਉਹਨਾਂ ਨੇ, ਆਹ ਦੇ ਦਿਓ ਜੀ ਉਹਨਾਂ ਨੂੰ। ਉਧਰਲੇ ਬੰਨੇ ਮੁੰਡਾ ਕਹਿੰਦੇ ਵੀ ਹੁਣ ਕਹਿਰ ਦੀ ਕਬੱਡੀ ਖੇਡਦਾ, ਲੋਕੀ ਤਾੜੀਆਂ ਮਾਰਦੇ ਹੈ। ਵਾਹ ਉਹ ਨੌਜਵਾਨਾਂ ਕਿ ਸਾਂਝਾ ਬੱਬੂ ਆ, ਸਾਂਝਾ ਸਿੰਘਾਂ ਦੇ ਹੱਥ ਬੜੇ ਭਾਰੀ ਹੈ, ਕਿ ਮਰਨੋਂ ਮੂਲ ਨਹੀਂ ਡਰਦੇ ਜਿਹੜੇ ਅੱਤ ਦੇ ਸ਼ਿਕਾਰੀ ਹੈ, ਫਿੱਕਾ ਤਾਣ ਕੇ ਫੜਦੇ ਜਿਹੜੇ ਜਾਫੀ ਸਿਰੇ ਦੇ ਖਿਡਾਰੀ ਹੈ। ਪਲੀਜ਼ ਬੂਟੇ ਵੀਰ, ਮੰਦਰਜੀਤ ਸਿੰਘ BKU ਵੱਲੋਂ ਆਹ ਲੜਕੇ ਨੂੰ ਜਿਹਨੇ ਜੱਫਾ ਲਾਇਆ ਗਿਆਨੀ ਨੇ 100 ਰੁਪਇਆ। ਉਧਰਲੇ ਬੰਨੇ ਬੱਲੀ ਸੰਧੂ ਜੀ ਵੀ ਬਹੁਤ ਵੱਡਾ ਮਾਨ ਭੇਜਦੇ ਆ ਇਸ ਨੌਜਵਾਨ ਯਾਫੀ ਲਈ। ਆ ਪੈਸੇ ਫੜ ਲਓ ਜੀ, ਦੀਨਾ ਸਾਹਿਬ ਨੂੰ ਪੈਸੇ ਫੜਾ ਦਿਓ। ਉਧਰਲੇ ਬੰਨੇ ਭਿੰਦਰ ਨਡਿਆਲੇ ਵਾਲਾ ਪੁੱਜ ਗਿਆ, ਸੁਖਦੇਵ ਦੀਨਾ ਸਾਹਿਬ ਦੀ ਧਰਤੀ ਦਾ ਸੇਵਾ ਮਚਾਕੀ ਵਾਲਾ, ਇੱਕ ਬੰਨੇ ਬਲਖੰਡੀ ਵਾਲਾ। ਵਾਹ ਨੌਜਵਾਨ ਖੇਡ ਕਬੱਡੀ ਫੁਰਤੀ ਦੀ ਕੰਮ ਭਿੰਦਾ ਝੋਟੇ ਦਾ, ਹੁਣ ਪੱਟਾਂ ਤੇ ਹੱਥ ਮਾਰਿਆ ਕੁਛ ਨੀ ਬਣਨਾ ਨੌਜਵਾਨ, ਮਿੱਟੀ ਨਾਲ ਫਰੋਲ ਜੋਗੀ ਆ, ਹੁਣ ਲੱਭਣੇ ਨੀ ਲਾਲ ਗਵਾਚੇ, ਤਿੰਨ ਰੰਗ ਨਹੀਂ ਉਹ ਲੱਭਦੇ ਇੱਕ ਹੁਸਨ ਜਵਾਨੀ ਮਾਪੇ। ਔਰ ਮੈਂ ਦੇਖਦਾ ਵੀ ਜਿਹੜਾ ਸਮਾਂ ਬੀਤ ਜਾਂਦਾ ਉਹ ਮੁੜ ਹੱਥ ਨਹੀਂ ਆਉਂਦਾ। ਕਬੱਡੀ ਜਿਹੜੀ ਨੌਜਵਾਨ ਬਲਖੰਡੀ ਦੇ ਗੱਭਰੂ ਨੇ ਪਾਈ ਹੈ, ਆਹ ਜਲਾਲਾਬਾਦੀ ਆ, ਫੇਰ ਮੈਂ ਦੇਖਦਾ 100 ਰੁਪਇਆ ਉਧਰਲੇ ਬੰਨੇ। ਮਨਜੀਤ ਸਿੰਘ ਜੀ ਉਹ ਬਹੁਤ ਵੱਡੇ ਮਾਨ ਹੈ, ਬੱਲੀ ਸੰਧੂ ਜੀ ਉਹ ਵੀ ਭੇਜ ਰਹੇ ਹੈ ਇਹ ਨੌਜਵਾਨ ਗੱਭਰੂ ਲਈ। ਔਰ ਬੋਰੀਆਂ ਨਿਚੋੜੀਆਂ ਤੇ ਰੱਸੇ ਬੜੇ ਚੜਿਆ, ਕਿ ਕਾੜਨੀ ਚੋਂ ਦੁੱਧ ਪੀਤਾ ਮਲਾਈ ਸਣੇ ਕੜਿਆ, ਕਿ ਜਲਾਲਾਬਾਦੀ ਸ਼ਿੰਦੂ ਦਾ ਬੰਦਾ ਛੁੱਟਦਾ ਨਹੀਂ ਫੜਿਆ, ਜਾਣਦਾ ਉਹ ਧਾਵੀ ਗੁੱਟ ਜੀਦਾ ਜੀਦਾ ਫੜਿਆ, ਜਾਣਦਾ ਉਹ ਧਾਵੀ ਗੁੱਟ ਜੀਦਾ ਜੀਦਾ ਫੜਿਆ। ਇਹ ਬਲਵਿੰਦਰ ਸਿੰਘ ਜੀ ਉਹ ਖਿਡਾਰੀ ਹੈ, 45 ਕਿਲੋ ਵਰਗ ਦੇ ਵਿੱਚ ਮੈਂ ਪਹਿਲੀ ਵਾਰ ਇਸ ਨੌਜਵਾਨ ਨੂੰ ਮਾਝੇ ਦੀ ਧਰਤੀ ਹਰੀ ਕੇ ਪਿੰਡ
ਔਰ ਇਸ ਨੌਜਵਾਨ ਦਾ ਮੈਂ ਇਤਿਹਾਸ ਵੀ ਤੁਹਾਨੂੰ ਦੱਸਾਂਗਾ। ਟੀਮ ਭਾਵੇਂ ਮਨਾਵੇਂ ਦੀ ਜਿੱਤ ਗਈ ਹੈ। ਹੈਲੋ ਸਤਨਾਮ ਦੇ ਲਈ ਕੁਮਾਰ ਮਾਸਟਰ ਜੀ ਵੱਲੋਂ 100 ਰੁਪਇਆ ਸਤਨਾਮ ਸਿੰਘ ਨੂੰ ਦਿੱਤਾ ਜਾਂਦਾ ਹੈ ਜੀ। ਔਰ ਨੋਟ ਕਰ ਲਓ ਜੀ, ਸਾਡੇ ਬਹੁਤ ਸਤਿਕਾਰਯੋਗ ਸਤਨਾਮ ਦੇ ਲਈ ਬਲਵਿੰਦਰ ਸਿੰਘ ਜੀ ਵੀਡੀਓ ਦੇ ਭਤੀਜਾ ਸਾਹਿਬ ਹੈ, 100 ਰੁਪਏ ਦਾ ਮਾਣ ਸਨਮਾਨ ਉਹਨਾਂ ਲਈ ਭੇਜਿਆ। ਵੀਡੀਓ ਸਾਹਿਬ ਮੈਂ ਇਸ ਖਿਡਾਰੀ ਦਾ ਤੁਹਾਨੂੰ ਇਤਿਹਾਸ ਦੱਸ ਦੇਵਾਂ। ਪਹਿਲੀ ਵਾਰ ਇਹ ਨੌਜਵਾਨ ਖੇਡਿਆ ਜਦੋਂ ਹਰੀਕੇ ਪਿੰਡ ਹੈ, ਸ਼ਹਿਰੀਕੇ ਸ਼ਹਿਰ, ਉਸ ਤੋਂ 7 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਪ੍ਰਿੰਗੜੀ ਆਉਂਦਾ ਜਦੋਂ ਆਪਾਂ ਪੱਟੀ ਨੂੰ ਜਾਂਦੇ ਹਾਂ। 45 ਕਿਲੋ ਭਾਰ ਦੇ ਵਿੱਚ ਇਹਨੂੰ ਮੈਂ ਪਹਿਲੀ ਵਾਰੀ ਖੇਡਣ ਲੱਗਿਆ ਮਾਝੇ ਦੀ ਧਰਤੀ ਤੇ। ਮਾਝੇ ਵਾਲੇ ਪਲੀਜ਼ ਬੂਟੇ, ਹਾਂਜੀ ਆ ਜਿਹੜਾ ਜਾਫੀਆਂ ਦੇ ਰੇਟਰ ਕੋਲ ਜਾਣੇ ਸਾਡੇ ਕੋਲ ਸਟੇਜ ਤੇ ਆ ਜਾਣ। ਪੈਸੇ ਲੈ ਲਓ ਜੀ ਤੇ ਮੈਨੂੰ ਪੁਆਇੰਟ ਦੱਸ ਦਿਓ, ਟੀਮ ਕਿਹੜੀ ਜਿੱਤੀ ਆ। ਮੈਂ ਇਸ ਵੀਰ ਦਾ ਤੁਹਾਨੂੰ ਦੱਸਾਂਗਾ ਬਾਇਓ ਡਾਟਾ। ਜਦੋਂ ਮੈਂ ਬਲਵੀਰ ਸਿੰਘ ਜੀ ਲਗਿਆ ਇਹਨੂੰ ਤੇ ਮਾਝੇ ਵਾਲੇ ਕਹਿੰਦੇ ਵੀ ਅਸੀਂ ਇਕੱਲੇ ਨੂੰ ਖੇਡਣ ਨਹੀਂ ਦੇਣਾ। ਮਣਾਵੇ ਦੀ ਟੀਮ ਸਟੇਜ ਤੇ ਪਹੁੰਚੇ, ਉਹ ਆਪਦਾ ਨਾਮ ਲੈ ਜੇ ਤੇ ਬਲਖੰਡੀ ਵਾਲੇ ਵੀ ਆਪਣਾ ਨਾਮ ਲੈ ਜਾਣ ਸਟੇਜ ਤੇ ਆ ਕੇ। ਪੁਆਇੰਟ ਵੀ ਦੱਸ ਦਿੱਤੇ ਜਾਣ, ਪੁਆਇੰਟ ਜਿਸ ਵੀਰ ਕੋਲੇ ਕਾਪੀ ਆ ਪੁਆਇੰਟਾਂ ਵਾਲੀ। ਪ੍ਰਧਾਨ ਜੀ ਜਦੋਂ ਮੈਂ ਲਗਿਆ ਇਹਨੂੰ ਮਾਝੇ ਦੀ ਧਰਤੀ ਤੇ, ਉਹ ਕਹਿੰਦੇ ਵੀ ਅਸੀਂ ਇਕੱਲੇ ਪਲੇਅਰ ਨੂੰ ਖੇਡਣ ਨਹੀਂ ਦੇਣਾ। ਮੈਂ ਕਿਹਾ ਯਾਰ ਇਹ ਤਾਂ ਹੈ ਇਕੱਲਾ, ਕਹਿੰਦੇ ਵੀ 6 ਹੋਰ ਲਿਆਓ, 7 ਪਲੇਅਰ ਖੇਡਣਗੇ ਤਾਂ ਹੀ ਇਹ ਖੇਡੂਗਾ। ਮੈਂ ਉਹਨਾਂ ਦਾ ਮਿੰਨਤ ਦਰਦਾ ਕੀਤਾ ਵੀ ਮੁੰਡੇ ਨੂੰ ਖਿਡਾਓ। ਸੰਧੂ ਸਾਹਿਬ ਇਹ ਇਕੱਲੇ ਮੁੰਡੇ ਨੇ 2 ਸਾਲ ਲਗਾਤਾਰ ਪ੍ਰਿੰਗੜੀ ਦਾ ਕਬੱਡੀ ਖੇਡ ਮੇਲਾ ਜਿੱਤਿਆ। ਇੱਕ ਵਾਰੀ ਖੇਡ ਵਧੀਆ ਲੱਗੀ ਤੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ। ਹੈਲੋ, 100 ਰੁਪਇਆ ਪਰਮਿੰਦਰ ਸਿੰਘ ਸਰਪੰਚ ਬੂਟਾ ਕਮੈਟਰੀ ਵਾਲੇ ਨੂੰ ਦਿੰਦੇ ਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਪਰਮਿੰਦਰ ਸਿੰਘ ਸਰਪੰਚ ਸਾਹਿਬ ਸਾਡੇ ਬਹੁਤ ਸਤਿਕਾਰਯੋਗ, 100 ਰੁਪਇਆ ਦਿੰਦੇ ਆ। ਪਰਮਿੰਦਰ ਸੰਧੂ ਜੀ ਸਰਪੰਚ ਸਾਹਿਬ ਬਹੁਤ ਵੱਡੀ ਮਾਨ ਰਹੇ ਆ। ਔਰ ਅਗਲੇ ਮੈਚ ਦੀਆਂ ਟੀਮਾਂ ਮੰਨੇ ਜੀ ਬੋਲ ਦਿਓ, ਕਿਹੜੇ ਕਿਹੜੇ ਪਿੰਡ ਦੇ ਮੈਚ ਹੈ। ਖੇਡ ਮੈਦਾਨ ਆਪਾਂ ਵਿੱਚ ਤੱਕਾਂਗੇ। ਥੋੜ੍ਹੀ ਗੁਰੂ ਰਿਪੀਟ ਲਾ ਦਿਓ ਮਾੜੀ ਕਿ ਇਸ ਮਾਈਕ ਨੂੰ ਕਿਰਪਾ ਕਰਕੇ। ਔਰ ਅਗਲਾ ਵੀ ਸੈਮੀਫਾਈਨਲ ਬਹੁਤ ਤਕੜਾ ਹੋਣਾ, ਇਸ ਤੋਂ ਬਾਅਦ ਕਬੱਡੀ ਓਪਨ ਦੀਆਂ ਟੀਮਾਂ ਨੂੰ ਮੈਂ ਬੇਨਤੀ ਕਰਾਂਗਾ ਜਲਦੀ ਨਾਲ, ਜਿਵੇਂ ਜਿਵੇਂ ਟੀਮਾਂ ਸਾਡੇ ਦਰਮਿਆਨ ਪੁੱਜਦੀਆਂ ਜਾ ਰਹੀਆਂ ਉਸੇ ਤਰ੍ਹਾਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਪਿਛਲੇ ਸਾਲ ਦੇ ਵਾਂਗ ਹੀ ਪ੍ਰਧਾਨ ਜੀ ਤੁਸੀਂ ਬੋਲਣਾ ਹੈਲੋ ਕਰ ਦਿਆ ਕਰੋ ਕਿਰਪਾ ਕਰਕੇ। ਹੈਲੋ, ਆ ਮਣਾਵੇ ਦੀ ਟੀਮ ਆ ਕੇ ਆਪਣਾ ਸਟੇਜ ਤੋਂ ਆ ਕੇ ਨਾਮ ਲੈ ਜਾਓ ਜੀ। ਮਣਾਵੇ ਦੀ ਟੀਮ ਜਿਹੜੀ ਹੁਣ ਖੇਡ ਕੇ ਗਈ ਆ। ਹੈਲੋ ਬੂਟੇ ਵੀਰ, ਅਨਾਊਂਸ ਕਰਦੇ ਆਪਾਂ ਪਹਿਲੀਆਂ 32 ਟੀਮਾਂ ਹੀ ਐਂਟਰ ਕਰਨੀਆਂ, ਉਦੋਂ ਬਾਅਦ 'ਚ ਕੋਈ ਟੀਮ ਨਹੀਂ ਐਂਟਰ ਕਰਨੀ। ਪਹਿਲੀਆਂ ਆਉਣ ਵਾਲੀਆਂ 32 ਟੀਮਾਂ ਜਿਹੜੀਆਂ ਐਂਟਰ ਕੀਤੀਆਂ ਜਾਣਗੀਆਂ। ਸਾਡੀਆਂ ਕਬੱਡੀ ਓਪਨ ਦੇ ਖਿਡਾਰੀਆਂ ਨੂੰ ਬੇਨਤੀ ਹੈ ਚੱਲ ਮੇਲੇ ਨੂੰ ਚੱਲੀਏ ਪਾਲਾ ਗੇਰ ਤੋਂ ਗੱਡੀ ਦਾ, ਕਿ ਵਿੱਚ ਮਨਾਵੇਂ ਮੇਲਾ ਲੱਗਿਆ ਮਾਂ ਖੇਡ ਕਬੱਡੀ ਦਾ। ਕੋਈ ਚੜ੍ਹ ਸਾਈਕਲ ਆਇਆ, ਕੋਈ ਚੜ੍ਹ ਗੱਡੀ ਆਇਆ, ਕੋਈ ਚੜ੍ਹ ਸਾਈਕਲ ਆਇਆ। ਜਿੰਨੇ ਵੀ ਵੀਰ ਆਏ ਆ ਸਾਰਿਆਂ ਦਾ ਅਸੀਂ ਧੰਨਵਾਦ ਕਰਾਂਗੇ। ਕਬੱਡੀ ਓਪਨ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ। ਆ ਬੂਟੇ ਵੀਰ ਆ, ਦੱਸੀ ਮਨਾਵਾ ਬਲਖੰਡੀ ਜੋ ਨਾ ਤਾਂ ਤੁਸੀਂ ਪੁਆਇੰਟ ਡਿਕਲੇਅਰ ਕੀਤੀ ਆ ਨਾ ਟੀਮ ਡਿਕਲੇਅਰ ਕੀਤੀ ਆ। ਮੈਂ ਪੁੱਛ ਰਿਹਾ ਜੀ ਉਹਨਾਂ ਨੂੰ ਪੁਆਇੰਟਾਂ ਵਾਲੇ ਵੀਰ ਨੂੰ ਵੀ, ਮੈਨੂੰ ਪਹਿਲਾਂ ਵੀ ਮੈਂ ਅਨਾਊਂਸ ਕੀਤਾ, ਪੁਆਇੰਟ ਦੱਸ ਦਿਓ ਜੀ ਕਿਰਪਾ ਕਰਕੇ। ਪੁਆਇੰਟ ਦੱਸ ਦਿਓ, ਟੀਮ ਡਿਕਲੇਅਰ ਕਰ ਦਿਓ ਨਾਲ ਕਿਰਪਾ ਕਰਕੇ। ਮੈਂ ਪਹਿਲਾਂ ਵੀ ਮਾਈਕ ਤੋਂ ਕਿਹਾ ਵੀ ਪੁਆਇੰਟ ਜਿਹੜੇ ਦੱਸ ਦਿੱਤੇ ਜਾਣ, ਕਿਉਂਕਿ ਉਦੋਂ ਤਾੜੀਆਂ ਨਹੀਂ ਵੱਜੀਆਂ, ਤਾੜੀਆਂ ਹੁਣ ਵੱਜਣ ਗੀਆਂ ਜੇ ਬਲਖੰਡੀ ਜਿੱਤ ਗਈ। ਬਲਖੰਡੀ ਸਾਰਾ ਪਿੰਡ ਆਇਆ, ਇੱਕ ਮਿੰਟ ਪ੍ਰਧਾਨ ਜੀ ਮਾਫੀ ਚਾਹਾਂਗੇ। ਮਨਾਵੇਂ ਦੇ ਜਿਹੜੇ ਪੁਆਇੰਟ ਨੇ 20.5 ਹੈ, ਬਲਖੰਡੀ 8 ਆ ਜੀ, ਮਨਾਵਾ ਜੇਤੂ ਆ ਜੀ। ਠੀਕ ਆ ਜੀ, ਮਾਰ ਦਿਓ। ਹੈਲੋ, ਮਿਹਰਬਾਨੀ। ਹਾਂਜੀ, 60 ਸਾਲਾਂ ਵਾਲੇ ਬਜ਼ੁਰਗਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਆਪਣੇ ਗਰਾਊਂਡ ਦੇ ਵਿੱਚ ਆਓ ਜੀ, ਤੇ ਉਹਨਾਂ ਦੇ ਕੱਪੜੇ ਉਤਾਰ ਕੇ ਉਹਨਾਂ ਦੀਆਂ ਦੌੜਾਂ ਕਰਾਈਏ। 60 ਸਾਲਾਂ ਵਾਲੇ ਕੱਪੜੇ ਉਤਾਰ ਕੇ ਗਰਾਊਂਡ ਦੇ ਵਿੱਚ ਪਹੁੰਚੋ ਜੀ, ਨਾਲ ਆਪਣੇ ਪ੍ਰੂਫ ਵੀ ਲੈ ਕੇ ਆਉਣ 60 ਸਾਲਾਂ ਵਾਲੇ ਮੇਰੇ ਵੀਰ ਬਜ਼ੁਰਗ। ਸਾਫੂ ਵਾਲੇ ਦੀ ਟੀਮ ਪੁੱਜ ਗਈ ਹੈ ਜੀ, ਚੂੜ ਚੱਕ ਗਰਾਊਂਡ ਦੇ ਵਿੱਚ ਆ ਜਾਵੇ ਜਲਦੀ ਨਾਲ। ਦੂਸਰਾ ਸੈਮੀਫਾਈਨਲ ਮੈਚ ਹੋਣਾ ਹੈ, ਕਿਰਪਾ ਕਰਕੇ ਚੂੜ ਚੱਕ ਗਵਾਂਢੀ ਪਿੰਡ ਹੈ ਸਾਡੇ, ਗੁਰਜੰਟ ਸਿੰਘ ਜੀ ਪ੍ਰਧਾਨ ਉਹਨਾਂ ਦਾ ਪਿੰਡ ਹੈ।
ਕਿਰਪਾ ਕਰਕੇ ਉਹ ਟੀਮ ਗਰਾਊਂਡ ਦੇ ਵਿੱਚ ਆ ਜਾਵੇ ਜਲਦੀ ਨਾਲ। ਉਧਰਲੇ ਬੰਨੇ ਸਵਰਨ ਪਹਿਲਵਾਨ ਕਹਿੰਦੇ ਵੀ ਤਹਿਸੀਲ ਪੱਟੀ ਪਿੰਡ ਕਾਲੇਗੇ ਜ਼ਿਲ੍ਹਾ ਤਰਨ ਤਾਰਨ ਦੇ ਵਿੱਚੋਂ ਪੁੱਜਿਆ, ਜਿਹਨੇ 2.5 ਕੁਇੰਟਲ ਦੀ ਬੋਰੀ ਚੁੱਕਣੀ ਹੈ, ਉਹ ਵੀ ਵੀਰ ਆਪਣਾ ਕਰਤੱਵ ਕਰ ਰਿਹਾ। ਨਾਲ ਮੇਰੀ ਬੇਨਤੀ ਹੈ, ਚੂੜ ਚੱਕ ਵੀ ਗਵਾਂਢੀ ਪਿੰਡ ਹੈ, ਇਧਰਲੇ ਬੰਨੇ ਸਾਫ ਵਾਲੀਆ ਤਰਵੰਤ ਹੁਣ ਕੈਨੇਡਾ ਵੱਸਦਾ ਹੈ, ਸਾਡਾ ਵੀਰ ਰਿੰਕੂ ਮਨਾਵਾ ਉਹ ਵੀ ਕੈਲਗਰੀ ਟੋਰਾਂਟੋ ਦੇ ਵਿੱਚੋਂ ਵਿਛੇ ਤਾਰ ਵੈਨਕੂਵਰ ਤੋਂ ਪੁੱਜਿਆ ਹੋਇਆ, ਆਪਾਂ ਉਸ ਵੀਰ ਦਾ ਵੀ ਧੰਨਵਾਦ ਕਰਾਂਗੇ। ਹੈਲੋ, ਹਾਂਜੀ, 60 ਸਾਲਾਂ ਵਾਲੇ ਬਜ਼ੁਰਗ ਉਹ ਆਪਣੇ ਕੱਪੜੇ ਉਤਾਰ ਕੇ ਇੱਥੇ ਗਰਾਊਂਡ 'ਚ ਆ ਜਾਓ ਤਾਂ ਕਿ ਉਹਨੇ ਦੌੜਾਂ ਕਰਾਈਆਂ ਜਾਣ, ਇਸ ਮੈਚ ਤੋਂ ਬਾਅਦ ਉਹਨਾਂ ਦੀਆਂ ਦੌੜਾਂ ਕਰਾਈਆਂ ਜਾਣਗੀਆਂ ਅਤੇ ਉਹ ਇੱਥੇ ਸਟੇਜ ਕੋਲ ਕੱਪੜੇ ਉਤਾਰ ਲੈਣਗੇ। ਜਿਹੜੇ ਬਜ਼ੁਰਗ ਹੈ ਕਹਿੰਦੇ ਵੀ 60 ਸਾਲ ਤੋਂ ਉੱਪਰ ਭਜਣੇ ਹੈ, ਰੱਬ ਨੇ ਤੋੜ ਦਿੱਤੀ ਨਾ ਤੰਗੀ ਘਰ ਵਿੱਚ ਰੌਣਕ ਰੰਗ ਬਰੰਗੀ, ਉੱਪਰੋਂ ਸਿਹਤ ਜਿਹਨਾਂ ਦੀ ਚੰਗੀ ਰੱਬ ਦਾ ਸ਼ੁਕਰ ਮਨਾਉਂਦੇ ਹੈ ਕਿ ਬਹਿ ਕੇ ਵੇਖ ਜਵਾਨਾਂ ਬਾਬੇ, ਰੇਸਾਂ ਲਾਉਂਦੇ ਆ, ਰੇਸਾਂ ਲਾਉਣੀਆਂ ਬਾਬਿਆਂ ਨੇ, ਉਹ ਵੀ ਆਪਣੇ ਨਾਂ ਜਿਹੜੇ ਦਰਜ ਕਰਵਾ ਦੇਣ, ਤੇ ਚੂੜ ਚੱਕ ਦੀ ਜਿਹੜੀ ਟੀਮ ਆ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਵੇ। ਉਧਰਲੇ ਬੰਨੇ ਮਾਝੇ ਦੇ ਮਜੈਲ ਨੇ ਜਿਹੜੀ 2.5 ਕੁਇੰਟਲ ਦੀ ਬੋਰੀ ਚੁੱਕੀ ਆ, ਤਾੜੀਆਂ ਮਾਰ ਦਿਓ ਇਸ ਵੀਰ ਲਈ। ਹੈਲੋ, ਹਾਂਜੀ, ਬਲਵਿੰਦਰ ਸਿੰਘ ਬੀਡੀਓ ਸਾਹਿਬ ਉਹ ਸਟੇਜ ਤੇ ਆਉਣ, ਉਹਨਾਂ ਨੂੰ ਗੁਰਦੁਆਰੇ ਦੀ ਕਮੇਟੀ ਵਾਲੇ ਸੱਦੇ ਆ ਜੀ, ਬਾਪੂ ਮੁਖਤਿਆਰ ਸਿੰਘ ਜੀ ਸਾਦੇ ਆ ਬੀਡੀਓ ਸਾਹਿਬ ਜੀ। ਕਬੱਡੀ ਓਪਨ ਦੀਆਂ ਸਾਡੇ ਕੋਲੇ ਕੁਛ ਕੁ ਟੀਮਾਂ ਆਈਆਂ, ਉਹਨਾਂ ਦੇ ਅਸੀਂ ਨਾਮ ਬੋਲਦੇ ਹਾਂ, ਸਾਫੂਵਾਲਾ, ਜਨੇਰ, ਧਰਮਕੋਟ, ਘਲ ਕਲਾਂ ਏ, ਬਾਬਾ ਖੋਸਾ ਰਣਧੀਰ ਕਲੱਬ ਖੋਸਾ ਰਣਧੀਰ, ਖੋਸਾ ਰਣਧੀਰ ਗੁਰਦਿੱਤੀ ਵਾਲਾ ਤੇ ਰੰਡਿਆਲਾ। ਓਪਨ ਦੀਆਂ ਜਿਹੜੀਆਂ ਟੀਮਾਂ ਸਾਡੇ ਕੋਲੇ ਆਈਆਂ, ਦੂਸਰੀਆਂ ਟੀਮਾਂ ਨੂੰ ਵੀ ਬੇਨਤੀ ਹੈ, ਜਿਹੜੇ ਖਿਡਾਰੀ ਇੱਥੇ ਪਹੁੰਚੇ ਨੇ ਆਪਦੀ ਐਂਟਰੀ ਫੀਸ ਜਮ੍ਹਾਂ ਕਰਾ ਕੇ ਆਪਣੇ ਨਾਂ ਲਿਖਾਓ ਜੀ। ਚੂੜ ਚੱਕ ਦੀ ਟੀਮ ਨੂੰ ਲਾਸਟ ਬੇਨਤੀ ਹੈ, ਕਿਰਪਾ ਕਰਕੇ ਕਬੱਡੀ 62 ਕਿਲੋ ਭਾਰ ਦੀ ਜਿਹੜੀ ਚੂੜ ਚੱਕ ਦੀ ਟੀਮ ਹੈ, ਸਾਡੇ ਸਤਿਕਾਰਯੋਗ ਨੇ ਖਿਡਾਰੀ ਕਿਰਪਾ ਕਰਕੇ ਪੁੱਜ ਜਾਣ, ਜਿੰਨੇ ਵੀ ਪੰਜਾਬ ਦੇ ਬੁਲਾਰੇ ਪੁੱਜੇ ਹੋਏ, ਗੁਰਚਰਨ ਸੁਨੇਰ ਜੀ, ਮਰੀਕ ਖੋਸਾ ਕੋਟਲਾ ਜੀ, ਬਾਬਾ ਮਿੰਨੀ ਜੀ, ਸਾਡਾ ਵੀਰ ਵਿਸ਼ੇ ਤੌਰ ਤੇ ਪੁੱਜਿਆ ਹੈ, ਹਰ ਚੁੰਮਰੀ ਵਾਲਾ ਸਾਰਿਆਂ ਦਾ ਧੰਨਵਾਦ ਹੈ। ਕਬੱਡੀ ਦੀ ਟੀਮ ਜਿਹੜੀ ਚੂੜ ਚੱਕ ਦੀ ਗਰਾਊਂਡ ਦੇ ਵਿੱਚ ਨਹੀਂ ਆਈ, ਜਲਦੀ ਨਾਲ ਉਹ ਟੀਮ ਗਰਾਊਂਡ ਦੇ ਵਿੱਚ ਪੁੱਜ ਜਾਵੇ। ਕਿਰਪਾ ਕਰਕੇ ਟੈਂਟ ਵਾਲੇ ਵੀਰ ਦਾ ਬਹੁਤ ਵੱਡਾ ਧੰਨਵਾਦ ਹੈ, ਪ੍ਰਵੀਨ ਟੈਂਟ ਹਾਊਸ, ਜਿਹਨਾਂ ਨੇ ਬਹੁਤ ਸੁਚੱਜੇ ਢੰਗ ਨਾਲ ਆਪਣਾ ਜਿਹੜਾ ਖੇਡ ਸਟੇਟ ਤਿਆਰ ਕੀਤੀ ਹੈ। ਬੰਨੀਆਂ ਟਰੱਕ ਨਾਲ ਮਿੱਤਰਾਂ ਨੇ ਡੋਰੀਆਂ ਕੇ ਚੁੰਨੀਆਂ ਨੂੰ ਗੋਟੇ ਜਿਵੇਂ ਲਾਉਣ ਨਾਰਾ ਗੋਰੀਆਂ, ਇਸ ਤਰ੍ਹਾਂ ਇਹ ਸ਼ਿੰਗਾਰਿਆ ਹੋਇਆ ਕਬੱਡੀ ਦਾ ਖੇਡ ਮੈਦਾਨ ਹੈ। ਆਪਾਂ ਉਸ ਵੀਰ ਦਾ ਵੀ ਧੰਨਵਾਦ ਕਰਾਂਗੇ। ਚੂੜ ਚੱਕ ਦੀ ਟੀਮ ਵੀ ਪਹੁੰਚ ਚੁੱਕੀ ਹੈ ਤੇ ਮੁਕਾਬਲਾ ਗੁਰਮੁਖ ਸਿੰਘ ਜੀ ਸੋਢੀ ਵਾਲਾ ਸ਼ੁਰੂ ਕਰਵਾ ਦਿਓ ਤੇ ਮੂਵ ਸਪਰੇ ਜਿਹੜੀ ਪਹੁੰਚਦੀ ਕਰ ਦਿੱਤੀ ਜਾਵੇ, ਜਿੱਥੇ ਮੇਰੀ ਵੀਰ ਜੀ ਦੀ ਡਿਊਟੀ ਹੈ ਉਹ ਮੂਵ ਸਪਰੇ ਜਿਹੜੀ ਗਰਾਊਂਡ ਦੇ ਵਿੱਚ ਪਹੁੰਚਦੀ ਕਰ ਦਿੱਤੀ ਜਾਵੇ। ਆ ਗੱਭਰੂ ਚੋਲਾ ਸਾਹਿਬ ਤੋਂ ਪੁੱਜਿਆ ਜੀ ਨੇ, ਕਹਿੰਦੇ ਵੀ 100 ਜਿਹੜਾ ਡੰਡ ਮਾਰਨਾ ਹੈ, ਜਿਸ ਪਿੰਡ ਦੇ ਸੁਖਮਨ ਨੇ ਦੁਨੀਆ ਵਿੱਚ ਬਹੁਤ ਵੱਡਾ ਨਾਮ ਬਣਾਇਆ ਕਬੱਡੀ ਜ਼ਰੀਏ। ਉਧਰਲੇ ਬੰਨੇ ਹੈਪੀ ਰੀਟਾ ਸਾਡਾ ਇੰਦਰਜੀਤ ਵੀਰ, ਪੰਜਾਬ ਲਾਈਵ ਨੰਬਰ 1, ਔਰ ਬਹੁਤ ਪਿਆਰੀ ਜਿਹੜੀ ਵਿਪ ਸਾਈਡ ਹੈ, ਔਰ ਵਿਪ ਸਾਈਡ ਉੱਤੇ ਨੈਟ ਉੱਤੇ ਬੈਠੇ ਲੋਕੀ ਲੁੱਟਦੇ ਨਜ਼ਾਰੇ। ਉਧਰਲੇ ਬੰਨੇ ਇੰਦਰਜੀਤ ਤੇ ਗਗਨ ਨੂੰ ਫਿਰ ਸ਼ਾਬਾਸ਼ੇ ਆਖਦੇ ਨੇ ਸਾਰੇ, ਅੱਜ ਉਹ ਵੀਰ ਆਖਦੇ ਹੋਣਗੇ, ਕੋਈ ਕੈਨੇਡਾ, ਕੋਈ ਇੰਗਲੈਂਡ, ਕੋਈ UK, ਵੱਖ ਵੱਖ ਕੰਟਰੀਆਂ ਵਿੱਚ ਬੈਠੇ ਪੰਜਾਬੀ ਵੀਰ ਇਸ ਕਬੱਡੀ ਨੂੰ ਮਣਾ ਮੁਈ ਪਿਆਰ ਕਰਦੇ ਹੈ। ਕਬੱਡੀ ਦੀਆਂ ਦੋਵੇਂ ਜਿਹੜੀਆਂ ਟੀਮਾਂ ਖੇਡ ਮੈਦਾਨ ਦੇ ਵਿੱਚ ਪੁੱਜ ਚੁੱਕੀਆਂ ਤੇ ਜਿੰਨੀਆਂ ਕਬੱਡੀ ਓਪਨ ਦੀਆਂ ਟੀਮਾਂ ਐਂਟਰ ਹੋਣ ਵੱਲੋਂ ਰਹਿੰਦੀਆਂ, ਕਿਰਪਾ ਕਰਕੇ ਉਹ ਐਂਟਰ ਹੋ ਜਾਣ ਕਿ ਜਿੱਥੇ ਵੀ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ, ਕਿ ਤਾਂ ਜੋ ਰੁਤਬਾ ਮਿਲਿਆ ਬੇਮਿਸਾਲ ਕਬੱਡੀ ਨੂੰ।
ਕਿ ਸਭ ਗੇਮਾਂ ਦੀ ਕਹੀਏ ਆ ਸਰਦਾਰ ਕਬੱਡੀ ਨੂੰ ਕਿ ਜੁਗਾ ਜੁਗਾ ਤੋਂ ਕਰਨ ਪੰਜਾਬੀ, ਪਿਆਰ ਕਬੱਡੀ ਨੂੰ ਕਿ ਜੁਗਾ ਜੁਗਾ ਤੋਂ ਕਰਨ ਪੰਜਾਬੀ, ਪਿਆਰ ਕਬੱਡੀ ਨੂੰ। ਕੋਈ ਮਾਂ ਖੇਡ ਕਬੱਡੀ ਕਹਿੰਦਾ, ਕੋਈ ਪਿਤਾ ਪੁਰਖੀ ਖੇਡ ਮੰਨਦਾ ਹੈ, ਤੇ ਮੂਵ ਸਪਰੇ ਵੀ ਕਬੱਡੀ ਨੂੰ ਕਿ ਸਭ ਗੇਮਾਂ ਦੀ। ਉਹ ਮੂਵ ਸਪਰੇ ਜਿਹੜੀ ਪ੍ਰਧਾਨ ਜੀ ਗਰਾਊਂਡ ਦੇ ਵਿੱਚ ਪਹੁੰਚਦੀ ਕਰਦੇ ਹੋ ਮਾਸਟਰ ਪ੍ਰੇਮ ਜੀ, ਬਹੁਤ ਸਤਿਕਾਰਯੋਗ ਸ਼ਖਸੀਅਤ ਹੈ। ਮੂਵ ਸਪਰੇ ਅਮਰਜੀਤ ਸਿੰਘ ਜੀ ਮਨਾਵਾ, ਉਹ ਪਹੁੰਚਦੀ ਕਰ ਦਿਓ ਜੀ ਤੁਹਾਡੇ ਕੋਲ। ਬਾਹਰੋਂ ਆਏ ਸਰਪੰਚ, ਬਲਾਕ ਸਮਿਤੀ ਮੈਂਬਰ, ਹੋਰ ਅਹੁਦੇਦਾਰ ਉਹ ਅਤੇ ਸਟੇਜ 'ਤੇ ਆ ਕੇ ਬੈਠ ਕੇ ਟੂਰਨਾਮੈਂਟ ਦਾ ਆਨੰਦ ਮਾਣਨ, ਜੋ ਕਿ ਬਾਹਰੋਂ ਆਏ ਬਲਾਕ ਸਮਿਤੀ ਮੈਂਬਰ, ਸਰਪੰਚ ਅਤੇ ਹੋਰ ਅਹੁਦੇਦਾਰ ਹਨ, ਉਹ ਵੀ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਜੀ, ਬਹੁਤ ਬਹੁਤ ਮਿਹਰਬਾਨੀ ਆਪ ਜੀ। ਦੋਵੇਂ ਟੀਮਾਂ ਆਪਣੇ ਪਾਸੇ ਮੰਨ ਲੈਣ ਅਤੇ ਮੈਚ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ। ਖੇਡ ਮੈਦਾਨ ਵਿੱਚ ਦੂਸਰਾ ਸੈਮੀਫਾਈਨਲ ਮੈਚ ਮੰਨਾ ਜੀ, ਜਿੰਨਾ ਚਿਰ ਇਹ ਮੈਚ ਚੱਲਦਾ ਉਹਨਾਂ ਚਿਰ ਜਿੰਨੀਆਂ ਟੀਮਾਂ ਪਹੁੰਚੀਆਂ ਕਬੱਡੀ ਓਪਨ ਦੀਆਂ, ਤੁਸੀਂ ਟਾਈਆਂ ਕੱਢ ਦਿਓ ਮੰਨਾ ਜੀ। ਇਧਰਲੇ ਬੰਨੇ ਧਿਆਨ ਕਰੇ ਟੈਕਨੀਕਲ ਕਮੇਟੀ, ਟੈਕਨੀਕਲ ਕਮੇਟੀ ਦੇ ਅਹੁਦੇਦਾਰ ਵੀਰਾਂ ਨੂੰ ਮੇਰੀ ਬੇਨਤੀ, ਜਗਸੀਰ ਜੀ ਕਿਰਪਾ ਕਰਕੇ ਇਧਰਲੇ ਬੰਨੇ ਧਿਆਨ ਰੱਖਿਓ, ਜਿੰਨੀਆਂ ਟੀਮਾਂ ਤੁਹਾਡੇ ਕੋਲ ਓਪਨ ਦੀਆਂ ਪਹੁੰਚੀਆਂ ਉਹਨਾਂ ਦੀਆਂ ਟਾਈਆਂ ਕੱਢ ਦਿਓ, ਆਪਾਂ ਨਾਲ ਹੀ ਕਬੱਡੀ ਓਪਨ ਦੀਆਂ ਟੀਮਾਂ ਨੂੰ ਸੱਦਾ ਦੇਵਾਂਗੇ ਜਿੰਨੀਆਂ ਟੀਮਾਂ ਤੁਹਾਡੇ ਕੋਲ ਪਹੁੰਚ ਚੁੱਕੀਆਂ। ਚਲੋ ਬੂਟੇ ਵੀਰ, ਇਦੂ ਬਾਅਦ 60 ਸਾਲਾਂ ਬਜ਼ੁਰਗ ਆ ਜੀ ਦੌੜ, ਉਦੋਂ ਬਾਅਦ ਆਪਾਂ ਓਪਨ ਦੇ ਮੈਚ ਸ਼ੁਰੂ ਕਰ ਦੇਣੇ ਆ। ਹਾਂਜੀ, ਲੀੜੇ ਲਾ ਕੇ ਆਪਣੀ ਤਿਆਰੀ ਬਿਆਰੀ ਕਰਕੇ ਤਾਂ ਕਿ ਉਹਨਾਂ ਦੀਆਂ ਦੌੜਾਂ ਕਰਾਈਆਂ ਜਾਣ ਇਸ ਮੈਚ ਤੋਂ ਬਾਅਦ ਜੀ। ਚਾਹ ਪਾਣੀ ਦਾ ਲੰਗਰ ਸਾਰੇ ਦਰਸ਼ਕ ਵੀਰਾਂ ਅਤੇ ਗੁਰਦੁਆਰਾ ਸਾਹਿਬ ਦੇ ਡਿਉੜੀ ਵਿੱਚ ਲੱਗਾ ਹੋਇਆ ਹੈ। ਚਾਹ ਦਾ ਅਤੇ ਲੰਗਰ ਦਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੇ ਲੀੜੇ ਲਾ ਕੇ ਆਪਣੀ ਤਿਆਰੀ ਬਿਆਰੀ ਕਰਕੇ ਤਾਂ ਕਿ ਉਹਨਾਂ ਦੀਆਂ ਦੌੜਾਂ ਕਰਾਈਆਂ ਜਾਣ ਇਸ ਆਪਣੀ ਤਿਆਰੀ ਬਿਆਰੀ ਕਰਕੇ। ਬੜੀ ਦੂਰ ਦੂਰ ਤੱਕ ਗੱਡੀਆਂ ਲੱਗਦੀਆਂ ਜਾ, ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਕਬੱਡੀ ਦਾ ਮੈਚ ਸ਼ੁਰੂ ਕਰਵਾ ਦਿਓ ਜੀ ਜਲਦੀ ਦੇ ਨਾਲ, ਧੰਨਵਾਦ ਕਰਦੇ ਹਾਂ ਵੀ ਪੂਰੇ 500 ਰੁਪਏ ਦੇ ਕਬੱਡੀ। ਅਕਾਲ ਬਿਲਸੀ ਸਾਈਡ ਮੇਰਾ ਵੀਰ ਕਰਨਵੀਰ ਜੀ, ਕਰਮਜੀਤ ਸਿੰਘ ਜੀ, ਸੰਧੂ ਸਾਹਿਬ ਬਹੁਤ ਵੱਡਾ ਆਦਰ ਸਤਿਕਾਰ ਭੇਜਦੇ ਹੈ, ਆਪਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਜਗਤਾਰ ਮਨਾਵਾਂ ਜੀ ਭੱਠੇ ਵਾਲੇ, ਉਹ ਵੀ ਜ਼ਿੰਦਗੀ ਦੇ ਬਹੁਤ ਸਤਿਕਾਰਯੋਗ ਮਿੱਤਰ ਹੈ, ਬਹੁਤ ਵੱਡਾ
ਆਦਰ ਸਤਿਕਾਰ ਭੇਜ ਰਹੇ ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਕਬੱਡੀ ਦਾ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਜੀ ਜਲਦੀ ਨਾਲ। ਸੱਠ ਸਾਲਾਂ ਵਾਲੇ ਬਜ਼ੁਰਗ ਆਪਣਾ ਸਟੇਜ 'ਤੇ ਆ ਕੇ ਨਾਂ ਲਿਖਵਾ ਜਾਓ ਜੀ ਅਤੇ ਨਾਲ ਪਰੂਫ ਵੀ ਲੈ ਜਾਣਾ। ਮੈਚ ਸ਼ੁਰੂ ਆ ਉਧਰਲੇ ਬੰਨੇ, ਬਹੁਤ ਵੱਡਾ ਆਦਰ ਸਤਿਕਾਰ ਸਾਡੇ ਜਗਤਾਰ ਸਿੰਘ ਜੀ ਭੱਠੇ ਵਾਲੇ ਭੇਜਦੇ ਆ ਬੋਲਾਂ ਤੋਂ ਖੁਸ਼ ਹੋ ਕੇ, ਆਪਾਂ ਧੰਨਵਾਦ ਕਰਦੇ ਹਾਂ। ਸਾਡੇ ਬਹੁਤ ਸਤਿਕਾਰਯੋਗ ਸਰਦਾਰ ਨਿਰਮਲ ਸਿੰਘ ਜੀ ਕੈਨੇਡਾ, ਜਿਹਨਾਂ ਵੱਲੋਂ ਦੋ ਜਿਹੜੀਆਂ ਫਰਿੱਜਾਂ ਦਿੱਤੀਆਂ ਜਾਣੀਆਂ ਹੈ, ਉਹ ਵੀ ਮੇਰੇ ਨਾਲ ਫੋਨ ਦੇ ਉੱਪਰ ਸੁੱਖੇ ਸ਼ੂਸ਼ਕ ਦੇ ਰਾਹੀਂ ਮੁਬਾਰਕਬਾਦ ਦੇ ਰਿਹਾ ਹੈ। ਕਬੱਡੀ ਦਾ ਮਹਾਨ ਖਿਡਾਰੀ ਸੁਖਾ ਸ਼ੂਸ਼ਕ ਆਪਣੇ ਮਿੱਤਰਾਂ ਨੂੰ ਤੇ ਨਾਲ ਉਧਰਲੇ ਬੰਨੇ ਅਮਰਜੀਤ ਸਿੰਘ ਜੀ ਕੈਨੇਡਾ ਉਹਨਾਂ ਵੱਲੋਂ ਮੁਬਾਰਕਬਾਦ ਦੇ ਰਿਹਾ। ਦੋ ਜਿਹੜੀਆਂ ਫਰਿੱਜਾਂ ਦਿੱਤੀਆਂ ਜਾਣੀਆਂ ਇਹ ਸਾਡੇ ਅਮਰਜੀਤ ਸਿੰਘ ਜੀ ਕੈਨੇਡਾ ਵੱਲੋਂ ਦਿੱਤੀਆਂ ਜਾਣੀਆਂ, ਅਸੀਂ ਧੰਨਵਾਦ ਕਰਾਂਗੇ ਉਹਨਾਂ ਦਾ। ਲਓ ਕਬੱਡੀ ਦਾ ਮੈਚ ਸ਼ੁਰੂ ਹੋਇਆ। ਚੂੜ ਚੱਕ ਦੀ ਟੀਮ ਗੁਰੂ ਘਰ ਵਾਲੀ ਸਾਈਡ ਹੈ ਜਗਸੀਰ ਜੀ, ਤੇ ਦੂਸਰੇ ਬੰਨੇ ਟੀਮ ਜਿਹੜੀ ਸਾਫੂ ਵਾਲੇ ਪਿੰਡ ਦੀ ਹੈ। ਠੀਕ ਹੈ ਜੀ, ਕਬੱਡੀ ਓਪਨ ਦੇ ਸਾਫੂ ਵਾਲਾ, ਜਨੇਰ ਤੇ ਧਰਮਕੋਟ ਤਿੰਨਾਂ ਟੀਮਾਂ ਦੇ ਇੱਕ ਇੱਕ ਖਿਡਾਰੀ ਨੂੰ ਬੇਨਤੀ ਆ ਕਿ ਸਾਡੇ ਕੋਲ ਇੱਥੇ ਸਟੇਜ ਤੇ ਆ ਕੇ ਮਿਲੋ ਜੀ। ਸਾਫੂ ਵਾਲਾ, ਜਨੇਰ ਤੇ ਧਰਮਕੋਟ ਦੀ ਟੀਮ, ਇਹਨਾਂ ਦੇ ਇੱਕ ਇੱਕ ਖਿਡਾਰੀ ਇੱਥੇ ਸਾਡੇ ਕੋਲ ਆਵੇ ਜੀ। 60 ਸਾਲਾਂ ਵਾਲੇ ਬਜ਼ੁਰਗ ਸਟੇਜ ਤੇ ਆ ਕੇ ਆਪਣਾ ਨਾਂ ਲੈਣ, ਤਾਂ ਕਿ ਬਹੁਤ 60 ਸਾਲਾਂ ਵਾਲੇ ਬੜੇ ਵੀਰ ਮੇਰੇ ਆ ਗਏ ਆ, ਉਹਨਾਂ ਦੇ ਐਸ ਟੀਮਾਂ ਤੋਂ ਬਾਅਦ ਉਹਨਾਂ ਦੀਆਂ ਦੌੜਾਂ ਕਰਾਈਆਂ ਜਾਣਗੀਆਂ 60 ਸਾਲਾਂ ਵਾਲੇ ਵੀਰਾਂ ਨੇ। 40 ਸਾਲਾਂ ਬਜ਼ੁਰਗ ਜਿਹੜੇ, ਸਾਰੀ 60 ਸਾਲੇ ਬਜ਼ੁਰਗ ਆਪਣੀਆਂ ਜਿਹਨਾਂ ਨੇ ਦਾੜਾਂ ਦੇ ਵਿੱਚ ਭਾਗ ਲੈਣਾ, ਆਪਣੇ ਨਾਂ ਜਿਹੜੇ ਦਰਜ ਕਰਵਾ ਦਿਓ। ਉਧਰਲੇ ਬੰਨੇ ਨਿਰਮਲ ਸਿੰਘ ਜੀ ਕੈਨੇਡਾ ਵੀ ਪੰਜਾਬ ਲਾਈਵ ਨੰਬਰ 1 ਦੇ ਜ਼ਰੀਏ ਸ਼ਾਬਾਸ਼ ਤੇ ਵਧਾਈ ਦਿੰਦੇ ਆ, ਜਿਹਨਾਂ ਵੱਲੋਂ ਦੋ ਜਿਹੜੀਆਂ ਫਰਿੱਜਾਂ ਦਿੱਤੀਆਂ ਜਾਣੀਆਂ। ਨਾਲ ਸਾਡੇ ਭੋਲਾ ਬੰਬੀਏ ਭਾਈ ਵਾਲਾ ਬੱਬੂ ਲੰਡਿਆਂ ਵਾਲਾ ਬੈਠਾ ਵੈਨਕੂਵਰ ਦੀ ਧਰਤੀ ਤੇ, ਉਹ ਵੀ ਸ਼ਾਬਾਸ਼ ਤੇ ਵਧਾਈ ਦਿੰਦਾ। ਕਬੱਡੀ ਦਾ ਮੈਚ ਬਹੁਤ ਤਕੜਾ ਹੈ। ਲਿਸ਼ਕਰ ਦੇ ਪਿੰਡੇ ਭੈਣ ਪੱਟਾਂ ਵਿੱਚ ਘੁੱਗੀਆਂ ਕਿ ਸਾਨਾਂ ਵਾਲੇ ਭੇੜਾਂ ਵਿੱਚ ਤਾਕਤਾਂ ਨੇ ਗੁੱਝੀਆਂ ਗੁੱਝੀਆਂ ਤਾਕਤਾਂ 'ਚ ਸਰੀਰਾਂ ਦੇ ਤੋੜ ਲੱਗਣੇ ਆ। ਜਿਵੇਂ ਪਿਛਲੇ ਸਾਲ ਆਲਟੋ ਗੱਡੀ ਤੇ ਬੁਲਟ ਮੋਟਰਸਾਈਕਲ ਦਿੱਤਾ ਗਿਆ, ਲੋਕੀ ਹਜੇ ਵੀ ਨੈਟ ਦੇ ਉੱਤੋਂ ਲਾਹ ਜਿਹੜੇ ਉਹ ਕਬੱਡੀ ਦੇ ਮੈਚ ਤੱਕਦੇ ਆ, ਤੇ ਲੋਕੀ ਕਹਿੰਦੇ ਆ ਵੀ ਜਿਹੜੇ ਮੈਚ ਮਨਾਵੇਂ ਦੀ ਧਰਤੀ ਤੇ ਹੋਏ ਉਹ ਪੂਰੇ ਸਾਲ ਦੇ ਵਿੱਚ ਨਹੀਂ ਕਿਸੇ ਟੂਰਨਾਮੈਂਟ ਵੀ ਹੋਏ, ਜਾਂ ਕਹਿੰਦੇ ਵੀ ਮਾਲੇ ਦੀ ਧਰਤੀ ਤੇ ਕਬੱਡੀ ਦਾ ਜੰਗ ਹੋਇਆ। ਉਧਰਲੇ ਬੰਨੇ ਨੌਜਵਾਨ ਗੱਭਰੂ ਕਹਿੰਦੇ ਵੀ ਸਿੱਖ ਸਰਦਾਰ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ, ਮਰ ਜਾਣਿਆ ਮਾਨਾ ਹੋਏ ਸਿੱਖ ਦੀ ਸਿੱਖੀ ਬੜੀ ਪਿਆਰੀ, ਕਿ ਸਿਰ ਲੱਥ ਦਾ ਲੱਥ ਜਾਵੇ ਸਿੱਖ ਦੀ ਕਾਇਮ ਰਹੇ ਸਰਦਾਰੀ, ਦੁਨੀਆਂ ਦੇ ਤਖਤੇ ਤੇ ਵੱਖਰਾ ਸਿੰਘ ਦਿਸੂਗਾ ਮੇਰਾ, ਸਰਬੰਸ ਦਾਨੀਆਂ ਹੋਏ ਦੇਣਾ ਕੌਣ ਦੇਊਗਾ ਤੇਰਾ। ਇਧਰਲੇ ਬੰਨੇ ਇਸ ਪਿੰਡ ਨੂੰ ਮਾਣ ਹੈ, ਸਿੱਖ ਇਤਿਹਾਸ ਵਿੱਚ ਬੜੇ ਆਦਰ ਤੇ ਸਤਿਕਾਰ ਦੇ ਨਾਲ ਮਨਾਵੇਂ ਪਿੰਡ ਦਾ ਨਾਂ ਲਿਆ ਜਾਂਦਾ ਹੈ। ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਤੇ ਦੂਸਰੇ ਬੰਨੇ ਸਾਫੂ ਵਾਲੀ ਆ ਧਨਵੰਤ ਦਾ ਪਿੰਡ ਹੈ, ਇੱਕ ਬੰਨੇ ਗੁਰਜੰਟ ਪ੍ਰਧਾਨ ਦੀ ਟੀਮ ਹੈ। ਨੌਜਵਾਨ ਗੱਭਰੂ ਕਹਿੰਦੇ ਵੀ ਚਾੜ ਬਗਲ ਬਹੁਤ ਹੀ ਤਕੜਾ ਜਫਾ ਲਾਉਂਦਾ ਹੋਇਆ, ਕੁੰਡੀਆਂ ਦੇ ਸਿੰਘ ਫਸ ਗਏ, ਮਿੱਤਰਾ ਬਹਿ ਜਾ ਗੋਡੀ ਲਾ ਕੇ, ਮਿੱਤਰਾ ਬਹਿ ਜਾ ਗੋਡੀ ਲਾ ਕੇ। ਅਗਲੀ ਗੱਲ ਪ੍ਰਧਾਨ ਜੀ। ਹਾਂਜੀ, ਓਪਨ ਦੀਆਂ ਟੀਮਾਂ ਨੂੰ ਇੱਧਰ ਬੇਨਤੀ ਆ ਜੀ, ਜੇ ਕੋਈ ਰਹਿ ਗਈ ਟੀਮ ਆਈ ਵੀ ਆ ਤੇ ਉਹ ਆਪਦੀ ਐਂਟਰੀ ਕਰਾ ਲੇ, ਉਦੋਂ ਬਾਅਦ 5-7 ਮਿੰਟ 'ਚ ਅਸੀਂ ਓਪਨ ਦੀਆਂ ਟਾਈਆਂ ਕੱਢਣੀਆਂ ਜੀ। ਇਸ ਮੈਚ ਤੋਂ ਬਾਅਦ 60 ਸਾਲਾਂ ਬਜ਼ੁਰਗਾਂ ਦੀ ਦੌੜ ਆ, ਤੇ ਉਸ ਦੇ ਨਾਲ ਹੀ ਅਸੀਂ ਕਬੱਡੀ ਓਪਨ ਦੇ ਜਿਹੜੇ ਮੈਚ ਆ ਉਹ ਸਟਾਰਟ ਕਰਾ ਰਹੇ ਹਾਂ। ਇਸ ਕਰਕੇ ਜੇ ਕੋਈ ਟੀਮ ਕਬੱਡੀ ਓਪਨ ਦੀ ਇਸ ਟੂਰਨਾਮੈਂਟ ਦੇ ਵਿੱਚ ਪਹੁੰਚੀ ਆ ਤਾਂ ਜਲਦੀ ਤੋਂ ਜਲਦੀ ਆਪਦੀ ਐਂਟਰੀ ਇੱਥੇ ਜਮ੍ਹਾਂ ਕਰਵਾਵੇ ਜੀ। ਹਾਂਜੀ,
ਗੁਰਜਾਨ ਸਿੰਘ ਵੀਰ ਵੱਲੋਂ ਨੈੱਟ ਵਾਲਿਆਂ ਨੂੰ 200 ਰੁਪਈਆ ਦਿੱਤਾ ਜਾਂਦਾ ਜੀ, ਜਿਹੜੇ ਕਿ ਦੇਸ਼ਾਂ ਵਿਦੇਸ਼ਾਂ ਸਾਡੇ ਪੰਜਾਬੀ ਵੀਰਾਂ ਨੂੰ ਨੈੱਟ 'ਤੇ ਟੂਰਨਾਮੈਂਟ ਵਿਖਾ ਰਹੇ ਆ, ਉਹਨਾਂ ਵੀਰਾਂ ਦਾ ਮਾਣ ਸਨਮਾਨ ਕੀਤਾ ਹੈ। ਗੁਰਜਾਨ ਸਿੰਘ ਨੇ 200 ਰੁਪਈਆ ਦਿੱਤਾ ਹੈ ਨੈੱਟ ਵਾਲਿਆਂ ਨੂੰ, ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ। ਬਹੁਤ ਪਿਆਰੀ ਜਿਹੜੀ ਵੈਬਸਾਈਟ ਹੈ, ਉਸ ਵੈਬਸਾਈਟ 'ਤੇ ਬੜਾ ਕਲੀਅਰ ਨਜ਼ਰੀ ਆਉਂਦਾ ਹੈ, ਭਾਵੇਂ ਕੋਈ ਕਨੇਡਾ ਬੈਠਾ, ਭਾਵੇਂ ਕੋਈ ਇੰਗਲੈਂਡ ਬੈਠਾ ਹੈ। ਲਾ ਉਧਰਲੇ ਬੰਨੇ ਨੌਜਵਾਨ ਗੱਭਰੂ ਕਹਿੰਦੇ ਵੀ ਦਿਲਾਂ ਵਿੱਚ ਦੂਰੀਆਂ ਤੇ ਦਿੱਲੀ ਬੜੀ ਦੂਰ ਹੈ, ਦਿੱਲੀ ਦੂਰ ਕਰਨ ਵਾਲੀ ਗੱਲ ਕੀਤੀ ਹੈ ਨੌਜਵਾਨ ਗੱਭਰੂ ਨੇ। ਗੁਰਮੁਖ ਸੋਢੀਵਾਲ ਦੀ ਧਰਤੀ ਦਾ ਤੇ ਤੂੜ ਚੱਕ ਦੀ ਧਰਤੀ ਦੇ ਨੌਜਵਾਨ ਨੇ ਬਹੁਤ ਹੀ ਤਕੜਾ ਜਫਾ ਲਾਇਆ। ਕਬੱਡੀ ਸਮੇਂ ਦੀ ਮੁਹਤਾਜ ਹੋ ਚੁੱਕੀ ਹੈ, ਪਹਿਲਾਂ ਕਬੱਡੀ ਬਿਨਾਂ ਸਮੇਂ ਤੋਂ ਖੇਡੀ ਜਾਂਦੀ, ਭਾਵੇਂ ਨਾਲ ਤੇ ਕਬੱਡੀ ਦਾ ਮੈਚ, ਕਬੱਡੀ ਦਾ ਸਮਾਂ ਜਿਹੜਾ ਲਿਖਿਆ ਗਿਆ ਵੀ ਇਹ ਕਬੱਡੀ 30 ਦੁਰਗਾ ਦੀਆਂ ਅਸੀਂ ਦੌੜਾਂ ਕਰਵਾ ਉਤਾਰ ਕੇ ਆਇਓ। ਉਹਨਾਂ ਦੇ ਨਾਮ ਇਸ ਤਰ੍ਹਾਂ ਹਨ, ਗੁੱਡੂ ਸਿੰਘ ਜੀ ਮਨਾਵਾ, ਸੁੱਚਾ ਸਿੰਘ ਜੀ ਮਨਾਵਾ, ਸ਼ਿੰਦਰ ਸਿੰਘ ਜੀ ਅਰਦਾਸਾ, ਹਰਭਜਨ ਸਿੰਘ ਜੀ ਮਾਲਪੁਰ, ਨਿਰੰਜਨ ਸਿੰਘ ਜੀ ਮਨਾਵਾ, ਅਮਰ ਸਿੰਘ ਜੀ ਬੌਡੇ, ਇਹ ਆਪਣੇ ਲੀਲੇ ਉਤਾਰ ਕੇ ਸਟੇਜ ਕੋਲ ਪਹੁੰਚ ਜਾਣ ਅਤੇ ਇਹਨਾਂ ਦੀਆਂ ਦੌੜਾਂ ਕਰਾਈਆਂ ਜਾਣ ਜੀ। ਆ ਜਾਓ 60 ਸੱਲਾਂ ਵੀਰਾਂ ਦੇ ਨਾਲ, ਹੋਰ ਵੀ ਨਾਂ ਲਿਖਾਓ, ਆਓ ਮੇਰੇ ਨਾਮ ਜਿੱਤੋ ਮੇਰੇ ਵੀਰੋ। ਹਾਂਜੀ ਬੂਟਾ ਜੀ, ਸੱਠ ਸਾਲੇ ਬਜ਼ੁਰਗ ਜਿਹੜੇ ਕਿਰਪਾ ਕਰਕੇ ਤਿਆਰੀ ਕਰ ਲੈਣ ਆਪਣੇ ਦੌੜਾਂ ਦੇ ਲਈ, ਮੇਰੀ ਬੇਨਤੀ ਹੈ। ਉਧਰਲੇ ਬੰਨੇ ਨੌਜਵਾਨ ਗੱਭਰੂ ਖੇਡ ਮੈਦਾਨ ਵਿੱਚ ਦੇਖਦੇ ਹੈ ਵੀ ਸਿੱਖ ਸਰਦਾਰ ਗੱਭਰੂ ਹੈ, ਮਾਤ ਨੂੰ ਮਖੌਲਾ ਕਰਨ ਵਾਲੀ ਇਹ ਕੌਮ ਹੈ, ਖੇਡ ਮੈਦਾਨ ਵਿੱਚ ਦੇਖਦੇ ਬਹੁਤ ਤਕੜਾ। ਕਲਗੀਆਂ ਵਾਲਿਆ ਤੇਰੀ ਕੀ ਸਿਫਤ ਲਿਖਾਂ, ਕਿ ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ, ਤੇਰੇ ਗੁਣ ਵੱਡੇ, ਤੇਰੀ ਵਡਿਆਈ ਵੱਡੀ, ਤੇਰੇ ਗੁਣਾਂ ਦਾ ਚੋਜੀ ਭੰਡਾਰ ਵੱਡਾ, ਸਾਰੀ ਉਮਰ ਨੀ ਲੱਥਣਾ ਖਾਲਸੇ ਤੋਂ, ਸਿੱਖ ਕੌਮ ਤੇ ਤੇਰਾ ਉਧਾਰ ਵੱਡਾ। ਉਧਰਲੇ ਬੰਨੇ ਨੌਜਵਾਨ ਗੱਭਰੂ ਪੰਜਾਬ ਦੇ ਖੇਡ ਮੇਲਿਆਂ ਵਿੱਚ ਸਫਲ ਦੀ ਬੜੀ ਤੂਤੀ ਬੋਲਦੀ ਹੈ, ਕਿਉਂਕਿ ਆਲੇ ਦਰਜੇ ਦੀ ਕੌਡੀ ਧਨਵੰਤ ਨੇ ਖੇਡੀ ਹੈ, ਸੁੱਖਾ ਵੀ ਬਹੁਤ ਤਕੜੀ ਖੇਡਦਾ ਹੈ। ਉਸ ਪਿੰਡ ਵਾਲਾ ਗੱਭਰੂ ਇੱਕ ਬੰਨੇ ਗੁਰਜੰਟ ਸਿੰਘ ਜੀ ਪ੍ਰਧਾਨ ਹੈ, ਬਾਬਾ ਯੋਧਾ ਰਾਮ ਕਬੱਡੀ ਕਲੱਬ ਦੇ ਉਹਨਾਂ ਦੀ ਟੀਮ ਹੈ। ਆ ਵੀ ਨੌਜਵਾਨਾਂ ਵੱਧ ਕੇ ਪਾ ਕਬੱਡੀ ਗੋਲ ਜਿਹਾ ਦਾਇਰਾ ਵਿੱਚ ਹੰਦੇ ਦੋ ਦਿਸਦੇ, ਕਿ ਚੜ ਜਾਂਦਾ ਚਾਹ ਜਦੋਂ ਖਿਡਾਰੀ ਵਿੱਚ ਦਿਸਦੇ, ਯਾਵਾਂ ਬਲਿਹਾਰੇ ਜੀ ਨੇ ਕਾੜੇ ਦੀ ਕੱਢੀ, ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ। ਬਲਵੀਰ ਸਿੰਘ ਜੀ ਪੰਜਾਬ ਪੁਲਿਸ ਦੇ ਹੌਲਦਾਰ ਹੈ, ਪਰਮਜੀਤ ਸਿੰਘ ਜੀ ਸੰਧੂ ਮਨਾਵੇ ਵਾਲੇ, ਕਹਿੰਦੇ ਵੀ ਕੈਨੇਡਾ ਜਾ ਵਸੇ ਹੈ, ਉਹਗੇ ਬਿਜ਼ਨਸਮੈਨ ਨੇ ਕੈਨੇਡਾ ਦੇ, ਪਿਆਰ ਨਾਲ ਕੌਡੀ ਖੇਡਣੀ ਹੈ। ਮੇਰੀ ਬੇਨਤੀ ਹੈ ਇਹਨਾਂ ਖਿਡਾਰੀਆਂ ਨੂੰ ਵੱਧ ਵੀ ਨੌਜਵਾਨਾਂ, ਕਿਉਂਕਿ ਖੇਡ ਕਬੱਡੀ ਦੇ ਰੂਲ ਬੜੇ ਪੱਕੇ ਆ, ਬੜੇ ਨਿਯਮ ਪੱਕੇ ਹੈ, 35 ਜਿਹੜੇ ਪੂਰਨੇ ਪੜ੍ਹਨੇ ਪੈਂਦੇ ਆ ਕਬੱਡੀ ਦੇ, ਫਿਰ ਜਿਹੜਾ ਕਹਿੰਦੇ ਵੀ ਟਾਪ ਦਾ ਖਿਡਾਰੀ ਬਣਦਾ ਹੈ, ਫਿਰ ਜਿਹੜੀ ਕਬੱਡੀ ਓਲੰਪਿਕ ਵਿੱਚ ਜਾਂਦੀ ਹੈ। ਸਾਡੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਬਹੁਤ ਵੱਡੇ ਯੋਗਦਾਨ ਹੈ, ਬਹੁਤ ਵੱਡੇ ਉੱਦਮ ਹੈ ਵੀ ਕਬੱਡੀ ਓਲੰਪਿਕ ਦੀ ਚਲੀ ਜਾਵੇ। ਮੁੰਡੇ ਦਾ ਰੰਗ ਸਾਂਵਲਾ ਹੈ, ਲਿਸ਼ਕਦਾ ਹੋਇਆ ਪਿੰਡਾ ਖੇਡ ਮੈਦਾਨ ਵਿੱਚ ਹੈ, ਚੱਲ ਵੀ ਨੌਜਵਾਨਾਂ, ਲੋਕ ਕਹਿੰਦੇ ਵੀ ਕਾਲਾ ਰੰਗ ਸ਼ਕਤੀ ਦੀ ਨਿਸ਼ਾਨੀ ਹੈ, ਖੇਡ ਮੈਦਾਨ ਵੀ ਦਿਖਦਾ ਹੈ। ਅਠੂਰ ਦੇ 3 ਖਿਡਾਰੀ ਖੇਡਦੇ ਹੈ, 3 ਦੇ ਰੰਗ ਸਾਂਵਲੇ ਹੈ, ਪਰ ਪਰਮਾਤਮਾ ਦੀ ਬੜੀ ਕਿਰਪਾ ਹੈ, ਦੁਨੀਆਂ ਮਨਾ ਛੱਡੀ ਹੈ ਕੌਡੀ ਖੇਡ ਨੌਜਵਾਨ ਖਿਡਾਰੀਆਂ ਨੇ। ਹਰ ਬਜ਼ੁਰਗ ਆਪਣੀ ਤਿਆਰੀ ਕਰ ਲੈਣ ਜੀ, ਜਿਹੜੇ 60 ਸਾਲ ਤੋਂ ਉੱਪਰ ਹੈ, ਬਜ਼ੁਰਗਾਂ ਨੂੰ ਮੇਰੀ ਬੇਨਤੀ ਹੈ, ਜਿਹੜੇ 60 ਸਾਲ ਤੋਂ ਤਾਂ
ਉਹ ਕਿਰਪਾ ਕਰਕੇ ਆਪੋ ਆਪਣੀਆਂ ਤਿਆਰੀਆਂ ਖਿੱਚ ਲੈਣ ਉਧਰਲੇ ਬੰਨੇ। ਅਗਲੀਆਂ ਜਿਹੜੀਆਂ ਦੌੜਾਂ ਅਸੀਂ ਬਜ਼ੁਰਗਾਂ ਦੀਆਂ ਕਰਾਉਣੀਆਂ ਹੈ, ਔਰ ਜਿੰਨੇ ਵੀ ਦਰਸ਼ਕ ਵੀਰ ਪੁੱਜ ਚੁੱਕੇ ਆਪਾਂ ਸਾਰਿਆਂ ਦਾ ਧੰਨਵਾਦ ਕਰਾਂਗੇ। ਅੱਜ ਰੌਣਕਾਂ ਮਨਾਵੇਂ ਦੀ ਧਰਤੀ ਤੇ ਹੈ, ਕੱਲ ਜਿਹੜੀਆਂ ਰੌਣਕਾਂ ਲੱਗਣੀਆਂ ਮੇਰੇ ਪਿੰਡ ਉਮਰੀਆਂ ਦੀ ਧਰਤੀ ਤੇ ਲੱਗਣੀਆਂ। ਇਸ ਮੌਕੇ ਨੂੰ ਬਲਕਾਰ ਨਖੀਲਾ ਕਹਿੰਦਾ ਵੀ ਪੂਰੇ ਜ਼ੋਰ ਦੇ ਵਿੱਚ ਹੋਵੇਗਾ, ਉਸ ਤੋਂ ਬਾਅਦ ਅਸੀਂ ਕਬੱਡੀ ਦੇ ਮੈਚ ਸ਼ੁਰੂ ਕਰਾਵਾਂਗੇ। ਵਾਹ ਨੌਜਵਾਨਾਂ, ਚੂੜ ਚੱਕੀ ਆ, ਉਧਰਲੇ ਬੰਨੇ ਇੰਦਰਜੀਤ ਦਾ ਪਿੰਡ ਹੈ, ਖੇਡ ਮੈਦਾਨ ਵਿੱਚ ਦੇਖਦੇ ਹਾਂ ਨੌਜਵਾਨ ਗੱਭਰੂ ਤੇ ਪੁਆਇੰਟ ਜਿਹੜਾ ਰੇਡਰ ਦੇ ਇਸੇ ਦਿੱਤਾ ਹੈ, ਔਰ ਸੈਂਟਰ ਲਾਈਨ ਦੇ ਉੱਪਰ ਹੋਈ ਟੱਕਰ ਖੇਡ ਮੈਦਾਨ ਵਿੱਚ। ਆ ਵੀ ਨੌਜਵਾਨਾਂ ਵੱਧ ਕੇ ਪਾ ਕਬੱਡੀ ਰੰਗਲੇ ਪੰਜਾਬ ਦੀ ਸਿਫਤ ਸੁਨਾਵਾਂ, ਜਿੱਥੇ ਰੱਬ ਵਰਗੀਆਂ ਮਾਵਾਂ, ਧਰਤੀ ਪੰਜ ਦਰਿਆ ਦੀ ਰਾਣੀ ਜੀ ਦਾ ਸ਼ਰਬਤ ਵਰਗਾ ਪਾਣੀ। ਦੇਖਦੇ ਹਾਂ ਅਗਲੀ ਕਹਾਣੀ ਵੀ ਅਗਲੇ ਐਪੀਸੋਡ ਦੇ ਵਿੱਚ ਕੀ ਹੁੰਦਾ ਹੈ। ਨੌਜਵਾਨ ਚੂੜ ਚੱਕੀਆਂ ਪਾਉਂਦਾ ਹੋਇਆ ਕਬੱਡੀ, ਲੋਕੀ ਕਹਿੰਦੇ ਜਦੋਂ ਲੋਹੇ ਨਾਲ ਲੋਹਾ ਟਕਰਾਉਂਦਾ ਤੇ ਅੱਗ ਨਿਕਲਦੀ ਹੈ, ਜਦੋਂ ਖਿਡਾਰੀ ਖਿਡਾਰੀ ਨਾਲ ਭਿੜਦਾ ਹੈ ਫਿਰ ਮੁੱਖ ਚੋਂ ਪਸੀਨਾ ਚੋਂਦਾ ਹੈ, ਸਰੀਰ ਚੋਂ ਤਿਪ ਤਿਪ ਜਿਹੜਾ ਪਸੀਨਾ ਚੋਣ ਲੱਗ ਪੈਂਦਾ ਹੈ। ਚੱਲ ਵੀ ਨੌਜਵਾਨਾਂ ਪਾ ਕਬੱਡੀ। ਹੈਲੋ ਬੂਟੇ ਵੀਰ, ਜਿਹੜੇ ਨਾ ਜਾਲ ਦੇ ਬੰਦੇ ਅੰਦਰ ਬੈਠੇ, ਇਹਨਾਂ ਨੂੰ ਪਲੀਜ਼ ਬਾਹਰ ਕੱਢ ਦੇ, ਮਾੜਾ ਆਵਾਜ਼ ਦੇ ਦੇ। ਕਿਸੇ ਵੀਰ ਨੇ ਜਾਲ ਟੱਪ ਕੇ ਅੰਦਰ ਨਹੀਂ ਆਉਣਾ, ਹੱਥ ਬੰਨ ਬੇਨਤੀ ਹੈ। ਇੱਕ ਜਿਹੜਾ ਵੇਟ ਕਬਾਸ ਆ ਉਹਦੇ ਵਿੱਚ ਵੀਰ ਰੁਕੇ ਹੋਏ ਆ, ਕਿਰਪਾ ਕਰਕੇ ਤੁਸੀਂ ਵੇਟ ਕਬਾਸ ਵਿਹਲਾ ਕਰ ਦਿਓ, ਕਿਉਂਕਿ ਇਸ ਤੋਂ ਬਾਅਦ ਅਸੀਂ ਕਬੱਡੀ ਓਪਨ ਦੇ ਖਿਡਾਰੀਆਂ ਦੇ ਹਵਾਲੇ ਗਰਾਊਂਡ ਕਰ ਦੇਣਾ ਹੈ। ਤੇ ਕਿਰਪਾ ਕਰਕੇ ਉੱਥੇ ਜਿੱਥੇ ਵੀਰ ਖੜੇ ਆ ਚਾਨੀ ਦੇ ਥੱਲੇ, ਉੱਥੇ ਵੇਟ ਕਬਾਸ ਬਣਿਆ ਹੋਇਆ, ਉਧਰਲੇ ਬੰਨੇ ਸਾਫ ਵਾਲੀਆ ਨੱਚਦਾ ਹੈ ਕਿ ਨੱਚਦੇ ਪੰਜਾਬੀ ਡਗਾ ਢੋਲ ਤੇ ਲਵਾ ਕੇ ਪਾਉਂਦੇ ਨੇ ਕਬੱਡੀ ਜਿੰਦ ਤਲੀ ਤੇ ਟਕਾ ਕੇ ਹੀਲ ਦਿੰਦੇ ਆਪਣੀ ਇਹ ਜਾਨ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ, ਮਿੱਤਰੋ ਸ਼ਾਨ ਹੈ ਪੰਜਾਬ ਦੀ ਕਬੱਡੀ ਤੇ ਭੰਗੜਾ। ਉਧਰਲੇ ਬੰਨੇ ਨੌਜਵਾਨ ਗੱਭਰੂ ਫੇਰ ਗੁੱਟ ਫੜਦਾ ਹੈ, ਕਿਰਪਾਲੇ ਸਾਧ ਦੇ ਵਾਂਗੂ ਗੁੱਟ ਦਾ ਪੀਰ ਬਣਨਾ ਚਾਹੁੰਦਾ ਹੈ ਨੌਜਵਾਨ ਗੱਭਰੂ, ਖੇਡ ਮੈਦਾਨ ਵਿੱਚ ਦੇਖਦੇ ਹੈ ਬਹੁਤ ਹੀ ਤਕੜੀ ਕਬੱਡੀ ਹੈ ਜਿਹੜੀ। ਆਹ ਨੋਟ ਕਰੋ ਜੀ, ਸਾਡੇ ਕੋਲੇ ਏ ਪੂਲ ਦੀਆਂ ਜਿਹੜੀਆਂ 16 ਟੀਮਾਂ, ਉਹਨਾਂ ਦੇ ਅਸੀਂ ਨਾਂ ਅਨਾਊਂਸ ਕਰ ਜਾ ਰਹੇ ਹਾਂ, ਥੋੜੇ ਟਾਈਮ ਬਾਅਦ ਇਹਨਾਂ ਦੀ ਅਸੀਂ ਐਂਟਰੀ ਕੱਢਾਂਗੇ, ਜਿਨ੍ਹਾਂ ਵਿੱਚ ਸਾਫੂਵਾਲਾ, ਜਨੇਰ, ਧਰਮਕੋਟ, ਘੱਲ ਕਲਾਂ ਏ, ਬਾਬਾ ਖੋਸਾ ਰਣਧੀਰ ਕਲੱਬ ਖੋਸਾ ਰਣਧੀਰ, ਗੁਰਦਿੱਤੀ ਵਾਲਾ, ਖੋਸਾ ਰਣਧੀਰ, ਰੰਡਿਆਲਾ, ਸ਼ੂਸ਼ਕ, ਦੌਲੇ ਵਾਲਾ, ਭਾਗਪੁਰ ਗਗੜਾ, ਰੱਜੀ ਵਾਲਾ, ਸ਼੍ਰੀ ਹਰਗੋਬਿੰਦ ਕਲੱਬ ਡਰੋਲੀ ਭਾਈ, ਵਕੀਲ, ਭਗਤਾ ਅਤੇ ਪੜਾਣਾ। ਇਹ 16 ਟੀਮਾਂ ਪੂਲ ਏ ਦੇ ਵਿੱਚ ਰੱਖੀਆਂ ਗਈਆਂ ਨੇ, ਜਿਨ੍ਹਾਂ ਦੀਆਂ ਅਸੀਂ ਥੋੜ੍ਹੇ ਟਾਈਮ ਦੀ ਟਾਈਆਂ ਕੱਢ ਰਹੇ ਹਾਂ। ਸਾਰੇ ਪਲੇਅਰ ਉਹਨਾਂ ਨੂੰ ਅਨਾਊਂਸ ਕਰਾਂਗੇ ਕਿ ਸਾਡੇ ਕੋਲ ਇੱਕ ਇੱਕ ਪਲੇਅਰ ਸਾਰੀਆਂ ਟੀਮਾਂ ਦਾ ਪਹੁੰਚੇ। ਬਹੁਤ ਮਿਹਰਬਾਨੀ ਜੀ, ਉਧਰਲੇ ਬੰਨੇ ਜਗਸੀਰ ਜੀ ਬਹੁਤ ਸਤਿਕਾਰਯੋਗ ਜ਼ਿੰਦਗੀ ਦੇ ਮਿੱਤਰ ਹੈ, ਆਪਣੀਆਂ ਜ਼ਿੰਮੇਵਾਰੀਆਂ ਸਾਂਭ ਟੀਮਾਂ ਨੂੰ ਪਿਆਰ ਬਖਸ਼ਦੇ ਹੈ। ਹਾਂਜੀ, ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਮੋਨਣ ਪਿੰਡ ਤੋਂ ਉਹ ਆ ਕੇ ਸਟੇਜ ਦੇ ਉੱਤੇ ਆ ਕੇ ਪਤਵੰਤੇ ਸੱਜਣਾ ਦੇ ਵਿੱਚ ਆ ਕੇ ਬੈਠਣ। ਔਰ ਨਿੱਕਾ ਜਿਹਾ ਬੱਚਾ ਕਹਿੰਦਾ ਵੀ ਮੈਂ ਦੰਦਾਂ ਨਾਲ ਮੋਟਰਸਾਈਕਲ ਖਿੱਚਣਾ ਹੈ, ਔਰ ਖਿੱਚੇਗਾ ਵੀਰ, ਚੱਲ ਵੀ ਨੌਜਵਾਨਾਂ ਉਧਰਲੇ ਬੰਨੇ। ਆਹ ਮੈਨੂੰ ਕਹਿੰਦੇ ਵੀ ਫੌਜੀ ਲੱਗਦਾ ਸਾਫਕਾ ਜਿਹੜਾ ਤਿਆਰੀ ਖਿੱਚੀ ਫਿਰਦਾ, ਬਾਬਾ 60 ਸਾਲ ਤੋਂ ਉਮਰ ਉੱਪਰ ਹੈ, ਕਿਉਂਕਿ ਫੌਜੀ ਦੀ ਪਛਾਣ ਵੱਖਰੀ ਹੈ, ਔਰ ਉਹ ਵੀ ਪੂਰੀ ਤਿਆਰੀ ਦੇ ਵਿੱਚ ਹੈ। ਉਧਰਲੇ ਬੰਨੇ ਨੌਜਵਾਨ ਗੱਭਰੂ ਖੇਡ ਮੈਦਾਨ ਵਿੱਚ ਘੜਾੜੀ ਵਿੱਚ ਬਾਂਹ ਪੈ ਗਈ ਹੈ ਕਿ ਫਸ ਜੇ ਘੜਾੜੀ ਵਿੱਚ ਗੰਨਾਂ ਲੰਘੇ ਆਣੀਆਂ ਤੇ ਕੁਝ ਨਹੀਂ ਕਰਦਾ ਫਿਰ ਜ਼ੋਰ। ਹੈਲੋ, ਹਾਂ ਬਾਈ ਜੀ, ਟੀਮਾਂ ਨੋਟ ਕਰਨ, ਹੁਣ ਕੋਈ ਇਤਰਾਜ਼ ਨਹੀਂ ਮੰਨਿਆ ਜਾਣਾ, ਫਾਈਨਲ ਸੈਮੀ ਫਾਈਨਲ ਮੈਚ ਚੱਲੀ ਜਾਂਦਾ, ਹੁਣ ਨਹੀਂ ਅਸੀਂ ਇਤਰਾਜ਼ ਮੰਨਣਾ ਕੋਈ। ਬਹੁਤ ਮਿਹਰਬਾਨੀ ਹੈ। ਉਧਰਲੇ ਬੰਨੇ ਸਮਾਂ ਸਮਰੱਥ ਹੈ ਖੇਡ ਮੈਦਾਨ ਵਿੱਚ, ਖੇਡ ਮੈਦਾਨ ਵਿੱਚ ਬਿਨ ਖੰਭਾਂ ਤੋਂ ਪੰਛੀ ਕੇ ਬਾਅਦ ਤੱਕ ਉੱਡਦੇ ਨਾ,
ਉਮਰ ਪਾਣੀ ਵਕਤ ਕਦੇ ਪਛਾਣ ਨੂੰ ਮੁੜਦੇ ਨਾ, ਜਿਹੜਾ ਸਮਾਂ ਬੀਤ ਜਾਂਦਾ ਉਹ ਪਿੱਛੇ ਨਹੀਂ ਮੁੜਦਾ। ਕਬੱਡੀ ਫਿਰ ਚੂੜ ਚੱਕਦੇ ਨੌਜਵਾਨ ਨੇ ਪਾਈ ਹੈ, ਭਾਵੇਂ ਗੱਲ ਚਮਕੀਲੇ ਦੀ ਤੇ ਭਾਵੇਂ ਕੁਲਵਿੰਦਰ ਗਿਆਨੀ ਹੋਰਾਂ ਦੀ। ਕਬੱਡੀ ਬਹੁਤ ਤਕੜੀ ਖੇਡਦੇ ਹੈ, ਉਧਰਲੇ ਬੰਨੇ ਦੇਖਦੇ ਵੀ ਖੇਡ ਮੈਦਾਨ ਦੇ ਵਿੱਚ ਔਰ ਬਹੁਤ ਤਕੜੀ ਕੋਸ਼ਿਸ਼ ਹੈ। ਗੁਰੂ ਤੇਗ ਬਹਾਦਰ ਨੂੰ ਕਹਿਣ ਲੱਗੇ ਪੰਡਿਤ ਕਸ਼ਮੀਰੀ ਸਾਡੇ ਜੰਝੂ ਲਾ ਲਾ ਕੇ, ਕਹਿੰਦਾ ਔਰੰਗਜ਼ੇਬ ਅਖੀਰੀ ਨਹੀਂ ਦੀਨ ਕਬੂਲ ਲਓ, ਨਹੀਂ ਚੱਕ ਲਓ ਡੰਡਾ ਡੇਰਾ, ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ। ਅੱਜ ਮੈਂ ਦੇਖਦਾ ਵੀ ਇਹ ਪੰਜਾਬ ਦੀ ਧਰਤੀ ਸੂਰਬੀਰ ਯੋਧਿਆਂ ਦੀ ਧਰਤੀ ਹੈ, ਰਿਸ਼ੀਆਂ ਮੁਨੀਆਂ ਅਵਤਾਰਾਂ ਦੀ ਧਰਤੀ ਹੈ ਕਿ ਜਿੱਥੇ ਵੱਡੇ ਵੱਡੇ ਹੋਏ ਭਲਵਾਨ ਵੀ, ਸਾਰੇ ਜੱਗ ਚ ਉੱਚੀ ਆ ਪੰਜਾਬੀਆਂ ਦੀ ਸ਼ਾਨ ਵੀ, ਪੈਂਦੀਆਂ ਕਬੱਡੀਆਂ ਤੇ ਹੁੰਦੇ ਘੋਲ ਮਿੱਤਰੋ, ਨਹੀਂ ਰੰਗਲੇ ਪੰਜਾਬ ਜਿਹਾ। ਹੋਰ ਮਿੱਤਰੋ, ਅਮਰਜੀਤ ਸਿੰਘ ਜੀ ਬਲਾਕ ਸੰਮਤੀ ਮੈਂਬਰ ਬੈਠੇ ਹੈ, ਉਹਨਾਂ ਕੋਲੇ ਜਿਹੜੀ ਇਹ ਮੂਵ ਸਪਰੇ ਆ ਕਿਰਪਾ ਕਰਕੇ ਪ੍ਰਧਾਨ ਜੀ ਪਹੁੰਚਦੀ ਕਰ ਦਿਓ ਗਰਾਊਂਡ ਦੇ ਵਿੱਚ, ਬਹੁਤ ਮਿਹਰਬਾਨੀ ਹੈ। ਕਬੱਡੀ ਜਿਹੜੀ ਚੂੜ ਚੱਕਦੀ ਤਰਫੋਂ ਪੈ ਚੁੱਕੀ ਹੈ, ਖੇਡ ਮੈਦਾਨ ਵਿੱਚ ਤੱਕੀਏ ਉਧਰਲੇ ਬੰਨੇ ਫੇਰ ਪੰਗਾ ਖਾਲਸੇ ਨਾਲ ਹੈ। ਦੱਸ ਵੀ ਦੀਨੇ ਵਾਲਿਆ ਸੁਖਦੇਵ ਤੇ ਪੁਆਇੰਟ ਜਿਹੜਾ ਆ ਗੱਭਰੂ ਦੀਨਾ ਸਾਹਿਬ ਦੀ ਧਰਤੀ ਤੋਂ ਆਇਆ ਹੈ, ਜਿੱਥੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ 3 ਮਹੀਨੇ 10 ਦਿਨ ਬੈਠ ਤਪੱਸਿਆ ਕੀਤੀ ਤੇ ਔਰੰਗਜ਼ੇਬ ਨੂੰ ਇੱਕ ਜ਼ਫਰਨਾਮਾ ਲਿਖਿਆ। ਔਰ ਦੀਨਾ ਸਾਹਿਬ ਦੀ ਧਰਤੀ ਤੇ ਕਬੱਡੀ ਦਾ ਬਹੁਤ ਤਕੜਾ ਕੱਪ ਹੁੰਦਾ ਹੈ। ਕੇਸਾਧਾਰੀ ਖਿਡਾਰੀਆਂ ਨੂੰ ਸੋਨੇ ਦੇ ਕੜੇ ਤੇ ਮੁੰਦਰੀਆਂ ਪਾਈਆਂ ਜਾਂਦੀਆਂ ਹੈ। ਉਧਰਲੇ ਬੰਨੇ ਨੌਜਵਾਨ ਗੱਭਰੂ ਡੱਕਣ ਦੀ ਕੋਸ਼ਿਸ਼ ਕਰਦਾ, ਕਦੇ ਸੱਜੇ ਕਦੇ ਖੱਬੇ, ਨਹੀਂ ਰੀਸਾਂ। ਵਾਹ ਉਹ ਨੌਜਵਾਨਾਂ, ਪੱਟਾਂ ਵਿੱਚ ਜਾਨ ਹੋਵੇ, ਡਾਲਿਆਂ ਤੇ ਮਾਨ ਹੋਵੇ, ਸੀਨੇ ਵਿੱਚ ਦਿਲ ਕਹਿੰਦੇ ਸ਼ੇਰ ਤੋਂ ਮਹਾਨ ਹੋਵੇ, ਬਹੁਤ ਹੀ ਤਕੜਾ ਸਾਡਾ ਜ਼ਿੰਦਗੀ ਦਾ ਸਤਿਕਾਰਯੋਗ ਵੀਰ ਜਿਮੀ ਸੰਧੂ ਜੀ, ਉਹ ਵੀ ਪੁੱਜੇ ਹੈ, ਆਪਾਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ। ਕਬੱਡੀ ਅਗਲੀ ਖੇਡ ਮੈਦਾਨ ਵਿੱਚ ਤੱਕਦੇ ਹੈ, ਉਧਰਲੇ ਬੰਨੇ ਮਾਝੇ ਦੇ ਮਝੈਲ ਨੇ ਬੋਰੀ ਚੁੱਕੀ ਹੈ, ਪੂਲਾ ਪਿੰਡ ਦੇਖਦੇ ਹੈ। ਭਾਵੇਂ ਗੱਲ ਭਾਈ ਤਾਰੂ ਸਿੰਘ ਦੀ ਤੇ ਭਾਵੇਂ ਸ਼ਹੀਦ ਬਾਬਾ ਦੀਪ ਸਿੰਘ ਦੀ ਗੱਲ ਕਰੀਏ, ਉਸ ਏਰੀਏ ਦੇ ਖਿਡਾਰੀ ਪੁੱਜੇ ਹੈ। ਭਾਵੇਂ ਗੱਲ ਕਰੀਏ ਗੁਰੂ ਕੀ ਵਡਾਲੀ ਦੀ, ਜਿੱਥੇ ਕਹਿੰਦੇ ਵੀ 6ਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਕਹਿੰਦੇ ਵੀ ਪਵਿੱਤਰ ਨਗਰ ਹੈ। ਉਧਰਲੇ ਬੰਨੇ ਨੌਜਵਾਨ ਗੱਭਰੂ ਘੇਰਦਾ ਹੋਇਆ ਖੇਡ ਮੈਦਾਨ ਵਿੱਚ ਦੇਖਦੇ ਹੈ, ਜਦੋਂ ਕਦੇ ਆਈ ਅੱਗੇ ਆਊ ਮੇਰਾ ਖਾਲਸਾ, ਲੱਖਾਂ ਚੋਂ ਪਛਾਣਿਆ ਜਾਊ ਤੇਰਾ ਖਾਲਸਾ। ਕਬੱਡੀ ਜੋੜਦੀ ਹੈ, ਬਾਹਰ ਨੌਜਵਾਨਾਂ ਖੇਡ ਮੈਦਾਨ ਵਿੱਚ ਬਹੁਤ ਹੀ ਤਕੜਾ ਪੁਆਇੰਟ ਜਿਹੜਾ ਚੂੜ ਚੱਕ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਪੰਜਾਬੀ ਵੀਰ ਵੀ ਆਨੰਦ ਮਾਣਦੇ ਹੈ, ਭੁੱਖੇ ਤੇ ਆਏ, ਬੜੀ ਦੂਰੋਂ ਦੂਰੋਂ ਆਏ, ਵੇਖਦੇ ਕਬੱਡੀ ਕੋਈ ਬੈਟ ਖੜ ਕੇ, ਇਹ ਕਬੱਡੀ ਦਾ ਜਨੂਨ। ਵੀਡੀਓ ਸਾਹਿਬ ਹੁਣ ਬੋਲਦਾ ਪੰਜਾਬੀਆਂ ਦੇ ਸਿਰ ਚੜ ਕੇ, ਆਰ ਉਖੜੇ ਪੈਰ ਹੈ ਨੌਜਵਾਨ ਦੇ, ਉੱਡੀ ਮਾਂ ਮਿੱਟੀ ਦੀ ਧੂੜ ਹੈ। ਸਾਡੇ ਸਤਿਕਾਰਯੋਗ ਹੈ ਬਾਪੂ ਟੇਗ ਸਿੰਘ ਜੀ, ਉਹਨਾਂ ਦੇ ਪਰਿਵਾਰ ਵੱਲੋਂ ਦੁਨੀਆਂ ਦਾ ਹੀਰਾ ਖਿਡਾਰੀ ਬਦਨੀ ਦਾ ਪਿੰਦਰੀ, ਜਿਹੜਾ ਆਸਟ੍ਰੇਲੀਆ ਦਾ ਪੱਕਾ ਵਸਨੀਕ ਹੈ, ਪਿਛਲੇ ਸਾਲ ਇਸ ਧਰਤੀ ਤੇ ਕਹਿੰਦੇ ਵੀ ਜਿਹੜੀ ਆਲਟੋ ਕਾਰ ਜਿੱਤਣ ਵਾਲੀ ਜਨੇਤਪੁਰੇ ਦੀ ਟੀਮ ਲਈ ਖੇਡਿਆ। ਦੂਸਰੇ ਬੰਨੇ ਜਲਾਲ ਵਾਲਾ ਗਗਨ, ਅੱਜ ਵਿਸ਼ੇਸ਼ ਤੌਰ ਤੇ ਬਦਨੀ ਦੇ ਪਿੰਦਰੀ ਦਾ ਸਨਮਾਨ ਹੋਣਾ ਹੈ, ਸਾਡੇ ਬਲਵਿੰਦਰ ਸਿੰਘ ਦੀ ਵੀਡੀਓ ਜੱਗਾ ਮਨਾਵਾਂ ਜੀ, ਉਹਨਾਂ ਵੀਰਾਂ ਵੱਲੋਂ ਸਨਮਾਨ ਕੀਤਾ ਜਾਣਾ ਹੈ। ਸਰਦਾਰ ਬਲਦੇਵ ਸਿੰਘ ਜੀ ਨਾਲ ਸਾਡੇ ਸਰਦਾਰ ਜੋਗਿੰਦਰ ਸਿੰਘ ਹੋਰੀ, ਸਾਰੇ ਪਰਿਵਾਰ ਵੱਲੋਂ ਬਹੁਤ ਵੱਡੇ ਆਦਰ ਦਿੱਤੇ ਜਾਣਗੇ। ਉਧਰਲੇ ਬੰਨੇ ਪੰਗਾ ਫੇਰ ਖਾਲਸੇ ਨਾਲ ਹੈ। ਵਾਹ ਨੌਜਵਾਨਾਂ, ਬਹੁਤ ਹੀ ਤਕੜੀ ਖੇਡ। ਹੈਲੋ ਪਲੀਜ਼, ਉਹ ਪੁਆਇੰਟਾਂ ਵਾਲੇ ਭਾਈ ਸਾਹਿਬ, ਬੰਦੇ ਦੋ ਹੀ ਬੈਠਣ, ਦੂਜੇ ਦੋ ਬੰਦੇ ਜਿਹੜੇ ਪਾਸੇ ਬਾਹਰ ਹੋ ਜਾਣ, ਪੁਆਇੰਟਾਂ ਤੇ ਸਿਰਫ ਦੋ ਬੰਦੇ ਬੈਠਣ। ਮੀਪਾ ਕਬੱਡੀ ਖਿਡਾਰੀ ਸੁੱਖੇ ਵਕੀਲਾਂ ਵਾਲੇ ਨੂੰ ਮਿਲ ਲਵੇ ਜੀ, ਮੀਪਾ ਕਬੱਡੀ ਖਿਡਾਰੀ ਜਿੱਥੇ ਮੇਰੀ ਆਵਾਜ਼ ਨੂੰ ਸੁਣਦਾ ਹੈ, ਬਾਹਰ ਹੋ ਜਾਓ ਭਾਈ। ਮੀਪਾ ਕਬੱਡੀ ਖਿਡਾਰੀ ਸੁੱਖੇ ਵਕੀਲਾਂ ਨੂੰ ਮਿਲ ਲਵੇ ਜੀ,
ਜਿੱਥੇ ਮੇਰੀ ਆਵਾਜ਼ ਨੂੰ ਸੁਣਦਾ ਹੈ। ਉਧਰਲੇ ਬੰਨੇ ਮੱਖਣ ਸੰਧੂ ਵੀ ਆਇਆ ਹੋਇਆ ਹੈ, ਦੁਨੀਆਂ ਦਾ ਮਸ਼ਹੂਰ ਖਿਡਾਰੀ, ਜਿਹੜਾ ਪੰਜਾਬ ਦੇ 2009 ਦੇ ਪੂਰੇ, 2011 ਦੇ ਪੂਰੇ ਪੰਜਾਬ ਦੇ ਟੂਰਨਾਮੈਂਟਾਂ ਦਾ ਬੈਸਟ ਧਾਵੀ ਡਿਕਲੇਅਰ ਕੀਤਾ ਗਿਆ ਮਾਝੇ ਦੀ ਧਰਤੀ ਦਾ, ਉਹ ਵੀ ਵੀਰ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ। ਆਪਾਂ ਉਸ ਖਿਡਾਰੀ ਦਾ ਵੀ ਧੰਨਵਾਦ ਕਰਾਂਗੇ। ਦੋ ਜਿਹੜੇ ਖਿਡਾਰੀ ਮਾਝੇ ਦੇ ਅੱਜ ਖੇਡਣਗੇ ਵਕੀਲਾਂ ਵਾਲੀ ਦੀ ਟੀਮ ਦੇ ਵਿੱਚ, ਅੱਜ ਦੇਖਾਂਗੇ ਵੀ ਬਹੁਤ ਹੀ ਤਕੜੇ ਦਰਸ਼ਕ ਵੀਰੋ ਮੈਚ ਹੋਣੇ ਹੈ। ਗੱਡੀ ਭਾਵੇਂ ਨਹੀਂ ਪਰ ਗੱਡੀ ਤੋਂ ਵੱਧ ਜਿਹੜੇ ਤਕੜੇ ਮੈਚ ਹੈ, ਕਿਉਂਕਿ ਉਧਰਲੇ ਬੰਨੇ ਦੋ ਫਰਿੱਜਾਂ ਦਿੱਤੀਆਂ ਜਾਣੀਆਂ। ਨਿਰਮਲ ਸਿੰਘ ਜੀ ਕੈਨੇਡਾ ਤੱਕਦੇ ਹੈ, ਜਿਵੇਂ ਕਹਿੰਦੇ ਵੀ ਜਲਾਲਾਬਾਦ ਜਾਂ ਸਿੰਧੂ ਕੌਡੀ ਕੈਰ ਦੀ ਖੇਡ ਗਿਆ। ਆਹ ਵੀ ਗੱਭਰੂ ਉਸੇ ਤਰ੍ਹਾਂ ਦਾ ਬਹੁਤ ਤਕੜਾ ਖਿਡਾਰੀ ਆ ਮੇਰੇ ਵੀਰੋ, ਰਾਜਗੁਰੂ ਸੁਖਦੇਵ ਸਰਾਭੇ। ਉਦਮ ਦਾ ਕੀ ਕਹਿਣਾ ਕਿ ਭਗਤ ਸਿੰਘ ਨੇ ਯਾਰੋ ਸਦਾ 23 ਸਾਲ ਦਾ ਰਹਿਣਾ, ਜੋ ਲੋਕੀ ਸ਼ਹੀਦਾਂ ਦਾ ਨਾਂ ਸੱਚੇ ਮੂੰਹ ਨਾਲ ਲੈਂਦੇ ਨੇ, ਮਰ ਜਾਵਣ ਉਦੇਸ਼ ਦੀ ਖਾਤਰ ਸਦਾ ਜਿਉਂਦੇ ਰਹਿੰਦੇ ਨੇ, ਮਰ ਜਾਵਣ ਉਦੇਸ਼ ਦੀ ਖਾਤਰ ਸਦਾ ਜਿਉਂਦੇ ਰਹਿੰਦੇ ਨੇ। ਪਾ ਵੀ ਨਾ ਜੋਨਾ ਅਗਲੀ ਕਬੱਡੀ ਖੇਡ ਮੈਦਾਨ ਵਿੱਚ ਤੱਕਾਂਗੇ। ਅਗਲੀ ਕਬੱਡੀ ਸਾਂਵਲੇ ਜੇ ਰੰਗ ਦੇ ਵਿੱਚ ਹੈ, ਮੈਂ ਲੋਕ ਬੋਲੀਆਂ ਵਿੱਚ ਸੁਣਿਆ ਵੀ ਰੰਗ ਦੇ ਕਾਲੇ ਨੂੰ ਮੈਂ ਮੋਗਿਓਂ ਕਲੀ ਕਰਾਵਾਂ। ਆਹ ਦੇਖੋ ਮੇਰੇ ਵੀਰੋ, ਰੰਗ ਕਾਲਾ ਪਰ ਫੁਰਤੀ ਬਹੁਤ ਹੈ ਇਹ ਨੌਜਵਾਨ ਖਿਡਾਰੀ ਦੇ ਵਿੱਚ। ਉਧਰਲੇ ਬੰਨੇ ਝੁੱਕ ਕਬੱਡੀ ਪਾਈ ਹੈ ਕਿ ਸੁਰਖਪੁਰੀਆ ਦੁੱਲਾ ਕੌਡੀ ਪਾਉਂਦਾ ਵਿਛਕੇ, ਗੋਗੋ ਰੁੜਕੀ ਦਾ ਬੰਦਾ ਫੜਿਆ ਨਾ ਖਿਸਕੇ, ਸੈਲੋਪੇ ਦਾ ਨੀਲਾ ਕੌਡੀ ਪਾਉਂਦਾ ਇਹ ਦਿਮਾਗ ਨਾਲ, ਤੇ ਪਿੱਥੋਂ ਵਾਲਾ ਸ਼ੀਰਾ ਪੁਆਇੰਟ ਲੈਂਦਾ ਡਾਂਗ ਨਾਲ। ਅਗਲੀ ਗੱਲ ਮੰਨਾ ਜੀ। ਹਾਂਜੀ, ਆ ਬਾਈ ਜੀ ਜਿਹੜੇ ਜਾਲ ਦੇ ਅੰਦਰ ਬੈਠੇ ਆ, ਪ੍ਰਬੰਧਕ ਵੀਰਾਂ ਵੱਲੋਂ ਬੇਨਤੀ ਆ, ਪਲੀਜ਼ ਸਾਨੂੰ ਸਖਤੀ ਨਾ ਕਰਨੀ ਪਵੇ, ਆਪਦਾ ਬਾਹਰ ਹੋ ਜਾਓ। ਜਿਹੜੇ ਪਲੇਅਰ ਜਾਂ ਕੋਈ ਵੀ ਆ ਜਾਲ ਦੇ ਅੰਦਰ ਬੈਠਦਾ, ਪਲੀਜ਼ ਬਾਹਰ ਹੋ ਜਾਣ, ਹੱਥ ਜੋੜ ਕੇ ਬੇਨਤੀ ਆ। ਆ ਬਲਵਿੰਦਰ ਸਿੰਘ ਪ੍ਰਧਾਨ ਸਾਹਿਬ ਵੀਰੋ ਜੀ, ਮਿਹਰਬਾਨੀ ਆ, ਕੋਈ ਵੀ ਵੀਰ ਜੰਗਲਾ ਟੱਪ ਅੰਦਰ ਨਾ ਆਵੇ, ਬਹੁਤ ਮਿਹਰਬਾਨੀ ਆ। ਬੇਨਤੀ ਆ ਵੀਰ ਜੀ, ਇੱਧਰ ਬਾਹਰ ਆ ਜਾਓ, ਇੱਧਰ ਆ ਕੇ ਸਟੇਜ ਕੋਲੇ ਬੈਠੋ, ਕਿੰਨਾ ਥਾਂ ਜਾਲ ਦੇ ਅੰਦਰ ਕੋਈ ਨਾ ਬੈਠੇ। ਉਧਰਲੇ ਬੰਨੇ ਦੀਨੇ ਦੇ ਸੁਖਦੇਵ ਨੇ ਜਿਹੜਾ ਪੁਆਇੰਟ ਹੈ ਚੂੜ ਚੱਕ ਦੀ ਟੀਮ ਨੂੰ ਦੇ ਦਿੱਤਾ ਹੈ। ਅੱਜ ਕਹਿ ਲਈਏ ਵੀ ਧਰਮ ਤੱਕੜੀ ਫੜੀ ਹੋਈ ਹੱਥ ਵਿੱਚ, ਹੱਥ ਫੜ ਕੇ ਆਪਣੇ ਧਰਮ ਤੱਕੜੀ, ਫਿਰ ਘੱਟ ਕਿਸੇ ਨੂੰ ਤੋਲੀਏ ਨਾ, ਕਿ ਜੇ ਕਿਸੇ ਦੀ ਮਦਦ ਕਰ ਦਈਏ ਭੇਦ ਉਹਦਾ ਕਿਸੇ ਕੋਲ ਫੋਲੀਏ ਨਾ, ਪੜਦੇ ਪਾਈਏ ਹਰੇਕ ਦੀ ਪੱਤ ਉੱਤੇ ਤੇ ਪੱਤ ਕਿਸੇ ਦੀ ਫੋਲੀਏ ਨਾ, ਸ਼ਾਇਦ ਝੋਲੀ ਦੇ ਵਿੱਚ ਸੁੱਚੇ ਲਾਲ ਹੋਣ, ਉਹ ਮੰਦਾ ਕਿਸੇ ਫਕੀਰ ਨੂੰ ਬੋਲੀਏ ਨਾ, ਮੰਦਾ ਕਿਸੇ ਗੁਰੂ ਨੂੰ ਬੋਲੀਏ ਨਾ। ਕਬੱਡੀ ਸਾਫ ਵਾਲੀ ਨੌਜਵਾਨ ਦੀ ਹੈ, ਜ਼ਿਲ੍ਹੇ ਮੋਗੇ ਦਾ ਘੁੱਗ ਵਸਿਆ ਪਿੰਡ ਡਰੋਲੀ ਭਾਈ ਦੇ ਨੇੜੇ, ਆ ਵੀ ਨੌਜਵਾਨਾਂ। ਦੂਸਰੇ ਬੰਨੇ ਗਵਾਂਢੀ ਪਿੰਡ ਚੂੜ ਚੱਕ ਦੀ ਟੀਮ ਹੈ, 24 ਤੇ 23 ਤੇ 24 ਤਰੀਕ ਜਿਹੜੀ ਚੂੜ ਚੱਕ ਦੇ ਕਬੱਡੀ ਕੱਪ ਦੀ ਹੈ, 24 ਤੇ 25 ਜਿਹੜੀ ਤਰੀਕ ਹੈ ਉਹ ਆਪਾਂ ਤੱਕਾਂਗੇ ਬਰਨਾਲੇ ਦੀ ਧਰਤੀ, 16 ਤੇ 15 ਤੇ 16 ਜਿਹੜੀ ਤਰੀਕ ਆ ਵਲਟੋਏ ਦੇ ਕਬੱਡੀ ਕੱਪ ਦੀ ਆ, 12 ਤੇ 13 ਜਿਹੜੀ ਤਰੀਕ ਹੈ ਉਹ ਲੋਂਗੋਦੇਵੇ ਦੇ ਕਬੱਡੀ ਕੱਪ ਦੀ ਹੈ, 9, 10 ਤੇ 11 ਜਿਹੜੀ ਤਰੀਕ ਹੈ ਉਹ ਬਿਲਕੁਲ ਕਹਿ ਲਈਏ ਵੀ 12 ਤਰੀਕ ਜਿਹੜੀ ਲੁਹਾਰੇ ਦੀ ਧਰਤੀ ਤੇ ਕਬੱਡੀ ਦੀ ਰੌਣਕ ਲੱਗਣੀ ਆ, ਮੈਚ ਸਮਾਪਤੀ ਵੱਲ ਹੈ। ਲੜਨਾ ਨੀ ਲੜਨਾ, ਉਹਨਾਂ ਨੂੰ ਬੇਨਤੀ ਆ ਕਿ ਅਸੀਂ ਤਾਲੀਆਂ ਕੱਢ ਰਹੇ ਆ ਜੀ। ਨਾ ਨਾ ਯਾਰ, ਆ ਕੀ ਗੱਲ ਆ ਯਾਰ, ਬਾਈ ਜੀ ਕਿਸੇ ਨੇ ਲੜਾਈ ਝਗੜਾ ਨੀ ਕਰਨਾ, ਟੀਮ ਸਕਰੈਚ ਕਰ ਦਿਆਂਗੇ, ਠੀਕ ਆ। ਸਾਡੇ ਪ੍ਰਬੰਧਕਾਂ ਵੱਲੋਂ ਬੇਨਤੀ ਆ, ਕਮੇਟੀ ਵਾਲੇ ਖੜੇ, ਤੁਸੀਂ ਕੌਣ ਲੜਾਈ ਝਗੜਾ ਕਰਦੀ ਆ, ਉਹ ਟੀਮ ਸਕਰੈਚ ਕਰਦੀ ਆ। ਨਹੀਂ ਲੜਨਾ ਨੀ ਕਿਸੇ ਨੇ, ਪਿਆਰ ਦੇ ਨਾਲ ਖੇਡਾਂ ਕਰਨੀਆਂ, ਕਿਸੇ ਨੇ ਲੜਨਾ ਨੀ ਵੀ ਜਵਾਨੋ, ਇਹਨਾਂ ਦਾ ਫੈਸਲਾ ਕਰੋ ਕਮੇਟੀ ਵਾਲੇ ਕੀ ਕਰਦੇ ਆ। ਅਵਤਾਰ ਸਿੰਘ ਸਰਪੰਚ ਸਾਹਿਬ, ਹੋਰ ਖਿਡਾਰੀ ਜਾਂ ਖਿਡਾਰੀ ਦੇ ਨਾਲ ਕੋਈ ਸਪੋਰਟਰ ਆ, ਸਾਰੇ ਗਰਾਊਂਡ ਚੋਂ ਬਾਹਰ ਹੋ। ਲੜਨਾ ਨੀ ਭਰਾਵੋ, ਲੜਨਾ ਨੀ ਯਾਰ, ਲੜਾਈ ਦੀ ਭਾਵਨਾ ਨਾਲ ਨਹੀਂ ਖੇਡਣਾ, ਨਾ ਕਿ ਪਿਆਰ ਦੇ ਨਾਲ ਖੇਡਣਾ ਹੈ ਵੀਰ ਮੇਰੇ, ਉਹ ਨਾ ਬਈ ਨਹੀਂ ਲੜਨਾ ਨੀ ਕਿਸੇ ਨੇ, ਹਾਰ ਜਿੱਤ ਤਾਂ ਬਣੀ ਰਹਿੰਦੀ ਹੈ ਯਾਰ, ਤੁਸੀਂ ਮੁੱਕੋ ਮੁੱਕੀ ਨਾ ਹੋ। ਹੈਲੋ ਹੈਲੋ ਬਾਈ ਵੀਡੀਓ ਸਾਹਿਬ, ਸਖਤੀ ਵਰਤਣੀ ਬਣੀ, ਆਪਾਂ ਨੂੰ ਐਂ ਨੀ ਕੰਮ ਚੱਲਣਾ।
ਉਹ ਭਰਾਵੋ ਐਵੇਂ ਨਾ ਇਹਨਾਂ ਨੂੰ ਅੰਮ੍ਰਿਤਧਾਰੀ ਸਮਝ ਲਓ, ਬੰਦੇ ਬੜੇ ਭੈੜੇ ਆ। ਕਿਰਪਾ ਕਰਕੇ ਤੁਸੀਂ ਨਾ ਲੜੋ, ਪਿਆਰ ਨਾਲ ਚਲੇ ਜਾਓ। ਹੱਥ ਬੰਨ ਬੇਨਤੀ ਹੈ, ਕਿਉਂਕਿ ਗੁੱਸਾ ਵੀ ਬੜਾ, ਪਿਆਰ ਵੀ ਬਹੁਤ ਕਰਦੇ ਆ। ਬੇਨਤੀ ਵੀ ਲੜਨਾ ਨੀ ਕਿਸੇ ਖਿਡਾਰੀ ਨਾਲ। ਸਾਫ ਵਾਲੇ ਦੀ ਟੀਮ ਦੇ ਜਿਹੜੇ ਪੁਆਇੰਟ ਆ ਉਹ 15.5 ਹੈ, ਤੇ ਚੂੜ ਚੱਕ ਦੀ ਟੀਮ ਦੇ ਪੁਆਇੰਟ ਜਿਹੜੇ 20 ਹੈ। ਚੂੜ ਚੱਕ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਆ ਜੀ, ਤਾੜੀਆਂ ਮਾਰ ਦਿਓ, ਕਿਉਂਕਿ ਮਾੜੀਆਂ ਮੋਟੀਆਂ ਤਾੜੀਆਂ ਤਾਂ ਖਿਡਾਰੀ ਵੀ ਮਾਰ ਗਏ ਹੈ। ਬਹੁਤ ਮਿਹਰਬਾਨੀ ਆ ਜੀ। ਬਜ਼ੁਰਗਾਂ ਦੀਆਂ ਜਿਹੜੀਆਂ ਦਾੜਾਂ ਹੋਣੀਆਂ ਜੀ, ਬਜ਼ੁਰਗ ਗਰਾਊਂਡ ਦੇ ਵਿੱਚ ਆ ਜਾਣ। ਸਾਫੂ ਵਾਲੇ ਦੇ ਜਿਹੜੇ ਸਿੱਖ ਸਰਦਾਰ ਖਿਡਾਰੀ 3 ਹੈ ਨਾ, ਉਹ ਆਪਦਾ ਨਾਮ ਲੈ ਕੇ ਲੈ ਜਾਣਾ ਸਾਡੇ ਕੋਲ ਆ ਕੇ। ਆ ਜੀ, ਕਬੱਡੀ ਓਪਨ ਦੇ ਜਿਹੜੇ ਖਿਡਾਰੀ ਆ ਉਹਨਾਂ ਨੂੰ ਬੇਨਤੀ ਆ ਕਿ ਅਸੀਂ ਟਾਂਜਾਂ ਕੱਢਣ ਲੱਗੇ ਹਾਂ। ਹਰ ਇੱਕ ਟੀਮ ਦਾ ਇੱਕ ਖਿਡਾਰੀ ਸਾਡੇ ਕੋਲ ਪਹੁੰਚੇ ਜੀ 60 ਸਾਲਾ ਬਜ਼ੁਰਗਾਂ ਤੋਂ ਬਾਅਦ। ਨਾਲ ਹੀ ਅਸੀਂ ਮੈਚ ਆ ਜਿਹੜੇ ਕਬੱਡੀ ਓਪਨ ਦੇ ਉਹ ਸਟਾਰਟ ਕਰਾ ਰਹੇ ਹਾਂ। ਇੱਕ ਇਹ ਬੇਨਤੀ ਹੈ ਕਿ ਇਸ ਜਿਹੜਾ ਮੈਚ ਹੋ ਕੇ ਹਟਿਆ ਇਹਦੇ ਪੁਆਇੰਟ ਡਿਕਲੇਅਰ ਕੀਤੇ ਜਾਣ, ਨਾਲੇ ਟੀਮ ਜਿਹੜੀ ਜਿੱਤੀ ਆ ਉਹ ਸਾਨੂੰ ਦੱਸੀ ਜਾਵੇ ਜੀ। ਬਲਵੀਰ ਸਿੰਘ, ਅਵਤਾਰ ਸਿੰਘ ਜੀ, 60 ਸਾਲਾਂ ਦੀਆਂ ਦੌੜਾਂ ਹੋਣੀਆਂ, ਇਹਨਾਂ ਦੇ ਪਾਸੇ ਬੰਦੇ ਲਾ ਦਿਓ, ਥੱਲੇ ਨਾ ਆਉਣ ਇਹ। ਸਾਫੂ ਵਾਲੇ ਖਿਡਾਰੀਆਂ ਨੂੰ ਵੀ ਕਿਹਾ ਜਾਂਦਾ ਵੀ ਉਹ ਆਪਦਾ ਇਨਾਮ ਲੈ ਜਾਣ, ਜਿਹੜੇ ਸਿੱਖ ਸਰਦਾਰ ਸੀ ਸਪੈਸ਼ਲ ਪ੍ਰਾਈਜ਼। ਹੈਲੋ ਬੂਟੇ ਵੀਰ, ਸਾਨੂੰ ਯਾਰ ਅਨਾਊਂਸ ਕਰ ਦਿਓ ਕਿਹੜੀ ਟੀਮ ਜਿੱਤੀ ਆ ਜਿਹੜਾ ਸੈਕਿੰਡ ਸੈਮੀਫਾਈਨਲ ਹੋਇਆ, ਜਿਹੜਾ ਸੈਕਿੰਡ ਸੈਮੀਫਾਈਨਲ ਹੋਇਆ ਕਿਹੜੀ ਟੀਮ ਜਿੱਤੀ ਆ? ਜਿਹੜੇ ਬਜ਼ੁਰਗਾਂ ਨੇ ਦਾੜਾ ਲਾਉਣੀਆਂ ਕਿਰਪਾ ਕਰਕੇ ਬਜ਼ੁਰਗ ਗਰਾਊਂਡ ਦੇ ਵਿੱਚ ਚਲੇ ਜਾਣ ਉਧਰਲੇ ਬੰਨੇ। ਮਾਲੇ ਪਿੰਡ ਦਾ ਕੁਲਦੀਪ ਚੱਕੀ ਦਾ ਪੁੜ ਭਾਂਦਾ ਆਪਣੀ ਛਾਤੀ ਉੱਪਰ ਰੱਖ। ਇਹ ਘਣ ਮਾਰ ਤੋਂ ਪਹਿਲਾਂ ਰੁਕ ਜੀ ਇੱਕ ਮਿੰਟ, ਜੇ ਮਰ ਗਿਆ ਤੇ ਤੇਰੇ ਜੁੰਮੇ ਆ, ਕਮੇਟੀ ਦੇ ਜੁੰਮੇ ਨੀ। ਹੈਲੋ, ਇਹ ਨੋਟ ਕਰ ਲਈ ਭਰਾਵਾ, ਦਿਲ ਤੇ ਰੱਖੀ ਬੈਠਾ। ਤਾੜੀਆਂ ਮਾਰ ਦਿਓ ਸਵੀਰ ਲਈ। ਹਾਂਜੀ, 60 ਸਾਲਾ ਬਜ਼ੁਰਗ ਤਿਆਰ ਬਿਆਰ ਹੋ ਜਾਣਾ ਉਹਨਾਂ ਦੇ ਨਾਲ, ਬਲਵੀਰ ਸਿੰਘ ਤੇ ਅਵਤਾਰ ਸਿੰਘ ਸਰਪੰਚ ਸਾਈਡਾਂ ਤੋਂ ਸਾਰੇ ਪਾਸੇ ਹੋ ਜਾਣ ਮੇਰੇ ਵੀਰ, ਤਾਂ ਕਿ 60 ਸਾਲਾ ਬਜ਼ੁਰਗਾਂ ਦੀਆਂ ਦੌੜਾਂ ਵੇਖੀਆਂ ਜਾਣ। ਜੰਗਲੇ ਦੇ ਜਿਹੜੇ ਅੰਦਰ ਬੰਦੇ ਆ ਬੈਠੇ ਮੇਰੇ ਵੀਰ, ਉਹ ਮਾੜੇ ਜਿਹੇ ਬਾਹਰ ਹੋ ਜਾਓ, ਤਾਂ ਕਿ 60 ਸਾਲਾਂ ਬਜ਼ੁਰਗਾਂ ਦੀਆਂ ਦੌੜਾਂ ਸਹੀ ਤਰੀਕੇ ਨਾਲ ਬਾਹਰਲੇ ਦਰਸ਼ਕ ਵੀ ਵੇਖ ਸਕਣ। ਬਲਵੀਰ ਸਿੰਘ ਜੀ, ਉਹਨਾਂ ਚਿਰ ਮੰਨੇ ਵੀਰ ਟਾਈਆਂ ਉੱਪਰ ਦੀਆਂ ਕੱਢ ਦਿਓ, ਬਹੁਤ ਮਿਹਰਬਾਨੀ। ਉਹ ਅਵਤਾਰ ਤੇ ਬਲਵੀਰ ਸਿੰਘ ਕਿੱਥੇ ਆ? ਬਲਵੀਰ ਸਿੰਘ ਜੀ ਆ ਕੇ ਇੱਧਰ 60 ਸਾਲਾਂ ਵਾਲੇ ਦੌੜਾ ਕਰਾਓ, ਕਿੱਧਰ ਤੁਰੇ ਫਿਰਦੇ ਆ? ਕਿਸੇ ਵੀਰ ਨੇ 60 ਸਾਲ ਵਾਲੇ ਨੇ ਬੰਦੇ ਸਾਰੇ ਅੰਦਰ ਬਾਹਰ ਇੱਕ ਕੋਲੇ ਕੋਲੇ ਕਰਿਆ ਤੇ 60 ਸਾਲ ਵਾਲੇ ਵੀਰਾਂ ਨੂੰ ਦੱਸਿਆ ਜਾਂਦਾ ਇੱਕ ਦੂਜੇ ਨੇ ਧੱਕਾ ਨੀ ਮਾਰਨਾ। ਪਾਸੇ ਹੋ ਜਾਓ ਮੇਰੇ ਵੀਰ ਸਾਰੇ, ਇੱਥੋਂ ਸਾਈਡਾਂ ਤੋਂ ਅਵਤਾਰ ਇੱਥੇ ਆਓ ਯਾਰ, ਕਿੱਧਰ ਤੁਰੇ ਫਿਰਦੇ ਆ? ਇਹਨਾਂ ਦੀਆਂ ਦੌੜਾਂ ਕੋਲੇ ਆਓ, ਖੁੱਲੇ ਹੋ ਕੇ ਕਢਾਓ ਮਾੜਾ ਜਿਹਾ ਵੀਡੀਓ ਸਾਹਿਬ ਜੀ ਇਹਨਾਂ ਨੂੰ। ਹੈਲੋ ਬੂਟੇ ਵੀਰ, ਓਪਨ ਟੀਮਾਂ ਦਾ ਅਨਾਊਂਸ ਕਰਦੇ, ਪਹਿਲਾ ਮੈਚ ਆ ਸਾਫੂ ਵਾਲਾ ਦੇ ਧਰਮਕੋਟ, ਇਹ ਦੋਵੇਂ ਟੀਮਾਂ ਇਹਨਾਂ ਨੂੰ ਆਪਦੇ ਕੱਪੜੇ ਉਤਾਰ ਕੇ ਗਰਾਊਂਡ ਦੇ ਵਿੱਚ ਪਹੁੰਚਣ। ਕਬੱਡੀ ਓਪਨ ਦੀਆਂ ਦੋਵੇਂ ਟੀਮਾਂ, ਸਾਫੂ ਵਾਲਾ ਤੇ ਧਰਮਕੋਟ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਜਲਦੀ ਨਾ ਪੁੱਜ ਜਾਵੇ। ਦੋ ਗੇੜੇ ਲਾਉਣੇ ਆ ਕਿ ਇੱਕ ਲਾਉਣਾ ਜੀ? ਬਾਕੀ ਲਿਸਟਾਂ ਭੇਜ ਦਿੰਦੇ ਬੂਟੇ ਤੇਰੇ ਕੋਲ। ਹੈਲੋ, ਦੋ ਗੇੜੇ ਲਾਉਣੇ ਆ ਜੀ? ਅਮਨਕੀਤ ਸਿੰਘ, ਦੋ ਗੇੜੇ ਲਾਉਣੇ ਆ,
ਨੀਕਰ ਲਾ ਦੇ, ਉਹ ਪਜਾਮਾ ਲਾ ਕੇ ਬਾਈ ਵਿੱਚ ਹੋ ਜਾਓ ਗਰਾਊਂਡ ਦੇ ਫਟਾਫਟ। ਬਹੁਤ ਮਿਹਰਬਾਨੀ। ਉਧਰਲੇ ਬੰਨੇ ਦੇ ਪਾਸੇ ਹੋ ਜਾਓ ਤਾਂ ਕਿ 60 ਸਾਲਾਂ ਬਜ਼ੁਰਗਾਂ ਦੀਆਂ ਹਰ ਇੱਕ ਦਰਸ਼ਕ ਦੌੜਾਂ ਵੇਖ ਸਕਣ। ਰਮਨ ਕਨੇਡਾ ਜੀ ਆਂਦੇ ਵੀ ਜਿਹੜਾ ਬਜ਼ੁਰਗ ਪਹਿਲੇ ਨੰਬਰ ਤੇ ਆਊਗਾ 100 ਰੁਪਇਆ ਮੇਰੇ ਵੱਲੋਂ ਹੋਊਗਾ। ਸਾਡਾ ਵੀਰ ਵਿੱਕੀ ਕਨੇਡਾ ਤੇ ਰਮਨ ਕਨੇਡਾ ਜੀ 700 ਰੁਪਏ ਦੇ ਆਦਰ ਸਤਿਕਾਰ ਭੇਜਣਗੇ। ਜਿਹੜਾ ਵੀ ਬਜ਼ੁਰਗ ਪਹਿਲੇ ਨੰਬਰ ਤੇ ਆਉਂਦਾ ਜਿਨ੍ਹਾਂ ਨੇ 60 ਸਾਲਾਂ ਦੌੜਾ 'ਚ ਹਿੱਸਾ ਲੈਣਾ ਹੁਣ ਵੀ ਆ ਜਾਓ, ਹਜੇ ਇੱਕ ਦੋ ਮਿੰਟ ਹੈਗੇ ਆ ਤੇ ਨਾਂ ਉਹਦਾ ਲਿਖਾ ਦਿਓ ਵੀਰ ਮੇਰੇ, ਆ ਜਾਓ ਨਾਮ ਜਿੱਤ ਲਓ ਜਿਸਨੇ ਜਿੱਤਣਾ ਹੈ। ਬਾਈ ਜੀ ਨਾਂ ਲਿਖਾ ਜਾਓ ਆਪਦਾ ਵੀਰ ਮੇਰੇ। ਇੱਕ ਬਾਬਾ ਆਇਆ ਹੁਣ ਇਹਦਾ ਵਾਧੂ ਲਿਖ ਲਓ ਜੀ, ਬਾਅਦ ਵਿੱਚ ਨਾਂ ਪੁੱਛ ਕੇ ਦੱਸ ਦਿਆਂਗੇ। ਤੇ ਦੌੜ ਹੋਣ ਦਿਓ ਪ੍ਰਧਾਨ ਜੀ, ਇੱਕ ਬਜ਼ੁਰਗ ਵਾਧੂ ਲਿਖ ਲਓ ਜੀ। ਆਹ ਜਿਹੜਾ ਉਰਲੇ ਬੰਨੇ ਆਇਆ ਮਾਨੇ ਵੀਰ, ਥੋੜਾ ਤਾਲਮੇਲ ਰੱਖਿਆ ਕਰੋ, ਜਿਹੜੇ ਘਰੇ ਬੈਠੇ ਹੋ ਪਤਲੇ ਦੇ ਯਾਰ ਕਹਿੰਦਾ ਕੱਟੇ ਮਗਰ ਸਾਹ ਲੱਗ ਜਾਂਦਾ। ਠੀਕ ਆ ਬਾਈ, ਠੀਕ, ਕਿਉਂਕਿ ਇੱਧਰ ਪ੍ਰਧਾਨ ਕੋਲੇ ਵੀ ਮੈਂ ਉਧਰਲੇ ਬੰਨੇ ਮਾਨੇ ਕੋਲੇ ਮੈਂ ਤੀਜਾ ਮੈਂ ਮੇਰੇ ਕੋਲੇ ਆ ਤੇ ਹੈਲੋ ਕਰ ਦਿਆ ਕਰੋ ਜਦੋਂ ਬੋਲਣਾ ਹੋਵੇ, ਮੈਂ ਉਹਦੀ ਚੁੱਪ ਕਰ ਜਾ ਕਰਾਂਗਾ, ਬਹੁਤ ਮਿਹਰਬਾਨੀ। ਹਾਂਜੀ, ਨਰਾਇਣ ਸਿੰਘ ਜੀ USA ਵਾਲੇ ਸਾਡੇ ਕੋਲੇ ਪਹੁੰਚ ਚੁੱਕੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਉਸ ਸਟੇਜ ਤੇ ਪਹੁੰਚਣ ਉੱਪਰ। ਨਰਾਇਣ ਸਿੰਘ ਜੀ ਸਟੇਜ ਦੇ ਉੱਪਰ ਆਉਣ ਜੀ, ਉਹਨਾਂ ਦਾ ਆਉਣ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਅੱਛਾ ਜੀ, ਬਹੁਤ ਬਹੁਤ ਮਿਹਰਬਾਨੀ ਆਪਦੀ ਜੀ, ਆ ਜਾਓ ਜੀ ਤੇ ਉੱਪਰ ਆਓ ਉੱਪਰ। ਹਾਂਜੀ, 60 ਸਾਲਾਂ ਬਜ਼ੁਰਗਾਂ ਦੀਆਂ ਦੌੜਾਂ ਬਿਲਕੁਲ ਤਿਆਰ ਆ, ਇੱਕ ਦੂਜੇ ਨੂੰ ਧੱਕਾ ਨਹੀਂ ਮਾਰਨਾ ਵੀਰ ਮੇਰੇ, ਸੁਣ ਲਓ ਗੱਲ। ਹੈਲੋ ਬੂਟੇ ਵੀਰ, ਓਪਨ ਦੀਆਂ ਪਹਿਲਾਂ ਮੈਚ ਅਨਾਊਂਸ ਕਰਦੇ ਸਾਫੂ ਵਾਲਾ ਵਰਸੇ ਧਰਮਕੋਟ, ਖੁੱਲੇ ਕਰ ਦਿਓ ਉਰੇ ਨੂੰ ਅਵਤਾਰ ਸਿੰਘ ਜੀ। ਬਹੁਤ ਮਾਹੌਲ ਜਿਹੜਾ ਰੌਚਕ ਜਿਹਾ ਹੋ ਜਾਣਾ ਹੈ। ਬਜ਼ੁਰਗਾਂ ਦੀ ਉਮਰ ਜਿਹੜੀ 60 ਸਾਲ ਤੋਂ ਤਾਂ ਬਿਲਕੁਲ ਤਿਆਰ ਹੈ ਬਜ਼ੁਰਗ ਭੱਜਣ ਲਈ। ਆ ਜਿਹੜਾ ਮੂਹਰੇ ਬੱਚਾ ਖੜਾ, ਥੋੜਾ ਸਾਈਡ ਤੇ ਹੋ ਜਾ ਵੀਰੇ, ਤਿਰਚ ਨਾ ਵੱਜਣ, ਬੇਨਤੀ ਵੀ ਲੈਣ ਲੱਗੀ ਆ, ਲੈਣ ਤੇ ਖੜਾਏ ਆ ਬੱਚੇ। ਪਰਮਜੀਤ ਜੀ ਸੰਧੂ, ਪਰਮਜੀਤ ਦੇ ਨਾਲ ਸਿੱਧੇ ਲੈਣ ਚ ਖੜਾਓਗਾ, ਇੱਕ ਦੂਜੇ ਨੂੰ ਅੱਗੇ ਖੜੋ। ਕਾਲੂ ਬਲਖੰਡੀ ਵਾਲਾ ਆਪਣੇ ਵੀਰਾਂ ਨੂੰ ਮਿਲ ਲਵੇ। ਸਾਡੇ ਨਰਾਇਣ ਸਿੰਘ ਜੀ USA ਵੀ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪੁੱਜੇ ਹੈ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਬਾਬਾ ਹਰਨੇਕ ਸਿੰਘ ਜੀ ਨਾਨਕਸਰ ਵਾਲੇ, ਉਹ ਵੀ ਸਾਡੇ ਦਰਮਿਆਨ ਹਾਜ਼ਰੀਆਂ ਲੈ ਪੁੱਜੇ ਹੈ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਹੈਲੋ, ਹਾਂਜੀ, ਬਜ਼ੁਰਗਾਂ ਲਈ ਤਾੜੀ ਮਾਰ ਦਿਓ ਜ਼ੋਰਦਾਰ ਮੇਰੇ ਵੀਰੋ, ਜ਼ੋਰਦਾਰ ਬਜ਼ੁਰਗਾਂ ਲਈ ਤਾੜੀ ਵਿਸਲ ਦੇ ਉੱਤੇ। ਅਮਰਦਾਰ ਚੱਲ ਵੀ ਬਾਬਾ ਅਮਰ ਸਿੰਘ ਪਿੱਛੇ ਰਹਿ ਗਿਆ, ਆ ਜਾਂਦਾ ਜੇ ਫੌਜੀ ਸਾਹਿਬ ਖੱਟੀ ਕੱਛੇ ਵਾਲੇ ਸਭ ਤੋਂ ਅੱਗੇ ਜਾ ਰਹੇ ਆ, ਉਦੋਂ ਪਿੱਛੇ ਸੁੱਚਾ ਸਿੰਘ ਜੀ ਪਿੱਛੇ ਹੀ ਆ। ਹਾਂ ਵੇਖੋ ਫੌਜਾ, ਧੱਕਾ ਨਾ ਮਾਰੋ, ਧੱਕਾ ਨਾ ਮਾਰੋ, ਇੱਕ ਦੂਜੇ ਨੂੰ ਧੱਕਾ ਨੀ ਮਾਰਨਾ। ਦੂਜਾ ਕਿਹੜਾ ਲਾਉਣਾ ਬਾਈ, ਦੂਜਾ ਕਿਹੜਾ, ਇੱਕ
ਹੈਲੋ ਚਾਚਾ, ਹਜੇ ਪੁਰਾਣੀ ਜਵਾਨੀ ਨੂੰ ਯਾਦ ਕਰ। ਹੈਲੋ ਹੈਲੋ ਪ੍ਰਧਾਨ ਜੀ, ਉਹ ਜਿਹੜਾ ਪਿੱਛੇ ਡਿੱਗਿਆ ਬੰਦਾ ਕੌਣ ਹੈ? ਇਹ ਸੀਰੀ ਆ ਕਿਸੇ ਦਾ? ਕਿੱਥੇ ਚੌਲ ਤੇ ਕਿੱਥੇ ਕਣਕ? ਮੈਨੂੰ ਲੱਗਦਾ ਬੰਦਾ ਬਿਹਾਰ ਦਾ ਲੱਗਦਾ ਜਿਹੜਾ ਪਿੱਛੇ ਡਿੱਗਿਆ। ਬਾਈ ਕਣਕ ਤੇ ਚੌਲਾਂ ਚ ਬਹੁਤ ਫਰਕ ਆ। ਕੌਣ ਜਿੱਤ ਗਿਆ ਜੀ? ਬਾਬਾ ਜੀ ਦੱਸੋ ਆਪਣਾ ਨਾਂ ਤੁਸੀਂ। ਦੂਜੇ ਨੰਬਰ ਦਾ ਮੈਂ ਡਿਕਲੇਅਰ ਕਰ ਰਿਹਾ ਵੀ ਬਾਬਾ ਸ਼ਿੰਦਰਪਾਲ ਹਰਦਾਸੇ ਵਾਲਾ ਤੇ ਮਾਈਕ ਤੋਂ ਪ੍ਰਧਾਨ ਜੀ ਤੁਸੀਂ ਨਾਮ ਬੋਲ ਦਿਓ। ਹੈਲੋ ਬੂਟੇ ਵੀਰ, ਓਪਨ ਦੇ ਮੈਚ ਅਨਾਊਂਸ ਕਰ ਦੇ। ਸਾਫ ਵਾਲਾ ਤੇ ਧਰਮਕੋਟ ਦੀ ਟੀਮ ਬਿਨਾਂ ਦੇਰੀ ਦੇ ਗਰਾਊਂਡ ਦੇ ਵਿੱਚ ਆ ਜਾ ਵੀ ਸਾਫ ਵਾਲਾ ਤੇ ਧਰਮਕੋਟ। ਰੈਂਕੂ ਕੈਨੇਡਾ ਜੀ, ਵੈਨਕੂਵਰ ਦੀ ਧਰਤੀ ਤੇ ਵਸਦੇ ਆ, ਸਾਡੇ ਜ਼ਿੰਦਗੀ ਦੇ ਬਹੁਤ ਸਤਿਕਾਰਯੋਗ ਮਿੱਤਰ ਹੈ। ਆਹ 100-100 ਰੁਪਇਆ ਸੰਧੂ ਸਾਹਿਬ ਤੁਸੀਂ ਫੜ ਲਓ ਤੇ ਸਾਰੇ ਬਾਬਿਆਂ ਨੂੰ ਦੇ ਦਿਓ, ਤੇ 100 ਰੁਪਇਆ ਰਮਨ ਕੈਨੇਡਾ ਜੀ, ਵਿੱਕੀ ਕੈਨੇਡਾ ਉਹਨਾਂ ਵੱਲੋਂ ਪੁੱਜੇ, ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਆਰ ਕਬੱਡੀ ਸਾਫੂ ਵਾਲਾ ਤੇ ਧਰਮਕੋਟ ਜੀ, ਸਾਡੇ ਨਿਰਮਲ ਸਿੰਘ ਜੀ ਕੈਨੇਡਾ ਜਿਹਨਾਂ ਵੱਲੋਂ ਫਰਿੱਜਾਂ ਦਿੱਤੀਆਂ ਜਾਣੀਆਂ। ਫਸਟ ਆਏ ਬਜ਼ੁਰਗ ਨੂੰ 300 ਹੈ, ਸੈਕਿੰਡ ਆਏ ਬਜ਼ੁਰਗ ਨੂੰ 200 ਆ ਜੀ, 500 ਰੁਪਇਆ ਫਸਟ ਆਏ ਨੂੰ, ਫਸਟ ਆਏ ਬਜ਼ੁਰਗ ਨੂੰ 500 ਰੁਪਇਆ, ਸੈਕਿੰਡ ਆਏ ਨੂੰ 200 ਰੁਪਇਆ। ਸਾਡੇ ਨਿਰਮਲ ਸਿੰਘ ਜੀ ਕੈਨੇਡਾ ਬਹੁਤ ਵੱਡੇ ਮਾਣ ਭੇਜਦੇ, ਆਪਾਂ ਧੰਨਵਾਦ ਕਰਦੇ ਹਾਂ। ਧਰਮਕੋਟ ਤੇ ਸਾਫਲ ਦੀ ਟੀਮ ਨੂੰ 1 ਮਿੰਟ ਆ ਜੀ, ਦੋਵੇਂ ਟੀਮਾਂ ਜੀ 1 ਮਿੰਟ ਲਿਸਟ ਪਹੁੰਚਦੀ ਕਰ ਦਿਓ ਮੰਨਾ ਜੀ ਗਰਾਊਂਡ ਦੇ ਵਿੱਚ, ਜਲਦੀ ਨਾਲ ਲਿਸਟ ਪਹੁੰਚਦੀ ਕਰ ਦਿੱਤੀ ਜਾਵੇ। ਕਬੱਡੀ ਓਪਨ ਦੀਆਂ ਜਿਹੜੀਆਂ ਟਾਈਆਂ ਪਹਿਲੇ ਰਾਊਂਡ ਦੀਆਂ ਜੀ ਉਹ ਨਿਕਲ ਚੁੱਕੀਆਂ। ਪਹਿਲਾ ਮੈਚ ਸਾਫੂ ਵਾਲਾ ਵਰਸਿਸ ਧਰਮਕੋਟ ਦਾ ਜੀ, ਦੂਜਾ ਮੈਚ ਗੁਰਦਿੱਤੀ ਵਾਲਾ ਵਰਸਿਸ ਬਾਬਾ ਖੋਸਾ ਰਣਧੀਰ ਕਲੱਬ ਖੋਸਾ ਰਣਧੀਰ, ਤੀਜਾ ਮੈਚ ਖੋਸਾ ਰਣਧੀਰ ਵਰਸਿਸ ਭਗਤਾ, ਚੌਥਾ ਮੈਚ ਕਲ ਕਲਾਂ ਵਰਸਿਸ ਰੰਡਿਆਲਾ, ਪੰਜਵਾਂ ਮੈਚ ਪੜਾਣਾ ਵਰਸਿਸ ਰੱਜੀ ਵਾਲਾ, ਛੇਵਾਂ ਮੈਚ ਵਕੀਲਾਂ ਵਰਸਿਸ ਜਨੇਰ, ਸੱਤਵਾਂ ਮੈਚ ਸ਼ੂਸ਼ਕ ਵਰਸਿਸ ਸ਼੍ਰੀ ਹਰਗੋਬਿੰਦ ਕਲੱਬ ਡਰੋਲੀ ਭਾਈ, ਅੱਠਵਾਂ ਮੈਚ ਭਾਗਪੁਰ ਗਗੜਾ ਵਰਸਿਸ ਦੌਲੇ ਵਾਲਾ। ਇਹ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਕਿ ਆਪਣਾ ਆਪਣੇ ਟਾਈਮ 'ਤੇ ਤਿਆਰ ਰਹਿਣ। ਪਹਿਲਾ ਮੈਚ ਸਾਫੂ ਵਾਲਾ ਵਰਸਿਸ ਧਰਮਕੋਟ ਦਾ ਜੀ, ਉਹ ਜਿਹੜੀਆਂ ਟੀਮਾਂ ਕੱਪੜੇ ਉਤਾਰ ਕੇ ਗਰਾਊਂਡ ਦੇ ਵਿੱਚ ਪਹੁੰਚਣ। ਧਰਮਕੋਟ ਦੇ ਸਾਫ ਵਾਲੇ ਦੀ ਟੀਮ ਜਿਹੜੀ ਜਲਦੀ ਨਾਲ ਗਰਾਊਂਡ ਦੇ ਵਿੱਚ ਪੁੱਜ ਜਾਵੇ ਜਿੱਥੇ ਮੇਰੀ ਆਵਾਜ਼ ਨੂੰ ਧਰਮਕੋਟ ਦੇ ਸਾਫ ਵਾਲੇ ਦੀ ਟੀਮ ਸੁਣਦੀ ਹੈ। 1 ਮਿੰਟ ਦਾ ਸਮਾਂ ਦਿੱਤਾ ਜਾਵੇਗਾ, ਬਾਅਦ ਵਿੱਚ ਦੋਵੇਂ ਟੀਮਾਂ ਗਰਾਊਂਡ 'ਚੋਂ ਕੱਢ ਦਿੱਤੀਆਂ ਜਾਣਗੀਆਂ। ਸਾਰੀਆਂ ਟੀਮਾਂ ਦੀ ਲਿਸਟ ਪਹੁੰਚਦੀ ਕਰ ਦਿਓ ਮੰਨਾ ਜੀ ਕਿਰਪਾ ਕਰਕੇ। ਭਾਈ 2 ਮਿੰਟ ਆ ਗਈ।
ਹੈਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਬਹੁਤ ਹੀ ਤਕੜੀ ਕਬੱਡੀ ਦੇ ਨਾਲ ਤੁਸੀਂ ਤੱਕਣ ਜਾ ਰਹੇ ਹੋ ਔਰ ਉਹ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਪਾਤਸ਼ਾਹ ਜੀ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਜਿੱਥੇ ਚੌਥਾ ਸ਼ਾਨਦਾਰ ਕਬੱਡੀ ਦਾ ਮਹਾਂਕੁੰਭ ਪਿੰਡ ਬਨਾਵਾ ਜ਼ਿਲ੍ਹੇ ਮੋਗੇ ਦੀ ਇਤਿਹਾਸਕ ਧਰਤੀ ਹੈ। ਮੇਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਸ਼ੋਅ ਮਿਲੀ ਹੋਈ ਇਸ ਨਗਰ ਨੂੰ। ਸੋ ਲਿਸਟ ਭਾਜੀ ਇੱਥੋਂ ਭੇਜੀ ਜਾਵੇ ਜੋ ਆਪਾਂ ਟੀਮਾਂ ਨੂੰ ਸਮੇਂ ਸਿਰ ਬੁਲਾ ਕੇ ਖੀਰ ਮੈਦਾਨ ਦੇ ਵਿੱਚ ਬੁਲਾਈਏ ਔਰ ਸਟੇਜ ਦੇ ਉੱਤੇ ਮਾਣ ਦਿੱਤੇ ਜਾ ਰਹੇ ਨੇ 60 ਸਾਲਾਂ ਦੇ ਬਜ਼ੁਰਗਾਂ ਦੀਆਂ ਦੌੜਾਂ ਦੇ ਵਿੱਚ ਜਿਹੜੇ ਫਸਟ ਸੈਕਿੰਡ ਥਰਡ ਆਏ ਨੇ ਸਭ ਦੇ ਲਈ ਮਾਣ ਸਨਮਾਨ ਦਿੱਤੇ ਜਾ ਰਹੇ ਨੇ। ਪੂਰੀ ਟੂਰਨਾਮੈਂਟ ਕਮੇਟੀ ਵੱਲੋਂ ਲਿਸਟ ਭੇਜ ਦਿਓ ਭਾਜੀ ਮੈਚ ਕਿਹਦਾ ਇੱਕ ਬੋਲਿਆ ਜੀ ਇੱਕ ਵਾਰੀ ਪਹਿਲਾ ਮੈਚ ਸਾਫੂ ਵਾਲਾ ਵਾਸਤੇ ਧਰਮਕੋਟ ਆ ਜੀ ਆ ਲੈਸ ਤੁਹਾਡੇ ਕੋਲੇ ਪਹੁੰਚਦੀ ਆ ਇਹਨਾਂ ਟੀਮਾਂ ਨੂੰ ਤੁਸੀਂ ਅਨਾਊਂਸ ਕਰ ਦਿਓ। ਠੀਕ ਆ ਜੀ ਪਹਿਲਾ ਮੈਚ ਸਾਫੂ ਵਾਲਾ ਵਾਸਤੇ ਧਰਮਕੋਟ ਦੂਜਾ ਮੈਚ ਗੁਰਦਿੱਤੀ ਵਾਲਾ ਵਾਸਤੇ ਬਾਬਾ ਖੋਸਾ ਰਣਧੀਰ ਕਲੱਬ ਖੋਸਾ ਰਣਧੀਰ ਤੀਜਾ ਮੈਚ ਖੋਸਾ ਰਣਧੀਰ ਵਾਸਤੇ ਭਗਤਾ ਚੌਥਾ ਮੈਚ ਕਲ ਕਲਾਂ ਵਰਸ ਰੰਡਿਆਲਾ ਪੰਜਵਾਂ ਮੈਚ ਪੜਾਣਾ ਵਰਸ ਰੱਜੀ ਵਾਲਾ ਛੇਵਾਂ ਮੈਚ ਵਕੀਲਾਂ ਵਰਸ ਜਨੇਰ ਸੱਤਵਾਂ ਮੈਚ ਸ਼ੁਸ਼ਕ ਵਰਸ ਸ੍ਰੀ ਹਰਗੋਬਿੰਦ ਕਲੱਬ ਡੋਲੀ ਭਾਈ ਅੱਠਵਾਂ ਮੈਚ ਹੈ ਜੀ ਭਾਗਪੁਰ ਗਗੜਾ ਵਰਸ ਦੌਲੇ ਵਾਲਾ ਪੂਲ ਇਹਦੇ ਇਹ 8 ਮੈਚ ਆ ਜੀ। ਠੀਕ ਹੈ ਭਾਜੀ ਖੇਡ ਮੈਦਾਨ ਦੇ ਵਿੱਚ ਪਹਿਲੇ ਮੁਕਾਬਲੇ ਦੇ ਲਈ ਟੀਮਾਂ ਨੂੰ ਬੇਨਤੀ ਕਰਾਂਗੇ ਸਾਫੂ ਵਾਲਾ ਵਰਸੇ ਧਰਮਕੋਟ ਦੇ ਲਈ ਸਿਰਫ 5 ਮਿੰਟ ਦਾ ਸਮਾਂ ਦਿੱਤਾ ਜਾ ਰਿਹਾ। ਇਸ ਤੋਂ ਬਾਅਦ ਦੋਹੇ ਟੀਮਾਂ ਸਕ੍ਰੈਚ ਕੀਤੀਆਂ ਜਾਣਗੀਆਂ ਜੇਕਰ ਸਮੇਂ ਨੇ ਮੁੱਖ ਨਹੀਂ ਰੱਖਦੀਆਂ। ਪਹਿਲਾ ਮੁਕਾਬਲਾ ਸਾਫੂ ਵਾਲਾ ਵਰਸੇ ਧਰਮਕੋਟ, ਦੂਸਰਾ ਮੁਕਾਬਲਾ ਹੋਵੇਗਾ ਗੁਰਦਿੱਤੀ ਵਾਲਾ ਵਰਸੇ ਬਾਬਾ ਖੋਸਾ ਰਣਧੀਰ ਕਲੱਬ। ਇਹਨਾਂ ਟੀਮਾਂ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਆਪਣੀ ਆਪਣੀ ਤਿਆਰੀ ਕਰਕੇ ਗਰਾਊਂਡ ਦੇ ਵਿੱਚ ਆ ਜਾਣ। ਖੋਸਾ ਰਣਧੀਰ ਨੇ ਭਗਤੇ ਬਠਿੰਡੇ ਦੇ ਨਾਲ ਖੇਡਣਾ ਹੈ, ਕੱਲ ਕਲਾਂ ਦਾ ਮੈਚ ਰੰਡਿਆਲੇ ਦੇ ਨਾਲ ਹੋਵੇਗਾ, ਪੜਾਣਾ ਵਰਸੇ ਰੱਜੀ ਵਾਲਾ, ਵਕੀਲਾਂ ਵਾਲਾ ਵਰਸੇ ਜਨੇਰ, ਸ਼ੂਸ਼ਕ ਵਰਸੇ ਸ਼੍ਰੀ ਹਰਗੋਬਿੰਦ ਸਾਹਿਬ ਕਲੱਬ ਡਰੋਲੀ ਭਾਈ ਭਾਗਪੁਰ ਗਗੜੇ ਦਾ ਮੈਚ ਜਿਹੜਾ ਹੈ ਦੌਲੇ ਵਾਲੇ ਦੇ ਨਾਲ ਖੇਡਿਆ ਜਾਣਾ। ਇਹ ਸਾਰੀਆਂ ਟੀਮਾਂ ਜਲਦੀ ਤੋਂ ਜਲਦੀ ਆਪਣੀ ਤਿਆਰੀ ਖਿੱਚ ਲੈਣ। ਸਟੇਜ ਦੇ ਬਿਲਕੁਲ ਸਾਹਮਣੇ 60 ਸਾਲ ਦੇ ਬਜ਼ੁਰਗਾਂ ਦਾ ਇਸ ਕਲੱਬ ਵੱਲੋਂ ਵਿਸ਼ੇਸ਼ ਮਾਣ ਕੀਤਾ ਜਾ ਰਿਹਾ। ਟੂਰਨਾਮੈਂਟ ਕਮੇਟੀ NRI ਵੀਰ ਗ੍ਰਾਮ ਪੰਚਾਇਤ ਦਾ ਬਹੁਤ ਵੱਡਾ ਯੋਗਦਾਨ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਆਓ ਦੇਖੀਏ ਬਨਾਵੇ ਪਿੰਡ ਦੀ ਧਰਤੀ ਹੈ, ਅੱਜ ਰੁਸ਼ਨਾਈ ਹੋਈ ਹੈ,
ਸੱਚੇ ਪਾਤਸ਼ਾਹ ਦੀ ਮਿਹਰ ਹੈ। ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ, ਜਿਹੜੇ ਪਾਕ ਹੈ ਮੁੱਖ ਚੋਂ ਨਿਕਲੇ ਉਹ ਵਿਰਥੇ ਨਹੀਂ ਜਾਣੇ। ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ, ਬਜ਼ੁਰਗ ਖੁਸ਼ ਨੇ, ਸਰਪੰਚ ਸਾਹਿਬ ਪੂਰੇ ਖੇਡ ਮੈਦਾਨ ਦੇ ਵਿੱਚ। ਮੈਂ ਬੇਨਤੀ ਕਰਾਂਗਾ ਆਉਣ ਵਾਲੀਆਂ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆਉਣ, ਜਲਦੀ ਤੋਂ ਜਲਦੀ। ਸਾਫੂ ਵਾਲਾ ਵਰਸੇ ਧਰਮਕੋਟ, ਬਲਵਿੰਦਰ ਸਿੰਘ ਜੀ ਵੀਡੀਓ ਸਾਹਿਬ ਵੀ ਖੁਸ਼ ਨੇ ਤੇ ਨਾਲ ਬਜ਼ੁਰਗ ਵੀ ਖੁਸ਼ ਨੇ, ਸੋ ਜਲਦੀ ਤੋਂ ਜਲਦੀ ਆਓ ਜੀ। ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸਰਦਾਰ ਪਰਮਿੰਦਰ ਸਿੰਘ ਜੀ, ਸਰਪੰਚ ਸਾਹਿਬ, ਵੱਡਾ ਮਾਣ ਜਿਹੜਾ ਪੰਜਾਬੀ ਮਾਂ ਬੋਲਾਂ ਤੋਂ ਖੁਸ਼ ਹੋ ਕੇ ਦੇ ਗਏ ਨੇ, ਧੰਨਵਾਦ ਕਰਾਂਗੇ ਆਪਾਂ ਸਾਰੇ ਭਰਾਵਾਂ ਦਾ। ਸੋ ਜਲਦੀ ਤੋਂ ਜਲਦੀ ਆਓ ਜੀ ਗਰਾਊਂਡ ਦੇ ਵਿੱਚ, ਗਰਾਊਂਡ ਬਿਲਕੁਲ ਇੰਤਜ਼ਾਰ ਕਰ ਰਿਹਾ ਤੁਹਾਡਾ। ਕਬੱਡੀ ਓਪਨ ਦੇ ਵਿੱਚ ਬਾਈ ਜੀ ਦੂਜਾ ਮੈਚ ਗੁਰਦਿੱਤੀ ਵਾਲਾ ਵਰਸੇ ਖੋਸਾ ਰਣਧੀਰ ਦਾ ਹੈਗਾ ਜੀ। ਬਾਬਾ ਖੋਸਾ ਰਣਧੀਰ ਕਲੱਬ ਖੋਸਾ ਰਣਧੀਰ ਵਾਲੇ ਖਿਡਾਰੀਆਂ ਨੂੰ ਬੇਨਤੀ ਆ ਕਿ ਉਹ ਸਾਡੇ ਕੋਲ ਪਹੁੰਚਣ ਤੇ ਆਪਦੀ ਇੱਕ ਐਂਟਰੀ ਫੀਸ ਨਹੀਂ ਉਹਨਾਂ ਦੀ ਆਈ, ਉਹ ਵੀ ਜਮ੍ਹਾਂ ਕਰਾਉਣ। ਜੋ ਜੋ ਟੀਮਾਂ ਨੂੰ ਬੋਲਿਆ ਜਾ ਰਿਹਾ ਟਾਈਮ ਜਿਹੜਾ ਬਿਲਕੁਲ ਘੱਟ ਆ, ਇਸ ਲਈ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਬਹੁਤ ਵਧੀਆ ਜਿਹੜੇ ਪੰਜਾਬ ਦੇ ਨਾਮੀ ਖਿਡਾਰੀ ਪੁੱਜੇ ਨੇ, ਧੰਨਵਾਦ ਕਰਾਂਗੇ ਸਰਦਾਰ ਬਲਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਨੇ ਤੁਹਾਡੇ, ਸਰਦਾਰ ਜਗਦੀਪ ਸਿੰਘ ਜੀ ਮੀਤ ਪ੍ਰਧਾਨ ਨੇ, ਸੱਚੇ ਪਾਤਸ਼ਾਹ ਦੀ ਕਿਰਪਾ ਇਹਨਾਂ ਪਰਿਵਾਰਾਂ ਤੇ। ਜਗਸੀਰ ਸਿੰਘ ਜੀ ਸਾਡੇ ਸਕੱਤਰ ਸਾਹਿਬ ਨੇ, ਅਮਨਦੀਪ ਸਿੰਘ ਜੀ ਜਨਰਲ ਸਕੱਤਰ ਨੇ ਸਾਡੇ, ਮਨਦੀਪ ਸਿੰਘ ਜੀ ਪ੍ਰੈਸ ਸਕੱਤਰ ਨੇ ਸਾਡੇ, ਮਾਸਟਰ ਪ੍ਰੇਮ ਕੁਮਾਰ ਜੀ ਖਜ਼ਾਨਾ ਮੰਤਰੀ ਨੇ, ਸਰਦਾਰ ਮੁਖਤਿਆਰ ਸਿੰਘ ਜੀ ਫੌਜੀ ਸਾਹਿਬ, ਸਰਦਾਰ ਜਗਸੀਰ ਸਿੰਘ, ਸਾਡੇ ਵੀਰ ਹਰਦੀਪ ਸਿੰਘ ਜੀ, ਅਮਰਜੀਤ ਸਿੰਘ ਜੀ ਬਲਾਕ ਸੰਮਤੀ ਦੇ ਮੈਂਬਰ ਨੇ, ਬੜੀ ਪਿਆਰੀ ਸ਼ਖਸੀਅਤ ਹੈ। ਸਾਫੋਵਾਲਾ ਤੇ ਧਰਮਕੋਟ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਕਿਹੜੀ ਟੀਮ ਆਈ ਜੀ ਗਰਾਊਂਡ ਦੇ ਵਿੱਚ? ਧਰਮਕੋਟ ਦੀ ਟੀਮ ਗਰਾਊਂਡ ਦੇ ਵਿੱਚ ਪੁੱਜ ਚੁੱਕੀ ਹੈ, ਸੋ ਜਲਦੀ ਤੋਂ ਜਲਦੀ ਵਿਰੋਧੀ ਟੀਮ ਨੂੰ ਬੇਨਤੀ ਕਰਾਂਗੇ ਖੇਡ ਮੈਦਾਨ ਦੇ ਵਿੱਚ। ਪਹਿਲਾ ਪਲੇਠੇ ਪੁੱਤ ਵਰਗਾ ਮੈਚ ਜਿਹੜਾ ਇਹ ਕਬੱਡੀ ਓਪਨ ਦਾ ਸ਼ੁਰੂ ਹੋਣ ਜਾ ਰਿਹਾ, ਆਓ ਜਲਦੀ ਤੋਂ ਜਲਦੀ ਟੀਮਾਂ ਨੂੰ ਬੇਨਤੀ ਕਰਾਂਗੇ ਗਰਾਊਂਡ ਦੇ ਵਿੱਚ ਪੁੱਜਣ ਜਿੱਦਾਂ ਜਿੱਦਾਂ ਬੁਲਾਇਆ ਜਾ ਰਿਹਾ। ਪਹਿਲਾਂ ਇਹ ਵੇਟਿੰਗ ਰੂਮ ਦੇ ਵਿੱਚ ਆ ਕੇ ਰੁਕ ਜਾਣ ਟੀਮਾਂ। ਪਰਮਜੀਤ ਸਿੰਘ ਜੀ ਸਟੇਜ ਤੇ ਪਹੁੰਚੋ ਥੋੜ੍ਹਾ ਜਿਹਾ, ਜਲਦੀ ਤੋਂ ਜਲਦੀ ਆ ਜਾਓ ਮੇਰੇ ਮਿੱਤਰੋ। ਖੇਡ ਮੈਦਾਨ ਦੇ ਵਿੱਚ ਗੱਬਰ ਸਾਊਂਡ ਸਰਵਿਸ ਦੀ ਬਹੁਤ ਸੋਹਣੀ ਮਿੱਠੀ ਆਵਾਜ਼ ਦਿੱਤੀ ਹੋਈ ਹੈ, ਬੜੀ ਦੂਰ ਦੂਰ ਤੱਕ ਜਾ ਰਹੀ ਹੈ, ਸੋ ਜਲਦੀ ਤੋਂ ਜਲਦੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਬਹੁਤ ਕਿਰਪਾ ਸੱਚੇ ਪਾਤਸ਼ਾਹ ਦੀ ਮਿਹਰ ਹੈ। ਔਰ ਆਓ ਦੇਖੀਏ ਫਿਰ ਰੰਗ ਬਿਰੰਗੇ ਝੰਡਿਆਂ ਦੇ ਨਾਲ ਸੱਜਿਆ ਹੋਇਆ ਖੇਡ ਮੈਦਾਨ। ਆਓ ਖੇਡ ਮੈਦਾਨ ਦੇ ਵਿੱਚ ਪਹਿਲੇ ਮੁਕਾਬਲੇ ਦੇ ਲਈ ਦੋਹੇ ਟੀਮਾਂ ਸਾਫੋਵਾਲਾ ਤੇ ਧਰਮਕੋਟ ਦੇ ਵਿੱਚ ਪਹਿਲਾ ਮੈਚ ਖੇਡਿਆ ਜਾਵੇਗਾ। ਔਰ ਨਾਲ ਹੀ ਆਪਾਂ ਵਿਸ਼ੇਸ਼ ਧੰਨਵਾਦ ਕਰਦੇ ਜਾਵਾਂਗੇ ਸਾਡੇ NRI ਵੀਰ ਔਰ ਇੱਧਰਲੇ ਪੰਜਾਬੀ ਵੀਰ ਜਿਨ੍ਹਾਂ ਦੇ ਵੱਡੇ ਯੋਗਦਾਨ ਨੇ। ਆਓ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਦੋਹੇ ਟੀਮਾਂ। ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਨਰਾਇਣ ਸਿੰਘ ਜੀ USA ਵਾਲੇ, ਬਹੁਤ ਹੀ ਵਧੀਆ ਸ਼ਖਸੀਅਤ ਹੈ, ਵਿਸ਼ੇਸ਼ ਤੌਰ ਤੇ ਪੁੱਜੇ ਨੇ, ਧੰਨਵਾਦ ਕਰਦੇ ਹਾਂ ਆਪਾਂ ਆਏ ਹੋਏ ਸਾਰੇ ਸੱਜਣਾਂ ਦਾ। ਸਰਦਾਰ ਪਰਮਜੀਤ ਸਿੰਘ ਜੀ ਉਹ ਵੀ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਨੇ। ਔਰ ਸਾਡੇ ਰਮਨ ਜੀ ਨੇ, ਵਿੱਕੀ ਭਾਜੀ, ਅਮਨ ਜੀ, ਇਸ ਪਰਿਵਾਰ ਦੀ ਬਹੁਤ ਵੱਡੀ ਦੇਣ। ਸਰ ਗੁਰਪ੍ਰੀਤ ਸਿੰਘ ਜੀ ਗੋਪੀ, ਵੱਡੇ ਮਾਣ। ਸੋ ਮੈਂ ਬੇਨਤੀ ਕਰਾਂ ਜਲਦੀ ਤੋਂ ਜਲਦੀ ਰਹਿੰਦੇ ਖਿਡਾਰੀ ਸਾਫੋ ਵਾਲੇ ਦੇ ਗਰਾਊਂਡ ਦੇ ਵਿੱਚ ਆ ਜਾਣ।
ਵੇਟਿੰਗ ਰੂਮ ਦੇ ਵਿੱਚ ਦਰਸ਼ਕ ਵੀਰੋ ਤੁਸੀਂ ਨਹੀਂ ਖੜਨਾ, ਸਿਰਫ ਖਿਡਾਰੀਆਂ ਦੇ ਲਈ ਬਣਿਆ ਹੋਇਆ ਵੇਟਿੰਗ ਰੂਮ, ਜਿਨ੍ਹਾਂ ਦੀ ਡਿਊਟੀ ਲਾਈ ਹੈ ਉਹ ਵੀ ਸਾਡੇ ਵੀਰ ਵੇਟਿੰਗ ਰੂਮ ਦੇ ਵਿੱਚ ਪਹੁੰਚਣ। ਜਿਵੇਂ ਜਿਵੇਂ ਆਪਾਂ ਡਿਊਟੀਆਂ ਲਾਈਆਂ ਨੇ ਸਾਡੇ ਇਸ ਕਲੱਬ ਨੇ, ਸੋ ਉਸੇ ਤਰ੍ਹਾਂ ਡਿਊਟੀ ਦੇ ਉੱਤੇ ਰਹਿਣਾ ਆਪਾਂ ਸੱਚੇ ਪਾਤਸ਼ਾਹ ਦੀ ਚੜ੍ਹਦੀ ਕਲਾ ਦੇ ਨਾਲ। ਅੱਜ ਆਪਾਂ ਚੌਥੇ ਸਾਲ ਦੇ ਵਿੱਚ ਕਬੱਡੀ ਦਾ ਮਹਾਂਕੁੰਭ ਦੇਖ ਰਹੇ ਹਾਂ। ਉਹ ਸਾਫੋ ਵਾਲੇ ਦੀ ਟੀਮ ਕਿੱਥੇ ਹੈ? ਉਹ ਬਾਰ ਬਾਰ ਬੁਲਾਉਣ ਤੇ ਕਿਉਂ ਨੀ ਟੀਮਾਂ ਗਰਾਊਂਡ ਦੇ ਵਿੱਚ ਆਉਂਦੀਆਂ? ਗੁਰਦਿੱਤੀ ਵਾਲਾ ਤੇ ਬਾਬਾ ਖੋਸਾ ਰਣਧੀਰ ਕਲੱਬ ਦਾ ਸਿਰਫ ਇੱਕ ਮਿੰਟ ਦਾ ਸਮਾਂ ਹੈ, ਜਲਦੀ ਤੋਂ ਜਲਦੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ, ਕਿਸੇ ਵੀ ਟੀਮ ਦਾ ਇੰਤਜ਼ਾਰ ਨਹੀਂ ਹੈ, ਕਿਉਂਕਿ ਸਮੇਂ ਦੇ ਵਿੱਚ ਹੀ ਰਹਿ ਕੇ ਜਿੰਨੇ ਮੈਚ ਖੇਡੇ ਜਾਣ ਤੇ ਬਹੁਤ ਵਧੀਆ ਗੱਲ ਹੁੰਦੀ ਹੈ। ਸੋ ਟੀਮਾਂ ਜਲਦੀ ਤੋਂ ਜਲਦੀ ਧਿਆਨ ਦੇਣ, ਬਿਨਾਂ ਕਿਸੇ ਦੇਰੀ ਤੋਂ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਣ, ਜਿੱਦਾਂ ਜਿੱਦਾਂ ਬੁਲਾਇਆ ਜਾ ਰਿਹਾ ਟੀਮਾਂ ਨੂੰ। ਆਓ ਮੇਰੇ ਮਿੱਤਰੋ ਜਲਦੀ ਤੋਂ ਜਲਦੀ, ਸਰ ਪਰਮਜੀਤ ਸਿੰਘ ਜੀ ਕੈਨੇਡਾ ਵਾਲੇ, ਜਿਨ੍ਹਾਂ ਦੇ ਸਪੁੱਤਰ ਸਾਡੇ ਵੀਰ ਕੁਲਜੀਤ ਸਿੰਘ ਜੀ ਪ੍ਰਧਾਨ ਸਾਹਿਬ ਸਨ ਸਾਡੇ, ਉਹ ਅੱਜ ਕੱਲ੍ਹ ਵਿਦੇਸ਼ਾਂ ਦੇ ਵਿੱਚ ਬੈਠੇ ਨੇ, ਬਹੁਤ ਪਿਆਰੇ ਨੇ ਸਾਡੇ ਮਿੱਤਰ, ਵੱਡੇ ਮਾਣ ਪੰਜਾਬੀ ਮਾਬੋਲਾਂ ਤੋਂ ਖੁਸ਼ ਹੋ ਕੇ ਦੇ ਰਹੇ ਨੇ, ਧੰਨਵਾਦ ਕਰਾਂਗੇ ਆਪਾਂ। ਸੋ ਜਲਦੀ ਤੋਂ ਜਲਦੀ ਆਓ ਜੀ। ਭੱਜੋ ਭੱਜੋ ਰਹਿੰਦੇ ਖਿਡਾਰੀ। ਹਾਂਜੀ, ਦਾਨੀ ਸੱਜਣਾ ਦੇ ਨਾਂ ਸੁਣੋ ਜੀ। ਗੁਰਪ੍ਰਤਾਪ ਸਿੰਘ ਜੀ ਖੋਸਾ 2100 ਰੁਪਇਆ ਸਾਡੀ ਕਮੇਟੀ ਨੂੰ ਸਹਾਇਤਾ ਦਿੰਦੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਡਾਕਟਰ ਮਨਦੀਪ ਸਿੰਘ ਜੀ ਜੋ ਕਿ ਸਾਡੇ ਪਿੰਡ ਵੈਟਨਰੀ ਡਾਕਟਰ ਲੱਗੇ ਹਨ, ਉਹ ਵੀ 500 ਰੁਪਇਆ ਸਹਾਇਤਾ ਦੇ ਕੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਮੰਦਰ ਸਿੰਘ ਜੀ USA, ਉਹ ਵੀ 5000 ਰੁਪਇਆ ਸਾਡੀ ਕਮੇਟੀ ਨੂੰ ਮੈਕ ਸਹਾਇਤਾ ਦੇ ਕੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਡਾਕਟਰ ਸ਼ਬੇਕ ਸਿੰਘ ਜੀ 500 ਰੁਪਇਆ ਕਮੇਟੀ ਨੂੰ ਸਹਾਇਤਾ ਦੇ ਕੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ। ਬਿੱਕਰ ਸਿੰਘ ਜੀ, ਉਹ ਵੀ ਕਮੇਟੀ ਨੂੰ 100 ਰੁਪਇਆ ਇਨਾਮ ਦੇ ਗਿਆ, ਸਹਾਇਤਾ ਦੇ ਗਿਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਔਰ ਜੋ ਵੀ ਬਾਹਰੋਂ ਆਏ ਸਰਪੰਚ, ਬਲਾਕ ਸ਼ਾਂਤੀ ਮੈਂਬਰ, NRI ਵੀਰ, ਉਹ ਸਟੇਜ 'ਤੇ ਆ ਕੇ ਬੈਠਣ ਦੀ ਕਿਰਪਾਲਤਾ ਕਾਰਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸਾਡੇ ਵਿੱਚ ਵਿਸ਼ੇਸ਼ ਤੌਰ 'ਤੇ ਸਾਡੇ ਦਰਮਿਆਨ ਨਿਰਮਲ ਸਿੰਘ ਜੀ ਨਿੰਮਾ ਅਤੇ ਸੇਵਕ ਸਿੰਘ ਸਰਪੰਚ, ਉਹ ਵੀ ਪਹੁੰਚ ਚੁੱਕੇ ਆ, ਉਹਨਾਂ ਸਟੇਜ 'ਤੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸਰਦਾਰ ਲੱਖਾ ਸਿੰਘ ਜੀ ਔਰ ਸਰਦਾਰ ਗੁਰਮੇਲ ਸਿੰਘ ਜੀ ਗੇਲਾ ਵਿਸ਼ੇਸ਼ ਤੌਰ 'ਤੇ ਜੀਰੇ ਤੋਂ ਸਾਡੇ ਵਿੱਚ ਪੁੱਜੇ।